वाहेगुरु जी का खालसा, वाहेगुरु जी की फतेह। बहुत धन्यवाद फॉर ज्वाइनिंग डे थ्री ऑफ संवाद। अज का जरा विषय हैगा है संत जरनैल सिंह जी दी शख्सियत अते पंथ दे भविख ले सेध। तो साढ़े नाल भाई मनदीर सिंह ता भाई मनिंदर सिंह हैगे आ जिन्हां दे नाल असी इस विषय दे उत्ते गलबात करूंगे। सो शुरुआत दे विच जे असी देखण दा नजरिए दी गल करिए तां संत जरनैल सिंह तां अकाली दल दे विच दोनां दे विच सिधांत दी सियासत दी देखण दे नजरिए दी बहुत वड्डी फर्क आ, कलैश आ बहुत वड्डा इन्हां दोनां दे विच। पोस्ट 1947 जिहड़ी दुनिया दे विच असीं अपने आप नूं लभदे हां ਉਹਦੇ ਵਿੱਚ ਅਕਾਲੀ ਦਲ ਇੱਕ ਢਾਂਚਾ ਬਣ ਜਾਂਦਾ ਜਿਹਦੇ ਵਿੱਚ ਸਿੱਖ ਪੰਥ ਦੀ ਹੋਂਦ ਦੀ ਗੱਲ ਸਿਆਸਤ ਦੇ ਸਿਆਸੀ ਕੇਂਦਰ ਦੇ ਵਿੱਚ ਹੋ ਸਕਦੀ ਹੈ, ਇੱਕ ਢਾਂਚੇ ਦੇ ਢਾਂਚੇ ਨੂੰ ਮੋੜਿਆ ਰੱਖਿਆ ਜਾਂਦਾ ਆ। ਸੋ ਇਨ ਦਿਸ ਵਰਲਡ ਅਕਾਲੀ ਦਲ ਔਨ ਵਨ ਸਾਈਡ ਐਂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਨ ਦੀ ਅਦਰ represents a division between the siyasat, the political, and the dharmi, the religious, that we're kind of that's been enforced on Sikh bodies and minds for us to exist in this world. Now, ਇਸ ਹਾਲਾਤ ਦੇ ਵਿੱਚ ਜਿੱਥੇ ਪੰਜਾਬ ਦੇ ਬਟਵਾਰੇ ਤੋਂ ਬਾਅਦ ਜੇ ਸਿੱਖ ਨੇ ਆਪਣੇ ਭਵਿੱਖ ਦੀ ਜਾਂ ਆਪਣੇ ਸਿਆਸਤ ਦੀ ਗੱਲ ਕਰਨੀ ਆ, ਉੱਥੇ ਅਕਾਲੀ ਦਲ ਨੂੰ ਮੋਹਰੇ ਰੱਖਿਆ ਜਾਂਦਾ ਜਿਹੜੀ ਪਾਰਟੀ 1920 ਦੇ ਵਿੱਚ ਬਣਦੀ ਆ। ਤਾਂ ਸਾਨੂੰ ਪਤਾ ਅੱਜ ਦੀ ਜਿਹੜੀ ਅਕਾਲੀ ਦਲ ਆ ਟੋਟਲੀ ਇੱਕ ਸੈਕੂਲਰ ਪੱਖ ਦੇ ਵੱਲ ਚੱਲ ਗਈ ਆ, ਸਿੱਖ ਸਿਆਸਤ ਉਹਨਾਂ ਨੇ ਆਪਣੇ ਵਿੱਚੋਂ ਕੱਢ ਦਿੱਤੀ। ਪਰ ਜੇ ਅਸੀਂ ਇਹਨਾਂ ਦੋਨਾਂ ਦੇ ਸੰਤ ਜਰਨੈਲ ਸਿੰਘ ਇੱਕ ਪਾਸੇ ਤਾਂ ਅਕਾਲੀ ਦਲ ਇੱਕ ਪਾਸੇ, ਜੇ ਅਸੀਂ ਇਹਨਾਂ ਦੋਨਾਂ ਦੀ ਗੱਲ ਕਰੀਏ, ਇਹਨਾਂ ਦੋਨਾਂ ਤੋਂ ਗੱਲ ਸ਼ੁਰੂ ਕਰੀਏ, ਤਾਂ ਤੁਸੀਂ ਇਹਨਾਂ ਦੇ ਵਿੱਚ ਅਕਾਲੀ ਦਲ ਤਾਂ ਸੰਤ ਜਰਨੈਲ ਸਿੰਘ ਦੇ ਟੈਕਨੀਕ ਦੇ ਵਿੱਚ, ਉਹਨਾਂ ਦੇ ਪੈਂਥਰੇ ਦੇ ਵਿੱਚ, ਉਹਨਾਂ ਦੇ ਦੇਖਣ ਨਜ਼ਰੀਏ ਦੇ ਵਿੱਚ ਕੀ ਤੁਸੀਂ ਫਰਕ ਕੱਢੋਗੇ ਮਨਿੰਦਰ ਸਿੰਘ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਜਿਹੜਾ ਦਾਇਰਾ ਆ, ਆਈ ਥਿੰਕ ਉੱਥੋਂ ਸ਼ੁਰੂ ਗੱਲ ਹੁੰਦੀ ਹੈ ਕਿ ਆਪਣੇ ਆਪ ਨੂੰ ਤੁਸੀਂ ਕਿੱਦਾਂ ਪਰਖਣਾ ਆ, ਕਿੱਦਾਂ ਦੇਖਣਾ ਆ, ਤੁਹਾਡਾ ਨਜ਼ਰੀਆ ਕੀ ਆ। ਜਦੋਂ ਮਹਾਰਾਜ ਨੇ ਸਾਨੂੰ ਤਿਆਰ ਕੀਤਾ ਆ, ਉਹਦੇ ਵਿੱਚ ਇੱਕ ਜਿਹੜਾ ਪਾਤਸ਼ਾਹੀ ਦਾ ਵੀ ਦਾਅਵਾ ਦਿੱਤਾ ਆ। ਸੋ ਇੱਕ ਸਬਸਰਵੀਐਂਟ ਐਟੀਟਿਊਡ ਜਿਹੜੀ ਸਿੱਖ ਦੀ ਆ, ਉਹ ਹੌਲੀ ਹੌਲੀ ਮਿਟਦੀ ਗਈ। ਜਿਹੜਾ ਇੱਕ ਪਾਸਟ ਕਹਿ ਲਓ ਕਿ ਜਿਹੜਾ ਤੁਹਾਡੇ ਉੱਤੇ ਪਿਛੋਕੜ ਜਿਹੜਾ ਇਟਸ ਅਟੈਚਡ ਸੀ, ਉਹ ਥੋੜਾ ਜਿਹਾ ਟਾਈਮ ਲੱਗਦਾ ਉਹਨੂੰ ਲਾਉਣ ਲਈ। ਪਰ ਜਿੱਦਾਂ ਜਿੱਦਾਂ ਸਿੱਖਾਂ ਨੇ ਗੁਰੂ ਸਾਹਿਬ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਵਿਚਰੇ ਆ, ਉਹਦੇ ਵਿੱਚ ਕਦੇ ਵੀ ਜਿਹੜੀ ਸਟੇਟ ਦੇ ਦਾਇਰੇ ਦੇ ਵਿੱਚ ਰਹਿ ਕੇ ਤੁਸੀਂ ਆਪਣਾ ਨਜ਼ਰੀਆ ਨਹੀਂ ਤੈਅ ਕੀਤਾ। ਉਹ ਤਾਂ ਮਹਾਰਾਜ ਨੇ ਸ਼ਬਦ ਗੁਰੂ ਰਾਹੀਂ ਸਾਨੂੰ ਤੈਅ ਕਰ ਦਿੱਤਾ ਸੀਗਾ, ਸਾਡੀ ਰਹਿਤ ਮਰਿਆਦਾ ਵਿੱਚ ਤੈਅ ਹੋ ਗਿਆ ਸੀ, ਸਾਡੇ ਬੋਲ ਵਾਲਿਆਂ ਦੇ ਵਿੱਚ ਤੈਅ ਹੋ ਗਿਆ ਸੀ। ਉਹ ਜਿੰਨਾ ਕੁਛ ਵੀ ਸਾਨੂੰ ਉਸ ਪੂਰੇ ਇਤਿਹਾਸ ਦੇ ਵਿੱਚ ਸਾਨੂੰ ਮਿਲਿਆ ਆ, ਉਹਨੇ ਤੈਅ ਕਰ ਦਿੱਤਾ ਸੀਗਾ ਕਿ ਸਾਡੀ ਸਟੇਟ ਤੇ ਕੋਈ ਵੀ ਹਕੂਮਤ ਦੇ ਨਾਲ ਕਿਹੋ ਜਿਹੀ ਰਿਲੇਸ਼ਨਸ਼ਿਪ ਹੋਊਗੀ। ਤੇ ਇਹ ਨਹੀਂ ਹੈਗਾ ਕਿ ਸਿਰਫ ਡਿਸਕ੍ਰਿਮੀਨੇਸ਼ਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਗੱਲਬਾਤ ਕਰਨੀ ਆ। ਐਂਡ ਆਈ ਥਿੰਕ ਮੈਂ ਕਈ ਜਿਹੜੇ ਪੰਜਾਬ ਦੇ ਵਿਦਵਾਨ ਵੀ ਆ, ਕਈ ਗੁਰਮੁਖ ਆ ਉੱਥੇ, ਉਹਨਾਂ ਤੋਂ ਵੀ ਇਹ ਗੱਲ ਸੁਣੀ ਆ ਤੇ ਮੇਰੀ ਇਹ ਗੱਲ ਬੜੀ ਪਸੰਦ ਆਈ ਆ ਕਿ ਜਿਹੜੀ ਅਕਾਲੀ ਦਲ ਦੀ ਜਿਹੜਾ ਦਾਇਰਾ ਆ, ਉਹ ਸਟੇਟ ਦੀ ਮਸ਼ੀਨਰੀ ਤੇ ਐਪਰਾਟਿਸ ਦੇ ਵਿੱਚ ਵਿੱਚ ਹੀ ਫਿਰਦਾ ਆ। ਉਹ ਤੋਂ ਬਾਅਦ ਦੇ ਡੋਂਟ ਹੈਵ ਦੀ ਅਬਿਲਿਟੀ, ਉਹ ਤੋਂ ਬਾਅਦ ਅਸੀਂ ਸੋਚ ਵੀ ਲਈਏ ਕਿ ਸਿੱਖ ਜਿਹੜੇ ਆ ਉਹਨਾਂ ਦਾ ਜਿਹੜਾ ਆਊਟਲੁੱਕ ਆ, ਕਿ ਉਹਨਾਂ ਨੇ ਦੁਨੀਆ ਨੂੰ ਕਿੱਦਾਂ ਪਰਖਣਾ ਆ, ਆਪਣੇ ਆਪ ਨੂੰ ਦੁਨੀਆ ਦੇ ਵਿੱਚ ਕਿੱਦਾਂ ਦੇਖਣਾ ਆ, ਕਿ ਸਾਡੀ ਜਿਹੜੀ ਇੱਕ ਪੋਜੀਸ਼ਨ ਆ ਐਜ਼ ਅ ਸਿੱਖ ਪੰਥ ਉਹ ਕਿਹੋ ਜਿਹੀ ਹੋ ਸਕਦੀ ਹੈ। ਸੋ ਜਿਹੜਾ ਕੰਸਟੀਟਿਊਸ਼ਨਲ ਦਾਇਰੇ ਦੇ ਵਿੱਚ ਕੰਮ ਕਰਨਾ, ਉਹ ਜਿਹੜਾ ਆ ਲਿਮਿਟਿਡ ਆ, ਸੀਮਿਤ, ਉਹ ਸਿਰਫ ਡਿਸਕ੍ਰਿਮੀਨੇਸ਼ਨ ਤੱਕ ਹੀ ਗੱਲ ਹੁੰਦੀ ਹੈ। ਤੇ ਉਹ ਡਿਸਕ੍ਰਿਮੀਨੇਸ਼ਨ ਜਿਹੜਾ ਆ ਉਹ ਸਟੇਟ ਕਦੋਂ ਵੀ ਉਹਨੂੰ ਮਿਟਾ ਸਕਦੀ ਹੈ, ਕਦੀ ਵੀ ਉਹਨੂੰ ਲਾਗੂ ਕਰ ਸਕਦੀ ਹੈ। ਤੇ ਉਹ ਜਿਹੜਾ ਆ ਉਹ ਦਿਨਵਣਾ ਲਿਵਿੰਗ ਆਪਣੇ ਟਰਮਸ ਤੇ ਅਸੀਂ ਨਹੀਂ ਜੀ ਰਹੇ, ਅਸੀਂ ਸਟੇਟ ਦੇ ਜਿਹੜੇ ਟਰਮਸ ਤੇ ਅਸੀਂ ਜੀ ਰਹੇ ਹਾਂ ਉਹਦੇ ਮਤਲਬ ਦੇ ਨਾਲ। ਸੋ ਆਈ ਥਿੰਕ ਜਿਹੜਾ ਅਕਾਲੀ ਦਲ ਦੀ ਜਿਹੜੀ ਹੋਂਦ ਆ, ਉਹ ਇੱਕ ਬੜੀ ਵੱਡੀ ਹਿਸਟਰੀ ਆ, ਕਿੱਥੋਂ ਉਹ ਤੁਰ ਕੇ ਆਏ, ਕਿਹੜੀ ਉਹ ਸਿੰਘ ਸਭਾ ਲਹਿਰ ਤੁਰੀ, ਕਿੱਥੇ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਟਾਕਰਾ ਲਿਆ, ਦੇਅਰ ਇਜ਼ ਸੋ ਮੱਚ ਇਨ ਦੇਅਰ। ਬਟ ਜਿਹੜੀ ਮੌਜੂਦਾ ਅਕਾਲੀ ਦਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਪ੍ਰੋਬਬਲੀ ਫਰੋਮ ਦਾ 1970s ਆਨਵਰਡਸ ਸਪੈਸ਼ਲੀ, ਉਹਦੇ ਵਿੱਚ ਜਿਹੜੇ ਉਹਨਾਂ ਨੇ ਇੱਕ ਸਟੇਟ ਦੇ ਵਿੱਚ ਰਹਿ ਕੇ ਕੰਪਰੋਮਾਈਜ਼ ਕਰਨਾ ਕਿ ਤੁਸੀਂ ਆਪਣੀਆਂ ਮੰਗਾਂ ਰੱਖਣੀਆਂ ਆ, ਬਾਅਦ ਦੇ ਵਿੱਚ ਜਦੋਂ ਉਹ ਮੰਗਾਂ ਦੋ ਮਿਲ ਗਈਆਂ ਦਸਾਂ ਦੇ ਵਿੱਚੋਂ, ਤਿੰਨ ਮਿਲ ਗਈਆਂ ਦਸਾਂ ਦੇ ਵਿੱਚੋਂ, ਭਾਵੇਂ ਤੁਸੀਂ ਲਾਈਕ ਜਿੱਦਾਂ ਸੰਤ ਜੀ ਆਪ ਵੀ ਕਹਿੰਦੇ ਹੁੰਦੇ ਸੀਗੇ ਕਿ ਜੂਸ ਪੀ ਕੇ ਤੁਸੀਂ ਆਪਣਾ ਭੁੱਖ ਹੜਤਾਲ ਤੋੜ ਦੇਣੀ ਆ, ਜਾਂ ਤੁਸੀਂ ਮਰਨ ਵਰਤ ਰੱਖ ਲੈਣਾ ਆ, ਜਾਂ ਤੁਸੀਂ ਹੋਰ ਕੁਛ ਕਰ ਲੈਣਾ ਹੈ। ਮੁੜ ਮੁੜ ਕੇ ਇੱਕ ਸਾਨੂੰ ਦੇਖਣ ਲਈ ਮਿਲਿਆ ਕਿ ਜਿਹੜੇ ਅਕਾਲੀ ਆਗੂ ਸੀਗੇ ਉਹਨਾਂ ਨੇ ਉਹ ਗੱਲ ਤੋਂ ਪਿੱਛੇ ਮੁੜੇ ਗਏ, ਕਦੀ ਵੀ ਉਹਨਾਂ ਨੇ ਕੋਈ ਸੰਪੂਰਨ ਦੇ ਵਿੱਚ ਜਿਹੜਾ ਵੀ ਕੋਈ ਮੋਰਚਾ ਲੱਗਿਆ ਉਹਨੂੰ ਐਂਡ ਤੱਕ ਨਹੀਂ ਦੇਖਿਆ। ਕਿਉਂਕਿ ਉਹ ਜਿਹੜਾ ਮੋਰਚੇ ਸੀਗੇ ਉਹ ਲਾਈਕ ਥੋੜੀ ਮੱਚ ਉਹਦੀ ਡਿਮਾਂਡ ਐਟ ਦੀ ਐਂਡ ਦਾ ਡੇ, ਜੇ ਅਸੀਂ ਦੇਖੀਏ ਉਹ ਖੂਨ ਆ, ਉਹ ਸੈਕਰੀਫਾਈਸ ਆ,
ਤੇ ਉਹ ਉਸ ਲੈਵਲ ਤੱਕ ਜਾਣ ਲਈ ਤਿਆਰ ਨਹੀਂ ਸੀਗੇ, ਭਾਵੇਂ ਉਹਨਾਂ ਦੀ ਗੁਰਮਤਿ ਪੱਖੋਂ ਉਹ ਠੀਕ ਨਹੀਂ ਸੀਗੇ ਜਾਂ ਗੁਰਬਾਣੀ ਸ਼ਬਦ ਗੁਰੂ ਪੱਖੋਂ ਉਹ ਠੀਕ ਨਹੀਂ ਸੀਗੇ, ਵਟ ਐਵਰ ਦ ਕੇਸ ਸੀਗਾ, ਉਹਨਾਂ ਨੇ ਸਟੇਟ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਕੰਮ ਕੀਤਾ। ਤੇ ਦੂਜੇ ਪਾਸੇ ਜਿਹੜੀ ਆਊਟਲੁੱਕ ਜਿਹੜੀ ਸੰਤ ਜੀ ਦੀ ਸੀਗੀ, ਉਹ ਸੰਤ ਜੀ ਦੇ ਲਾਈਕ ਆਊਟਲੁੱਕ ਸੀਗੀ ਕਿ ਇੱਕ ਸਬਸਰਵੀਐਂਟ ਐਟੀਟਿਊਡ ਉਹਨਾਂ ਦੇ ਕੋਲ ਨਹੀਂ ਸੀਗੀ। ਉਹਨਾਂ ਨੇ ਆਪਣੇ ਆਪ ਨੂੰ ਉਦਾਂ ਦੇਖਿਆ ਜਿੱਦਾਂ ਗੁਰੂ ਸਾਹਿਬ ਨੇ ਸਾਨੂੰ ਤਿਆਰ ਕੀਤਾ, ਤੇ ਉਹਨਾਂ ਨੇ ਆਪਣੇ ਆਪ ਨੂੰ ਇੱਕ ਪਾਤਸ਼ਾਹੀ ਫਿਗਰ ਦੇ ਵਿੱਚ, ਜੇ ਅਸੀਂ ਗੁਰੂ ਦੇ ਰੂਪ ਹਾਂ ਤੇ ਗੁਰੂ ਸੱਚੇ ਪਾਤਸ਼ਾਹ ਹੈ ਸਾਡੇ ਲਈ, ਫਿਰ ਜਿਹੜੀ ਪਾਤਸ਼ਾਹੀ ਸਿੱਖਾਂ ਨੂੰ ਦਿੱਤੀ ਹੈ ਉਹਨੇ ਉਹ ਝਲਕਾਂ ਦਿਖਾਈਆਂ। ਉਹ ਜਿਹੜੀ ਆਈ ਥਿੰਕ ਇੱਕ ਨੈਰੇਟਿਵ ਦੀ ਗੱਲ ਆ ਜਾਂਦੀ ਹੈ ਕਿ ਜਦੋਂ ਤੁਸੀਂ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹਾਂ, ਡਿਸਕ੍ਰਿਮੀਨੇਸ਼ਨ ਹੁੰਦੀ ਹੈ ਕਿ ਇੱਕ ਦਾਇਰੇ ਦੇ ਵਿੱਚ ਤੁਸੀਂ ਰਹਿ ਕੇ ਤੁਸੀਂ ਡਿਸਕ੍ਰਿਮੀਨੇਸ਼ਨ ਨੂੰ ਮਿਟਾਉਣਾ ਹੈ, ਤੁਸੀਂ ਇਹ ਅਪੀਲ ਕਰ ਰਹੇ ਹੋ ਕਿ ਸਾਡੇ ਨਾਲ ਜਿਹੜਾ ਫਰਕ ਆ, ਵਿਰਕਰਾ ਆ, ਜੋ ਵੀ ਇਹ ਚੀਜ਼ਾਂ ਆ, ਇਹ ਖਤਮ ਕੀਤੀਆਂ ਜਾਣ। ਤੇ ਜਦੋਂ ਉਹ ਖਤਮ ਹੋ ਜਾਂਦੀਆਂ ਆ ਜਾਂ ਉਹਦੇ ਦੋ ਤਿੰਨ ਚੀਜ਼ਾਂ ਖਤਮ ਹੋ ਜਾਂਦੀਆਂ, ਤੁਹਾਨੂੰ ਇੱਕ ਅਹਿਸਾਸ ਜਿਹਾ ਹੋ ਜਾਂਦਾ ਹੈ, ਇੱਕ ਗਲਤ ਅਹਿਸਾਸ ਜਿਹੜਾ ਆ ਕਿ ਅਸੀਂ ਇਹਦੇ ਵਿੱਚ ਵਿਕਟੋਰੀਅਸ ਹਾਂ ਜਾਂ ਸਾਡੇ ਲਈ ਇਹ ਕੋਈ ਵੱਡੀ ਫਾਇਦੇ ਵਾਲੀ ਗੱਲ ਹੋਈ ਹੈ। ਹਾਲ ਦੀ ਘੜੀ ਜਿਹੜੀ ਸੰਤਾਂ ਦੀ ਗੱਲ ਸੀਗੀ, ਉਹਨਾਂ ਨੇ ਸਿੱਖਾਂ ਨੂੰ ਇੱਕ ਮੋੜ ਤੇ ਖੜਾ ਕਰ ਦਿੱਤਾ ਜਿਹੜੇ ਗੁਲਾਮੀ ਦਾ ਮੋੜ ਸੀਗਾ। ਤੇ ਆਈ ਹਰਡ ਕਿ ਇੱਕ ਆਈ ਕੈਂਟ ਰਿਮੈਂਬਰ ਕਿੱਥੋਂ ਮੈਂ ਗੱਲ ਸੁਣੀ ਹੈ, ਬਟ ਕਿਸੇ ਪੰਜਾਬ ਤੋਂ ਇਹ ਗੱਲ ਆਈ ਸੀਗੀ ਕਿ ਗੁਲਾਮੀ ਸੰਤਾਂ ਨੇ ਜਦੋਂ ਸਿੱਖਾਂ ਨੂੰ ਇਸ ਪਾਸੇ ਲੈ ਆਉਂਦਾ ਕਿ ਤੁਸੀਂ ਗੁਲਾਮ ਆ, ਤੇ ਗੁਲਾਮੀ ਦੇ ਵਿੱਚੋਂ ਫਿਰ ਇੱਕੋ ਹੀ ਚੀਜ਼ ਨਿਕਲਦੀ ਹੈ, ਉਹ ਹੁਣ ਆਜ਼ਾਦੀ ਹੈ। ਤੇ ਜਿਹੜੀ ਸਿੱਖਾਂ ਦੀ ਆਜ਼ਾਦੀ ਹੈ, ਮੁੜ ਮੁੜ ਕੇ ਸਾਨੂੰ ਇਹ ਪ੍ਰੇਰਣਾ ਕਿ ਤੁਸੀਂ ਗੁਲਾਮ ਆ, ਤੁਸੀਂ ਗੁਲਾਮ ਆ, ਉਹ ਜਿਹੜਾ ਡਿਸਕ੍ਰਿਮੀਨੇਸ਼ਨ ਆ ਉਹ ਸਿਰਫ ਡਿਸਕ੍ਰਿਮੀਨੇਸ਼ਨ ਹੀ ਹੈਗਾ, ਉਹ ਗੁਲਾਮੀਆਂ ਦੀਆਂ ਝਲਕਾਂ ਆ। ਤੁਹਾਨੂੰ ਮੁੜ ਮੁੜ ਕੇ ਜਦੋਂ ਤੁਹਾਨੂੰ ਮਾਰਿਆ ਜਾਂਦਾ ਆ, ਜੇਲ੍ਹਾਂ ਦੇ ਵਿੱਚ ਸਿੱਟਿਆ ਜਾਂਦਾ ਆ, ਤੁਹਾਡੀਆਂ ਮੰਗਾਂ ਨਹੀਂ, ਜਿਹੜੀਆਂ ਮੰਗਾਂ ਜਾਂ ਡਿਮਾਂਡਸ ਆ ਉਹ ਪਾਸੇ ਕੀਤੀ ਜਾਂਦੀਆਂ ਆ, ਉਹ ਫਿਰ ਇੱਕ ਸਿਚੁਏਸ਼ਨ ਇਹੋ ਜਿਹਾ ਬਣ ਜਾਂਦਾ ਹੈ ਕਿ ਜਿਹੜੀ ਸਾਡੀ ਆਊਟਲੁੱਕ ਆ, ਉਹ ਜੇ ਅਕਾਲੀਆਂ ਵਰਗੀ ਉਸ ਟਾਈਮ ਦੀ ਸੀਗੀ, ਉਹਦੇ ਵਿੱਚ ਲੌਂਗੋਵਾਲ ਅਕੋਰਡ ਜਾਂ ਹੋਰ ਕੋਈ ਅਕੋਰਡ ਸਾਈਨ ਕਰਕੇ ਤੁਸੀਂ ਗਾਂਹ ਤੁਰੋ। ਬਟ ਜੇ ਤੁਸੀਂ ਸੰਤਾਂ ਦੀ ਜਿਹੜੀ ਆਊਟਲੁੱਕ ਆ, ਜਿਹੜੇ ਅਸੀਂ ਪਿਛਲੇ ਕਈ ਇਤਿਹਾਸਿਕ ਪੱਖ ਤੋਂ ਦੇਖ ਸਕਦੇ ਹਾਂ, ਜਿਹੜੀ ਪੰਥ ਪ੍ਰਕਾਸ਼ ਦੇ ਵਿੱਚ ਜਦੋਂ ਨਵਾਬੀ ਵੀ ਸਿੱਖਾਂ ਨੂੰ ਪੇਸ਼ ਹੋਈ ਸੀਗੀ, ਉਦੋਂ ਵੀ ਜਥੇਦਾਰ ਦਰਬਾਰਾ ਸਿੰਘ ਦੇ ਜਿਹੜੇ ਬੋਲ ਸੀਗੇ ਕਿ ਅਸੀਂ ਨਵਾਬੀ ਕਦ ਚਾਹ ਲਈ ਹਮਕੋ ਬਚਨ ਸਤਿਗੁਰ ਪਾਤਸ਼ਾਹੀ, ਜਿਹੜੇ ਪਾਤਸ਼ਾਹੀ ਦੇ ਬਚਨ ਆ ਉਹ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਆ। ਹੁਣ ਜਿਹੜੀ ਨਵਾਬੀ ਆ, ਜਿਹੜੀ ਅਕਾਲੀਆਂ ਦਾ ਰੋਲ ਆ, ਆਈ ਸੀ ਇਟ ਪਰਸਨ ਕਿ ਉਹ ਇੱਕ ਉਸ ਤਰ੍ਹਾਂ ਦੀ ਇੱਕ ਗਿਰੀ ਹੋਈ ਨਵਾਬੀ ਅੰਗ ਆ ਕਿ ਤੁਸੀਂ ਸਟੇਟ ਦੇ ਇੱਕ ਐਪਰਾਟਿਸ ਦੇ ਮਸ਼ੀਨਰੀ ਨੂੰ ਰਾਦਰ ਦੈਨ ਚੈਲੰਜਿੰਗ ਇਟ, ਤੁਸੀਂ ਇੱਕ ਹਿੱਸਾ ਉਹਦਾ ਬਣ ਕੇ ਜਿਉਣਾ ਚਾਹੁੰਦੇ ਆ। ਤੇ ਉਹ ਤਾਂ ਫਿਰ ਗੱਲਾਂ ਜਿਹੜੀਆਂ ਗੁਰਬਾਣੀ ਵਿੱਚੋਂ ਭਰਮ ਤੇ ਭੈ ਦੀਆਂ ਆ ਜਾਂਦੀਆਂ ਕਿ ਜਿਹੜੀ ਜਿੱਥੇ ਡਾਊਟ ਆ, ਜਿੱਥੇ ਡਰ ਆ, ਤੇ ਇਹੋ ਜਿਹੜੇ ਆਊਟਲੁੱਕਸ ਆ, ਨਜ਼ਰੀਏ ਉਹ ਪੇਸ਼ ਕੀਤੇ ਜਾਂਦੇ ਆ, ਕਿਉਂਕਿ ਉਹਦੇ ਵਿੱਚ ਹੀ ਇਨਸਾਨ ਦੀ ਸੇਫਟੀ ਜਿਹੜੀ ਆ ਉਹ ਪੈਦਾ ਹੋ ਜਾਂਦੀ ਆ। ਮਨਦੀਪ ਸਿੰਘ ਜੀ, ਜਦੋਂ ਨੀ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਜਾਂ ਸੰਤ ਜਰਨੈਲ ਸਿੰਘ ਦੀ ਗੱਲ ਹੁੰਦੀ ਆ, ਦੋਨਾਂ ਦਾ ਜਿਹੜਾ ਕੰਟੈਕਸਟ ਆ ਇਤਿਹਾਸ ਦੇ ਤੌਰ ਦੇ ਉੱਤੇ ਜਾਂ ਮੌਜੂਦਾ ਸੰਘਰਸ਼ ਦੇ ਤੌਰ ਦੇ ਉੱਤੇ ਕੰਟੈਕਸਟ ਦੋਨਾਂ ਦਾ ਜੁੜਿਆ ਹੋਇਆ ਆ, ਪਰ ਜਦੋਂ ਸੰਤ ਜੀ ਦੀ ਗੱਲ ਹੁੰਦੀ ਆ, ਸੰਤ ਜੀ ਨੂੰ ਇੱਕ ਹਿਸਟੋਰਿਕ ਫਿਗਰ, ਇੱਕ ਇਤਿਹਾਸਿਕ ਵਿਅਕਤੀ ਦੇ ਹੋਣ ਦੇ ਨਾਤੇ ਉਹਨੂੰ ਪਾਸਟ ਦੇ ਵਿੱਚ ਧੱਕਿਆ ਜਾਂਦਾ ਆ, ਤੇ ਜੇ ਉਹਦੀ ਸੰਤ ਜਰਨੈਲ ਸਿੰਘ ਜੀ ਦੀ ਅੱਜ ਦੀ ਰੈਲੇਵੈਂਸ ਦੀ ਗੱਲ ਹੁੰਦੀ ਆ, ਖਾਸ ਕਰਕੇ ਮੇਨਸਟ੍ਰੀਮ ਮੀਡੀਆ ਦੇ ਵਿੱਚ ਜਾਂ ਕੋਈ ਪੋਲੀਟੀਕਲ ਡਿਸਕੋਰਸ ਜਿੱਥੇ ਸਿੱਖਾਂ ਦਾ ਉਹਦੇ ਵਿੱਚ ਨਹੀਂ ਪੰਥਕ ਪੱਖ ਹੈਗਾ, ਉੱਥੇ ਹਮੇਸ਼ਾ ਇੱਕ ਬਾਬੈਰਿਕ ਐਂਟੀਟੀ, ਇੱਕ ਫੰਡਾਮੈਂਟਲਿਸਟ ਕਹਿ ਲਓ ਜਾਂ ਜੋ ਵੀ ਇੱਦਾਂ ਦਾ ਲੈਂਗੁਏਜ ਵਰਤਦੇ ਆ, ਉਹਨੂੰ ਕੰਟੈਕਸਟ ਦੇ ਵਿੱਚੋਂ ਕੱਢਿਆ ਜਾਂਦਾ ਆ। ਸੋ ਇਸ ਕੰਟੈਕਸਟ ਬਾਰੇ ਤੁਸੀਂ ਥੋੜੀ ਜਿਹੀ ਗੱਲ ਕਰ ਸਕਦੇ ਹਾਂ ਕਿ ਜਿਹੜਾ ਅਕਾਲੀ ਦਲ ਦੀ ਸੀਮ ਤੇ ਆਉਣਾ ਤਾਂ ਸੰਤ ਜਰਨੈਲ ਸਿੰਘ ਦੀ ਪੰਥਕ ਸੀਮ ਤੇ ਆਉਣਾ, ਕਿੱਦਾਂ ਇਹ ਦੋਨੇ ਪੈਰਲਲ ਦੇ ਵਿੱਚ ਚੱਲਦੇ ਆ, ਕੀ ਇਹਨਾਂ ਦਾ ਆਪਸ ਵਿੱਚ ਕਨੈਕਸ਼ਨ ਆ, ਤਾਂ ਬਾਕੀ ਇਹ ਕਲੈਸ਼ ਦੇ ਉੱਤੇ ਕਿ ਅਕਾਲੀ ਦਲ ਦੇ ਸਿਆਸਤ ਦੇ ਵਿੱਚੋਂ ਜਿਹੜੀ ਸੂਬੇਦਾਰੀ ਦੀ ਸਿਆਸਤ ਕਹਿ ਲਓ ਤਾਂ ਸੰਤ ਜਰਨੈਲ ਸਿੰਘ ਦੀ ਸਿਆਸਤ, ਉਹਦੇ ਵਿੱਚ ਕੀ ਫਰਕ ਸੀਗੇ, ਤਾਂ ਇਹ ਕਲੈਸ਼ ਅੱਜ ਵੀ ਮੈਨੇ ਰੱਖਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਨਾ ਮੈਂ ਇੱਕ ਦੋ ਬੁਨਿਆਦੀ ਬੇਨਤੀਆਂ ਕਰਨੀਆਂ। ਇੱਕ ਬੇਨਤੀ ਤਾਂ ਇਹ ਕਿ ਜਦੋਂ ਤੱਕ ਅਸੀਂ ਗੁਰੂ ਖਾਲਸਾ ਪੰਥ ਦੀ ਜਿਹੜੀ ਅਸਲ ਹੋਂਦ ਹਸਤੀ ਹੈ ਉਹਨੂੰ ਸਹੀ ਤਰੀਕੇ ਨਾਲ ਨਹੀਂ ਸਮਝਦੇ, ਉਦੋਂ ਤੱਕ ਆਪਾਂ ਨੂੰ ਸੰਤ ਜਰਨੈਲ ਸਿੰਘ ਹੋਣਾ ਦੀ ਸ਼ਖਸੀਅਤ, ਉਹਨਾਂ ਦਾ ਜਿਹੜਾ ਕਰਮ ਹੈ ਉਹ, ਤੇ ਅਕਾਲੀ ਦਲ ਬਾਦਲ ਜਾਂ ਜਿਹੜਾ ਅਕਾਲੀ ਦਲ ਉਦੋਂ ਲੌਂਗੋਵਾਲ ਸੀਗਾ ਉਹਨਾਂ ਦਾ ਜਿਹੜਾ ਕਰਮ ਹੈ ਤੇ ਉਹਨਾਂ ਦਾ ਜਿਹੜਾ ਕਰੈਕਟਰ ਹੈ ਉਹ ਸਮਝ ਨਹੀਂ ਆਉਣਾ। ਤੋ ਜਿੱਥੇ ਤੱਕ ਗੁਰੂ ਖਾਲਸਾ ਪੰਥ ਦੀ ਹੋਂਦ ਦਾ ਸੰਬੰਧ ਹੈ ਉਹਦੇ ਵਿੱਚ ਇੱਕ ਨੁਕਤਾ ਜਿਹੜਾ ਹੈਗਾ ਉਹ ਦੁਨੀਆਂ ਦੀਆਂ ਬਾਕੀ ਜਥੇਬੰਦੀਆਂ ਤੋਂ ਵਿਲੱਖਣ ਹੈ। ਉਹ ਨੁਕਤਾ ਇਹ ਆ ਕਿ
गुरु खालसा पंथ ये सिर्फ दुनियावी जथेबंदी नहीं है, यानी कि मीरी दे गुणा दे विच जिहड़ी विचरण वाली जथेबंदी नहीं है। इस जथेबंदी की जिहड़ी असल मोटिवेशन है वह पीरी तो है, वह स्पिरिचुअलिटी तो। यह हालत ते पालत दोनों जहाना दे विच विचरण वाली जथेबंदी, यह परमात्मा की मौज के नाल प्रगट हुई जथेबंदी है। यह अकाल पुरख का इस दुनिया के उत्ते सीधा दखल है। जिन्ना टाइम तक असीं यह एंगल नहीं समझते कि यह एक सधारण ऑर्गेनाइजेशन नहीं है जिहड़ी किसी दुनियावी डायमेंशनस दे विच ते दुनियावी नीड्स के कारण, दुनियावी आइडियाज के कारण ਜਾਂ ਦੁਨਿਆਵੀ ਏਮਸ ਦੇ ਕਾਰਨ ਵਿਚਰਦੀ ਹੈ। ਉਹ ਬਹੁਤ ਸਾਰੀਆਂ ਪੋਲੀਟੀਕਲ ਜਥੇਬੰਦੀਆਂ ਨੇ ਜਿਹੜੀਆਂ ਚੰਗੀਆਂ ਵੀ ਨੇ, ਜਿਨ੍ਹਾਂ ਦੇ ਆਈਡੀਏ ਵੀ ਚੰਗੇ ਨੇ, ਜਿਨ੍ਹਾਂ ਦੇ ਅਮਲ ਵੀ ਚੰਗੇ ਹੋਣਗੇ, ਉਹ ਆਪਣੀ ਜਗ੍ਹਾ ਇੱਕ ਵੱਖਰੀ ਵੱਖਰਾ ਮਸਲਾ ਹੈ। ਸੋ ਜਿਹੜੀ ਖਾਲਸਾ ਪੰਥ ਹੈ ਇਹ ਇੱਕ ਸਪਿਰਚੁਅਲ ਹੋਂਦ ਹੈ ਐਕਚੁਅਲੀ, ਜਿਹੜੀ ਇਤਿਹਾਸ ਦੇ ਵਿੱਚ ਸਰਬੱਤ ਦੇ ਭਲੇ ਲਈ ਦਖਲ ਦਿੰਦੀ। ਸੋ ਇਸ ਨੁਕਤੇ ਤੋਂ ਜੇਕਰ ਅਸੀਂ ਇਹ ਸਾਰੀ ਗੱਲ ਦੇਖਾਂਗੇ ਤਾਂ ਸਾਨੂੰ ਸਮਝ ਆਏਗਾ ਕਿ ਸੰਤ ਜਰਨੈਲ ਸਿੰਘ ਜਿਹੜੇ ਸੀਗੇ ਉਹ ਇਕੱਲੀ ਪਰਸਨੈਲਿਟੀ ਨਹੀਂ ਸੀਗੇ, ਉਹ ਇੱਕ ਮਨੁੱਖ ਨਹੀਂ ਸੀਗੇ। ਸੰਤ ਜਰਨੈਲ ਸਿੰਘ ਉਹਨਾਂ ਦੇ ਨਾਲ ਲੜਨ ਵਾਲੇ ਜਿਹੜੇ ਉੱਥੇ ਸ਼ਹੀਦ ਹੋਏ 150-200 ਫਾਈਟਰ, ਉਹ ਤੇ ਉਹਨਾਂ ਦੇ ਲਈ ਹੋਰ ਹਜ਼ਾਰਾਂ ਮਨੁੱਖ ਜਿਹੜੇ ਸਪਿਰਿਟ ਦੇ ਪੱਧਰ ਤੇ ਉਹਨਾਂ ਲਈ ਅਰਦਾਸ ਕਰ ਰਹੇ ਸੀਗੇ, ਤੇ ਉਹ ਸਪਿਰਿਟ ਦੇ ਪੱਧਰ ਤੇ ਸਪਿਰਚੁਅਲੀ ਇੱਕ ਬਹੁਤ ਵੱਡੀ ਹੋਂਦ ਸੀਗੀ। ਤੋ ਸੰਤ ਜਰਨੈਲ ਸਿੰਘ ਹੋਣਾ ਨੂੰ ਕੱਲੀ ਇੱਕ ਸ਼ਖਸੀਅਤ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ, ਉਹਨਾਂ ਨੂੰ ਗੁਰੂ ਖਾਲਸਾ ਪੰਥ ਦੇ ਇੱਕ ਸਭ ਤੋਂ ਉੱਭੜਵੇਂ ਬਿੰਬ ਦੇ ਸਿੰਬਲ ਦੇ ਤੌਰ ਤੇ ਦੇਖਣਾ ਚਾਹੀਦਾ। ਉਸ ਵਕਤ ਸੰਤ ਜਰਨੈਲ ਸਿੰਘ ਹੋਣੀ, ਜਨਰਲ ਸੁਵੇਕ ਸਿੰਘ ਹੋਣੀ, ਭਾਈ ਅਮਰੀਕ ਸਿੰਘ ਹੋਣੀ, ਭਾਈ ਬਖਸ਼ੀਸ਼ ਸਿੰਘ ਮਾਲੋਵਾਲ ਹੋਣੀ, ਬੀਬੀ ਅਪਕੌਰ ਕੌਰ ਹੋਣੀ, ਇਹਨਾਂ ਦੀ ਅਗਵਾਈ ਦੇ ਵਿੱਚ ਜਿੰਨੇ ਵੀ ਉੱਥੇ ਸਿੰਘ ਲੜ ਰਹੇ ਸੀਗੇ, ਉਹ ਅਸਲ ਦੇ ਵਿੱਚ ਜਿਹੜਾ ਗੁਰੂ ਖਾਲਸਾ ਪੰਥ ਹੈ ਉਹਦੀ ਨੁਮਾਇੰਦਗੀ ਕਰ ਰਹੇ ਸੀਗੇ। ਉਸ ਵਕਤ ਉਹ ਜਿਹੜੀ ਮਹਾਰਾਜ ਨੇ ਖਾਲਸੇ ਨੂੰ ਆਪ ਇੱਕ ਬਖਸ਼ਿਸ਼ ਦਿੱਤੀ ਹੈ ਵੀ ਜਦੋਂ ਖਾਲਸਾ ਗੁਣਾਂ ਦੇ ਵਿੱਚ, ਦੁਨਿਆਵੀ ਗੁਣਾਂ ਦੇ, ਸਪਿਰਚੁਅਲਿਟੀ ਦੇ ਇੱਕ ਮੁਕਾਮ ਤੇ ਅਵਸਥਾ ਤੇ ਪਹੁੰਚ ਜਾਂਦਾ ਤਾਂ ਉਹ ਗੁਰੂ ਰੂਪ ਹੋ ਜਾਂਦਾ, ਤੇ ਉਸ ਵਕਤ ਉਹ ਗੁਰੂ ਰੂਪ ਹੋ ਕੇ ਵਿਚਰ ਰਹੇ ਸੀਗੇ। ਤੋ ਇਹ ਐਂਗਲ ਅਸੀਂ ਨਹੀਂ ਸ਼ਾਮਿਲ ਕਰਾਂਗੇ। ਤੋ ਸਾਡੀ ਜਿਹੜੀ ਉਸ ਵੇਲੇ ਦੀ ਈਵੈਂਟਸ ਹੈ ਤੇ ਉਸ ਵੇਲੇ ਦਾ ਜਿਹੜਾ ਫਿਨਾਮਿਨ ਹੈ ਉਹਨੂੰ ਸਮਝਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਅਸੀਂ ਸਫਲ ਨਹੀਂ ਹੋ ਸਕਾਂਗੇ। ਉਹਦੇ ਉਲਟ ਜਿਹੜਾ ਅਕਾਲੀ ਦਲ ਸੀਗਾ, ਅਕਾਲੀ ਦਲ ਜਿਸ ਵੇਲੇ ਸ਼ੁਰੂ ਹੋਇਆ ਉਹ ਵੱਖਰੀ ਗੱਲ ਹੈ। ਜਿਹੜੇ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ ਉਹ ਅਕਾਲੀ ਦਲ 47 ਤੋਂ ਬਾਅਦ ਦਾ, ਸਪੈਸ਼ਲੀ 60s ਤੋਂ ਬਾਅਦ ਦਾ। ਉਸ ਵਕਤ ਜਿਹੜਾ ਇਹ ਅਕਾਲੀ ਦਲ ਹੈ ਇਹ ਇੱਕ ਆਮ ਦੁਨਿਆਵੀ ਜਥੇਬੰਦੀ ਵਾਲਾ ਹੀ ਰਹਿ ਗਿਆ ਸੀਗਾ, ਜਿਹਦੇ ਦੁਨਿਆਵੀ ਪੱਧਰ ਦੇ ਉੱਤੇ ਪੰਜਾਬ ਦੇ ਲਈ, ਸਿੱਖਾਂ ਦੇ ਲਈ ਜਾਂ ਪੰਜਾਬ ਦੇ ਹੋਰ ਲੋਕਾਂ ਦੇ ਲਈ ਵੀ ਜਿਹਨਾਂ ਦੀ ਖਿਆਲ ਚੰਗੇ ਹੋ ਸਕਦੇ ਸੀਗੇ, ਉਹਨਾਂ ਦੀ ਨੀਅਤ ਮਨਸ਼ਾ ਚੰਗੀ ਹੋ ਸਕਦੀ ਸੀਗੀ, ਬਟ ਉਹਨਾਂ ਦਾ ਜਿਹੜਾ ਵਿਚਰਨ ਦਾ ਫੀਲਡ ਸੀਗਾ ਉਹ ਬਿਲਕੁਲ ਇੱਕੋ ਹੀ ਸੀਗਾ। ਉਹ ਇੱਕੋ ਫੀਲਡ ਦੇ ਉੱਤੇ ਵਿਚਰ ਰਹੇ ਸੀਗੇ ਜਿਹੜਾ ਸਾਰਾ ਦੁਨਿਆਵੀ ਜਿੰਨੇ ਵੀ ਸਾਰੀਆਂ ਡਾਇਮੈਂਸ਼ਨ ਹੈਗੀਆਂ ਉਹਨਾਂ ਦੇ ਅੰਡਰ ਚੱਲਦੇ ਸੀਗੇ। ਤੋ ਇਹ ਜਿਹੜਾ ਸੰਤ ਜਰਨੈਲ ਸਿੰਘ ਹੋਣੀ ਦੇ ਰੂਪ ਦੇ ਵਿੱਚ ਗੁਰੂ ਖਾਲਸਾ ਪੰਥ ਇੱਕ ਪਾਸੇ ਲੜ ਰਿਹਾ ਸੀਗਾ ਤੇ ਦੂਸਰੇ ਪਾਸੇ ਜਿਹੜਾ ਅਕਾਲੀ ਦਲ ਲੌਂਗੋਵਾਲ ਹੈ ਉਹ ਇੱਕ ਆਮ ਸਧਾਰਨ ਰਾਜਸੀ ਜਥੇਬੰਦੀ ਦੇ ਤੌਰ ਤੇ ਲੜ ਰਿਹਾ ਸੀ। ਨਾ ਬੇਸ਼ੱਕ ਉਹਦਾ ਅਕਾਲੀ ਦਲ ਸੀਗਾ ਜਿਹੜਾ ਕਿ ਉਹਨਾਂ ਨੇ ਸਿੱਖਾਂ ਦੀ ਰਵਾਇਤ ਚੋਂ ਲਿਆ ਸੀਗਾ, ਨਾ ਹੋਣ ਕਰਕੇ ਸਾਨੂੰ ਕਈ ਵਾਰ ਭੁਲੇਖਾ ਲੱਗਦਾ ਕਿਉਂਕਿ ਅਕਾਲੀ ਜਿਹੜਾ ਲਫ਼ਜ਼ ਹੈ ਉਹ ਰਵਾਇਤੀ ਤੌਰ ਦੇ ਉੱਤੇ ਉਹਨਾਂ ਸ਼ਖਸੀਅਤਾਂ ਲਈ, ਉਹਨਾਂ ਰੂਹਾਂ ਦੇ ਲਈ ਪਹਿਲਾਂ ਵਰਤਿਆ ਜਾਂਦਾ ਰਿਹਾ ਹੈ ਜਿਹੜੇ ਗੁਰੂ ਖਾਲਸਾ ਪੰਥ ਦਾ ਨੁਮਾਇੰਦਾ ਸੀਗੇ, ਜਿਹੜੇ ਆਪ ਸਿੱਧਾ ਇਸ ਸਰਬੱਤ ਦੇ ਭਲੇ ਦੇ ਲਈ ਲੜਦੇ ਰਹੇ ਸੀਗੇ, ਗੁਰੂ ਖਾਲਸਾ ਪੰਥ ਦੀ ਨਿਆਰੀ ਹੋਣ ਦੇ ਲਈ ਲੜਦੇ ਰਹੇ ਸੀਗੇ ਇੱਕ ਸਪਿਰਚੁਅਲ ਡਾਇਮੈਂਸ਼ਨ। ਹਾਲਾਂਕਿ ਉਹਦੇ ਵਿੱਚ ਜਿਹੜੀਆਂ ਦੁਨਿਆਵੀ ਗੱਲਾਂ ਨੇ, ਮੌਕੇ ਦੀਆਂ ਈਵੈਂਟਸ ਨੇ, ਉਹਨਾਂ ਕਰਕੇ ਤਾਂ ਉਹ ਫਾਈਟ ਹੋਣੀ ਆ, ਬਟ ਉਹਨਾਂ ਦੀ ਜਿਹੜੀ ਮੋਟੀਵੇਸ਼ਨ ਆ, ਜਿਹੜੀ ਜੜ ਹੈ ਉਹ ਕਿਤੇ ਹੋਰ ਸੀਗੀ, ਹੋਰ ਜਹਾਨ, ਦੂਸਰੇ ਜਹਾਨ ਤੋਂ ਹੁੰਦੀ ਸੀਗੀ। ਤੋ ਇੱਥੇ ਜਿਹੜਾ ਅਕਾਲੀ ਦਲ ਹੈ ਤੇ ਸੰਤ ਜਰਨੈਲ ਸਿੰਘ ਹੋਣਾ ਦਾ ਦੇ ਅਗਵਾਈ ਦੇ ਵਿੱਚ ਖਾਲਸਾ ਪੰਥ ਸੀਗਾ, ਉਹਦੇ ਵਿੱਚ ਇਹ ਬਹੁਤ ਬੁਨਿਆਦੀ ਫਰਕ ਹੈ। ਉਹਨਾਂ ਦੀ ਨਸਲ ਦਾ ਹੀ ਫਰਕ ਹੈ, ਇੱਕ ਬਿਲਕੁਲ ਹੋਰ ਨਸਲ ਤੇ ਸੀਗੇ, ਇੱਕ ਬਿਲਕੁਲ ਹੋਰ ਅਵਸਥਾ ਦੇ ਵਿੱਚ ਲੜ ਰਹੇ ਸੀਗੇ। ਇਸ ਕਰਕੇ ਮੇਰੇ ਖਿਆਲ ਦੇ ਵਿੱਚ ਬੇਸ਼ੱਕ
ਉਦਾਹਰਣਾਂ ਦੇ ਰੂਪ ਦੇ ਵਿੱਚ ਜਿਹੜੀਆਂ ਉਹ ਪੰਜਾਬ ਦੇ ਨਾਲ ਜਾਂ ਸਿੱਖਾਂ ਦੇ ਨਾਲ ਧੱਕੇ ਦੀਆਂ ਜਾਂ ਜ਼ੁਲਮ ਦੀਆਂ ਦਿੰਦੇ ਸੀ, ਉਹ ਬੇਸ਼ੱਕ ਇੱਕੋ ਸੀਗੀਆਂ, ਬਟ ਉਹਨਾਂ ਦਾ ਹੱਲ ਤੇ ਉਹਨਾਂ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਸੀਗਾ ਉਹਨਾਂ ਦੋਨਾਂ ਦੇ ਵਿੱਚ ਬਹੁਤ ਜਿਹੜਾ ਫਰਕ ਸੀਗਾ। ਅਕਾਲੀ ਦਲ ਲੌਂਗੋਵਾਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੁਨਿਆਵੀ ਪ੍ਰਾਪਤੀਆਂ ਦੇ ਲਈ ਵਰਤਣਾ ਚਾਹੁੰਦਾ ਸੀ, ਉਹ ਸਾਰੇ ਧੱਕੇ ਦੇ ਨੈਰੇਟਿਵ ਨੂੰ, ਤੇ ਉਹਨਾਂ ਦਾ ਜਿਹੜਾ ਦੁਨਿਆਵੀ ਆਈਡੀਆ ਵੀ ਸੀਗਾ ਉਹ ਬਹੁਤ ਜ਼ਿਆਦਾ ਵੱਡਾ ਨਹੀਂ ਸੀਗਾ। ਉਹ ਵੀ ਇੱਕ ਜਿਹੜਾ ਇੰਡੀਅਨ ਇਹ ਸਟੇਟ ਹੈ, ਦਿੱਲੀ ਤਖ਼ਤ ਹੈ, ਦਿੱਲੀ ਤਖ਼ਤ ਦੇ ਇੱਕ ਬਹੁਤ ਛੋਟੇ ਜਿਹੇ ਸੂਬੇਦਾਰ ਵਾਂਗੂ ਹੀ ਸੀਗਾ। ਜਿਸ ਤਰ੍ਹਾਂ ਜੇ ਆਪਾਂ ਆਪਣੇ ਪੁਰਾਣੀ ਹਿਸਟਰੀ ਦੇ ਵਿੱਚੋਂ ਦੇਖੀਏ, ਜਿਸ ਤਰ੍ਹਾਂ ਪਹਿਲਾਂ ਫੂਲਾ ਸਿੰਘ ਸੋਰੀ ਫੂਲਕੀਆ ਮਿਸਲ ਦੇ ਜਿਹੜੇ ਸਾਰੇ ਸਰਦਾਰ ਰਹੇ ਨੇ ਉਹ ਯੂਜ ਕਰਦੇ ਰਹੇ ਨੇ ਫੂਲਕੀਆ ਮਿਸਲ ਵਾਲੇ, ਇਸ ਤਰ੍ਹਾਂ ਦੀ ਸਥਿਤੀ ਨੂੰ, ਤੇ ਉਹ ਉਸ ਦਾਇਰੇ ਤੋਂ ਬਾਹਰ ਕਦੇ ਗਏ ਨਹੀਂ। ਉਹਨਾਂ ਨੇ ਜਿਹੜੀ ਅਸਲ ਖਾਲਸਾ ਪੰਥ ਦੀ ਫਾਈਟ ਹੈ, ਜਿਹੜੀ ਇੱਕ ਤਾਂ ਖਾਲਸਾ ਪੰਥ ਦੀ ਅਸਲ ਬਿਲਕੁਲ ਜਿਹੜੀ ਪਿਓਰ ਫਾਈਟ ਹੈ, ਉਹ ਤਾਂ ਪਾਤਸ਼ਾਹੀ ਦਾਅਵੇ ਦੀ ਹੈ, ਜਿਹੜਾ ਗੁਰੂ ਉਹਨਾਂ ਨੂੰ ਬਖਸ਼ਦਾ ਹੈ। ਜਿਹੜੀ ਸਪਿਰਚੁਅਲ ਪਾਤਸ਼ਾਹੀ ਤੋਂ, ਆਤਮਿਕ ਪਾਤਸ਼ਾਹੀ ਤੋਂ ਸ਼ੁਰੂ ਹੁੰਦੀ ਹੈ ਤੇ ਦੁਨਿਆਵੀ ਜਿਹੜੀ ਬਾਦਸ਼ਾਹਤ ਹੈ, ਦੁਨਿਆਵੀ ਆਜ਼ਾਦ ਰਾਜ ਹੈ, ਉੱਥੇ ਤੱਕ ਜਾਂਦੀ ਹੈ। ਉਹਨਾਂ ਦਾ ਬਿਲਕੁਲ ਇਹ ਆਈਡੀਆ ਨਹੀਂ ਸੀਗਾ ਜਿਹੜਾ ਸਟਰਗਲ ਦੱਸੇਗਾ ਵੀ, ਤੇ ਜਿਹੜਾ ਸਟਰਗਲ ਦੱਸੇਗਾ ਆਈਡੀਆ ਉਹ ਵੀ ਉਹਨਾਂ ਦਾ ਇੰਡੀਅਨ ਜਿਹੜਾ ਇਹ ਪੋਲੀਟੀਕਲ ਸਟਰਕਚਰ ਹੈਗਾ ਇਹਦੇ ਵਿੱਚ ਹੀ ਕੁਛ ਰਾਇਤਾਂ ਲੈਣ ਤੱਕ ਸੀਗਾ ਵੱਧ ਤੋਂ ਵੱਧ ਜੇ ਮੰਨੀ। ਇਸ ਕਰਕੇ ਮੇਰੇ ਖਿਆਲ 'ਚ ਉਹਨਾਂ ਦੇ ਵਿੱਚ ਬਹੁਤ ਬੁਨਿਆਦੀ ਫਰਕ ਸੀਗਾ ਸੰਤ ਜਰਨੈਲ ਸਿੰਘ ਹੋਣਾਂ ਦੀ ਅਗਵਾਈ ਦੇ ਵਿੱਚ, ਤੇ ਦੂਸਰੇ ਪਾਸੇ ਅਕਾਲੀ ਦਲ ਲੌਂਗੋਵਾਲ ਦਾ ਜਿਹਨੂੰ ਹੁਣ ਅਕਾਲੀ ਦਲ ਬਾਦਲ ਕਹਿੰਦੇ ਆ ਉਹਨਾਂ ਦੇ ਵਿੱਚ। ਤਾਂ ਇਹ ਦੋਨਾਂ ਦੇ ਅਗਵਾਈ ਦਾ ਜਿਹੜਾ ਫਰਕ ਹੈ, ਦੋਨਾਂ ਦੀ ਸਟੇਟ ਦੇ ਨਾਲ ਰਿਲੇਸ਼ਨਸ਼ਿਪ ਵੱਲ, ਸਟੇਟ ਦੇ ਨਾਲ ਸੰਬੰਧ ਕੀ ਬਣਾਉਣਾ ਚਾਹੁੰਦੇ ਸੀਗੇ, ਜਾਂ ਸਿੱਖਾਂ ਨੂੰ ਕਿਹੜੇ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਸੀਗੇ, ਇਹਦੇ ਬਾਰੇ ਤੁਸੀਂ ਥੋੜੀ ਜੀ ਚਾਨਣਾ ਪਾ ਸਕਦੇ ਹਾਂ? ਗੁਰੂ ਖਾਲਸਾ ਪੰਥ ਦੀ ਜਿਹੜੀ ਲੜਾਈ ਆ, ਜਿਹੜੀ ਜੰਗ ਹੈ, ਜਿਹੜੀ ਸਟਰਗਲ ਹੈ, ਉਹ ਉਹੀ ਜਸਟੀਫਾਈਡ ਹੋ ਸਕਦੀ ਆ ਜਿਹੜੀ ਗੁਰੂ ਪਾਤਸ਼ਾਹੀਆਂ ਦੇ ਆਪ ਦੇ ਦਿੱਤੇ ਹੋਏ ਦਾਇਰੇ ਦੇ ਵਿੱਚ ਆਏ। ਤੋ ਗੁਰੂ ਖਾਲਸਾ ਪੰਥ ਨੇ ਨੂੰ ਜਿਹੜਾ ਮਹਾਰਾਜ ਨੇ ਆਪ ਦਾਇਰਾ ਦਿੱਤਾ ਉਹ ਦੋ ਨੁਕਤੇ ਦਿੱਤੇ ਆ। ਗੁਰੂ ਖਾਲਸਾ ਪੰਥ ਕਿਹਨਾਂ ਨੁਕਤਿਆਂ ਦੇ ਉੱਤੇ ਦੁਨਿਆਵੀ ਸਟਰਗਲ ਕਰ ਸਕਦਾ? ਇੱਕ ਨੁਕਤਾ ਇਹ ਆ ਕਿ ਤੁਸੀਂ ਗਰੀਬ ਦੀ ਤੇ ਨਿਤਾਣੇ ਦੀ ਧਿਰ ਬਣਨਾ। ਦੂਸਰਾ ਨੁਕਤਾ ਇਹ ਆ ਕਿ ਜਦੋਂ ਗੁਰੂ ਦੇ ਅਦਬ ਦੇ ਵਿੱਚ ਕੋਈ ਫਰਕ ਪਵੇ ਫਿਰ ਤੁਸੀਂ ਸੰਘਰਸ਼ ਕਰਨਾ, ਤੇ ਸੰਘਰਸ਼ ਇਸ ਹੱਦ ਤੱਕ ਕਰਨਾ ਹੈ ਕਿ ਜਿਹੜਾ ਜੁਰਮਾਨਾ ਹੈ ਉਹਦੀ ਪੱਖਿਆ ਕਰਨੀ ਹੈ, ਜੁਰਮਾਨਾ ਖਤਮ ਕਰਨਾ। ਤੋ ਇੱਥੇ ਜਿਹੜੀ ਫਾਈਟ ਸੀਗੀ ਇੱਥੇ ਇਹਨਾਂ ਦੋਨਾਂ ਹੀ ਨੁਕਤਿਆਂ ਦੇ ਉੱਤੇ ਚੱਲ ਰਹੀ ਸੀਗੀ। ਇੱਕ ਪਾਸੇ ਜਿਹੜਾ ਜੁਰਮਾਨਾ ਸੀਗਾ ਉਹ ਦਿੱਲੀ ਦਾ ਤਖ਼ਤ ਸੀਗਾ ਜਿਹੜਾ ਇਸ ਖਿੱਤੇ ਦੇ ਨੈਚੁਰਲ ਰਿਸੋਰਸਿਸ ਤੇ ਇਕਨੋਮਿਕ ਰਿਸੋਰਸਿਸ ਨੂੰ ਐਕਸਪਲੋਇਟ ਕਰ ਰਿਹਾ ਸੀਗਾ, ਜਿਸ ਤਰ੍ਹਾਂ ਪਹਿਲਾਂ ਬ੍ਰਿਟਿਸ਼ ਐਮਪਾਇਰ ਕਰ ਰਿਹਾ ਸੀ। ਤੇ 47 ਤੋਂ ਬਾਅਦ ਜਦੋਂ ਦਿੱਲੀ ਦੇ ਤਾਕਤ ਦੇ ਉੱਤੇ ਵਿਪਰ ਆ ਗਿਆ, ਉਸ ਤੋਂ ਬਾਅਦ ਜਿਹੜੀ ਐਕਸਪਲੋਇਟੇਸ਼ਨ ਦੀ ਰੇਟ ਸੀਗੀ ਉਹ ਸਮਾਂ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਵੱਧ ਗਈ। ਤੋ ਇੱਕ ਇਹ ਸੀਗਾ ਕਿ ਪੰਜਾਬ ਦੇ ਰਿਸੋਰਸ ਜਿਹੜੇ ਸੀਗੇ ਉਹ ਐਕਸਪਲੋਇਟ ਹੋ ਰਹੇ ਸੀਗੇ, ਤੇ ਇੱਥੋਂ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਸੀਗੀਆਂ, ਚਾਹੇ ਉਹ ਸੈਕੂਲਰ ਕਾਂਗਰਸ ਸੀਗੀ, ਚਾਹੇ ਉਹ ਲੈਫਟਿਸਟ ਕਮਿਊਨਿਸਟ CPI ਸੀਗੀ, ਚਾਹੇ ਉੱਥੇ ਕਿਸਾਨਾਂ ਦੀਆਂ ਜਥੇਬੰਦੀਆਂ ਸੀਗੀਆਂ, ਚਾਹੇ ਉੱਥੇ ਅਕਾਲੀ ਦਲ ਸੀਗਾ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਸੀਗੀ, ਕੋਈ ਵੀ ਪੋਲੀਟੀਕਲ ਜਥੇਬੰਦੀ ਇਹ ਸਾਰੀ ਸਟਰਗਲ ਦੇ ਬਾਵਜੂਦ ਸਿੱਖਾਂ ਨੂੰ ਕੋਈ ਜਾਂ ਇਸ ਪੰਜਾਬ ਦੇ ਇਸ ਜਿਹੜੀ ਐਕਸਪਲੋਟੇਸ਼ਨ ਹੋ ਰਹੀ ਸੀਗੀ ਦਿੱਲੀ ਸਟੇਟ ਵੱਲੋਂ, ਉਹ ਤੋਂ ਕੋਈ ਨਿਆਂ ਕੋਈ ਰਹਿਤ ਦਵਾ ਨਹੀਂ ਸਕੀ। ਬਿਲਕੁਲ ਸਾਰੇ ਦਿੱਲੀ ਦੇ ਖਿਲਾਫ ਸਟਰਗਲ ਛੱਡ ਗਏ ਸੀ। ਅਕਾਲੀ ਦਲ ਨੇ ਤੁਸੀਂ ਦੇਖੋ ਕਿ ਅਪ੍ਰੈਲ 82 ਦੇ ਵਿੱਚ ਮੋਰਚਾ ਲਾਇਆ ਦਰਿਆਈ ਪਾਣੀਆਂ ਦੇ ਲਈ, ਕਪੂਰੀ ਦਾ ਮੋਰਚਾ ਜਿਹਨੂੰ ਕਹਿੰਦੇ ਆ, ਉਹ ਅਕਾਲੀ ਦਲ ਕੁਛ ਦਿਨ ਹੀ ਚਲਾ ਸਕਿਆ, ਉਹ ਛੱਡ ਗਿਆ ਸੀ। ਤੋ ਉਸ ਹਾਲਾਤ ਦੇ ਵਿੱਚ ਜਦੋਂ ਇੱਥੋਂ ਦੇ ਲੋਕਾਂ ਦਾ ਕੋਈ ਧਿਰ ਹੀ ਨਹੀਂ ਰਹਿ ਗਈ ਸੀਗੀ, ਉਸ ਵਕਤ ਫਿਰ ਇਹ ਖਾਲਸਾ ਪੰਥ ਦੇ ਉੱਤੇ ਫਰਜ਼ ਆਇਦ ਹੁੰਦਾ ਸੀਗਾ ਜਿਹੜਾ ਮਹਾਰਾਜ ਨੇ ਆਇਦ ਕੀਤਾ ਕਿ ਫਿਰ ਤੁਸੀਂ ਨਿਤਾਣਿਆਂ ਤੇ ਨਿਧੇਰਿਆਂ ਦੀ ਧਿਰ ਬਣਨਾ। ਇੱਕ ਇਸ ਨੁਕਤੇ ਤੋਂ ਸਿੱਖ ਲੜ ਰਹੇ ਸੀਗੇ, ਖਾਲਸਾ ਪੰਥ ਲੜ ਰਿਹਾ ਸੀਗਾ, ਜਿਹਨੂੰ ਆਪਾਂ ਆਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਚ ਕਹਿ ਸਕਦੇ। ਦੂਸਰਾ ਨੁਕਤਾ ਸੀਗਾ ਕਿ ਜਦੋਂ ਤੁਹਾਡੀ ਜਿਹੜੀ ਨਿਆਰਾਪਨ ਹੈ, ਜਿਹੜਾ ਤੁਹਾਡਾ ਗੁਰੂ ਦੀ ਸ਼ਾਨ ਹੈ, ਉਹਦੇ ਉੱਤੇ ਕੋਈ ਹਮਲਾ ਹੋ ਰਿਹਾ ਹੋਵੇ, ਉਸ ਸੂਖਮ ਰੂਪ ਦੇ ਵਿੱਚ ਲਗਾਤਾਰ ਜਿਹੜਾ ਉਹ 47 ਤੋਂ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਹੋਇਆ ਸੀਗਾ,
ਜਿਹੜਾ ਗੁਰਦੁਆਰਾ ਸੁਧਾਰ ਲਹਿਰ ਵੇਲੇ ਵੀ ਉਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੀਆਂ ਵਿਪਰਵਾਦੀ ਧਿਰਾਂ ਸੀਗੀਆਂ ਉਹਨਾਂ ਦਾ ਰੋਲ ਰਿਹਾ ਸੀਗਾ। ਉਹ ਤੋਂ ਲੈ ਕੇ ਜਦੋਂ 47 ਦੇ ਵਿੱਚ ਉਹਨਾਂ ਕੋਲ ਪੋਲੀਟੀਕਲ ਪਾਵਰ ਵੀ ਆ ਗਈ, ਦਿੱਲੀ ਤਖ਼ਤ ਆ ਗਿਆ, ਤਾਂ ਉਹਨਾਂ ਨੇ ਉਹ ਜਿਹੜਾ ਹਮਲਾ ਬਹੁਤ ਵਧਾ ਦਿੱਤਾ ਸੀਗਾ, ਜਿਹਦੇ ਵਿੱਚ ਬਹੁਤ ਸਾਰੇ ਨਕਲੀ ਜਿਹੜਾ ਗੁਰੂ ਡੰਮ ਹੈ ਉਹ ਕਰਿਆ, ਤੇ 78 ਤੋਂ ਬਾਅਦ ਸਿੱਧਾ ਅਟੈਕ ਉਹਨਾਂ ਨੇ ਫਿਜ਼ੀਕਲੀ ਗੁਰੂ ਖਾਲਸਾ ਪੰਥ ਤੇ ਸ਼ੁਰੂ ਕਰ ਦਿੱਤਾ ਸੀਗਾ। ਤੋ ਇੱਕ ਗੁਰੂ ਖਾਲਸਾ ਪੰਥ ਉਸ ਨੁਕਤੇ ਤੋਂ ਲੜ ਰਿਹਾ ਸੀਗਾ, ਦੂਸਰੇ ਪਾਸੇ ਜਿਹੜਾ ਬਾਦਲ ਦਲ ਸੀਗਾ ਜਾਂ ਲੌਂਗੋਵਾਲ ਦਲ ਸੀਗਾ ਉਸ ਵਕਤ ਐਗਜ਼ੈਂਪਲ ਉਹ ਵੀ ਇਹੀ ਲੈ ਰਿਹਾ ਸੀਗਾ, ਬਟ ਜਿਹੜਾ ਹੱਲ ਸੀਗਾ ਤੇ ਜਿਹੜੀਆਂ ਬੇਸਿਕ ਧਿਰਾਂ ਦੀ ਪਛਾਣ ਕਰ ਰਹੇ ਸੀਗੇ ਉਹਦੇ ਵਿੱਚ ਬਹੁਤ ਫਰਕ ਸੀਗਾ। ਜਦੋਂ ਸੰਤ ਜਰਨੈਲ ਸਿੰਘ ਉਹਨਾਂ ਦਾ ਨੈਰੇਟਿਵ ਸੀਗਾ, ਉਹਨਾਂ ਦਾ ਨੈਰੇਟਿਵ ਇਹ ਸੀਗਾ ਕਿ ਇੱਕ ਪਾਸੇ ਗੁਰਮੁਖ ਬਿਰਤੀ ਦੇ ਮਨੁੱਖ ਨੇ, ਇੱਕ ਪਾਸੇ ਮਨਮੁੱਖ ਬਿਰਤੀ ਦੇ ਮਨੁੱਖ ਨੇ। ਤੋ ਇੱਥੇ ਦੋਨੋਂ ਬਿਰਤੀਆਂ ਦੀ ਲੜਾਈ ਚੱਲ ਰਹੀ ਸੀਗੀ। ਉਹ ਮਨਮੁੱਖ ਬਿਰਤੀਆਂ ਦੇ ਵਿੱਚ ਇਕੱਲੀ ਕਾਂਗਰਸ ਨਹੀਂ ਸੀਗੀ, ਉਹਦੇ ਵਿੱਚ ਬੀਜੇਪੀ ਵੀ ਸੀਗੀ, ਤੇ ਉਸ ਮਨਮੁੱਖ ਬਿਰਤੀਆਂ ਦੇ ਵਿੱਚ ਬਹੁਤ ਸਾਰੇ ਦਸਤਾਰਧਾਰੀ ਜਿਹੜੇ ਕਹਾਂ ਦੇ ਸਿੱਖ ਸੀਗੇ ਉਹ ਵੀ ਸੀਗੇ। ਤੋ ਸੰਤ ਜਰਨੈਲ ਸਿੰਘ ਉਹਨਾਂ ਸਾਰਿਆਂ ਨੂੰ ਬਿਰਤੀ ਦੇ ਆਧਾਰ ਦੇ ਉੱਤੇ ਕਲੱਬ ਕਰਦੇ ਸੀ, ਤੇ ਦੂਸਰੇ ਪਾਸੇ ਜਿਹੜੇ ਸੱਚ ਲਈ ਲੜ ਰਹੇ ਸੀਗੇ ਉਹਨਾਂ ਨੂੰ ਉਹ ਮਨਮੁੱਖ ਬਿਰਤੀ ਦੇ ਆਧਾਰ ਤੇ ਖਾਲਸਾ ਪੰਥ ਦੇ ਤੌਰ ਤੇ ਕਰ ਰਹੇ ਸੀਗੇ। ਪਰ ਜਿਹੜਾ ਅਕਾਲੀ ਦਲ ਸੀਗਾ ਉਹਦੀ ਪਛਾਣ ਕਿਆ ਸੀਗੀ? ਅਕਾਲੀ ਦਲ ਇਹ ਕਹਿੰਦਾ ਸੀਗਾ ਕਿ ਇੱਕ ਕਾਂਗਰਸ ਪਾਰਟੀ, ਇੱਕ ਪੋਲੀਟੀਕਲ ਪਾਰਟੀ, ਇੱਕ ਦੂਸਰੀ ਪੋਲੀਟੀਕਲ ਪਾਰਟੀ ਅਕਾਲੀ ਦਲ ਦੇ ਉੱਤੇ ਧੱਕਾ ਕਰ ਰਹੀ, ਉਹਦਾ ਆਲਮੋਸਟ ਨੈਰੇਟਿਵ ਇਹ ਸੀਗਾ। ਤੁਸੀਂ ਇਹ ਦੇਖੋ ਕਿ ਦਰਬਾਰ ਸਾਹਿਬ ਦੇ ਹਮਲੇ ਦੇ ਵਕਤ ਜਾਂ ਇੰਦਰਾ ਗਾਂਧੀ ਦਾ ਜਾਂ ਦਿੱਲੀ ਸਟੇਟ ਦਾ ਜਿੰਨਾ ਹਮਲਾ ਰਿਹਾ, ਅਕਾਲੀ ਦਲ ਦਾ ਇਹੀ ਨੈਰੇਟਿਵ ਹੁੰਦਾ ਸੀਗਾ ਕਿ ਅਸੀਂ ਕਿਉਂਕਿ ਅਕਾਲੀ ਦਲ ਨੇ ਵੀ ਐਮਰਜੈਂਸੀ ਦੇ ਵਕਤ ਮੋਰਚਾ ਲਾਇਆ ਸੀਗਾ, ਤੇ ਉਹ ਸਭ ਤੋਂ ਜ਼ਿਆਦਾ ਲੰਬਾ ਟਾਈਮ ਮੋਰਚਾ ਜਿਹੜਾ ਉਹ ਅਕਾਲੀ ਦਲ ਨੇ ਚਲਾਇਆ, ਤੇ ਇਸ ਕਰਕੇ ਜਿਹੜੀ ਇੰਦਰਾ ਗਾਂਧੀ ਉਹ ਅਕਾਲੀ ਦਲ ਤੋਂ ਖਿੱਚ ਗਈ, ਤੇ ਉਹ ਖਿੱਚ ਪੂਰੀ ਕਰਨ ਦੇ ਲਈ ਉਹਨੇ ਇਹ ਸਾਰਾ ਕੁਛ ਕੀਤਾ। ਤੇ ਯਾਨੀ ਕਿ ਉਹ ਇਹ ਇਹਨਾਂ ਟਰਮਸ ਦੇ ਵਿੱਚ ਗੱਲ ਕਰ ਰਹੇ ਸੀਗੇ, ਇੱਕ ਪੋਲੀਟੀਕਲ ਪਾਰਟੀ ਦੂਜੀ ਪੋਲੀਟੀਕਲ ਪਾਰਟੀ ਨਾਲ ਆਪਣੀ ਦੁਸ਼ਮਣੀ ਕੱਢ ਰਹੀ। ਉਹਨਾਂ ਦਾ ਇਹ ਸਾਰਾ ਕਰਨ ਦਾ ਆਈਡੀਆ ਸਿਰਫ ਇਹੀ ਸੀਗਾ ਕਿ ਸਾਨੂੰ ਵੋਟਾਂ ਮਿਲ ਜਾਣਗੀਆਂ ਹਮਦਰਦੀ ਦੇ ਬੇਸ ਦੇ ਉੱਤੇ। ਤੋ ਉਹਨਾਂ ਦੀ ਜਿਹੜੀ ਧਿਰਾਂ ਦੀ ਪਛਾਣ ਸੀਗੀ ਤੇ ਲੜਾਈ ਦੀ ਜਿਹੜੇ ਨੁਕਤੇ ਦੀ ਪਛਾਣ ਸੀ ਉਹਦੇ ਵਿੱਚ ਬਹੁਤ ਫਰਕ ਸੀਗਾ। ਸੰਤ ਜਰਨੈਲ ਸਿੰਘ ਹੁਣੀ ਬਹੁਤ ਸਪਸ਼ਟ ਸੀਗੇ ਕਿ ਇਹ ਇੱਕ ਪਾਸੇ ਵਿਪਰਵਾਦੀ ਧਿਰ ਹੈ ਜਿਹੜੀ ਊਚ ਨੀਚ ਜਾਤ ਪਾਤ ਨੂੰ ਮੰਨਦੀ ਆ, ਮਾਨਤਾ ਦਿੰਦੀ ਆ, ਜਿਹਨਾਂ ਦੇ ਗ੍ਰੰਥਾਂ ਦੇ ਵਿੱਚ ਵੀ ਮਾਨਤਾ ਹੈ, ਦੂਜੇ ਪਾਸੇ ਸਰਬੱਤ ਦੇ ਭਲੇ ਲਈ ਲੜਨ ਵਾਲੇ ਸਿੱਖ ਹੈ। ਇਹਨਾਂ ਦੋ ਬੁਨਿਆਦੀ ਬਿਰਤੀਆਂ ਦੇ ਵਿੱਚ ਲੜਾਈ ਹੈ, ਤੇ ਅਕਾਲੀ ਦਲ ਦੋ ਪੋਲੀਟੀਕਲ ਪਾਰਟੀਆਂ ਦੀ ਲੜਾਈ ਦੇ ਤੌਰ ਤੇ ਆਪਣੇ ਨੈਰੇਟਿਵ ਪੇਸ਼ ਕਰਦਾ ਰਿਹਾ। ਤੇ ਇਸੇ ਤਰ੍ਹਾਂ ਹੱਲ ਦਾ ਸੀਗਾ, ਜਿਹੜਾ ਹੱਲ ਸੀਗਾ ਉਹ ਸੰਤ ਜਰਨੈਲ ਸਿੰਘ ਹੁਣੀ ਜੋ ਖਾਲਸਾ ਪੰਥ ਦੀ ਟਰੈਡੀਸ਼ਨ ਹੈ ਉਹਦੇ ਚੋਂ ਹੀ ਹੱਲ ਲੈ ਰਹੇ ਸੀਗੇ। ਖਾਲਸਾ ਪੰਥ ਦੀ ਟਰੈਡੀਸ਼ਨ ਇਹ ਰਹੀ ਹੈ ਕਿ ਜਿਹੜਾ ਜੁਰਮਾਨਾ ਆਈਡੈਂਟੀਫਾਈ ਹੋ ਗਿਆ ਉਹ ਤੁਸੀਂ ਖਤਮ ਕਰਨਾ। ਇੱਥੇ ਜੁਰਮਾਨਾ ਕੌਣ ਆਈਡੈਂਟੀਫਾਈ ਹੋਇਆ? ਇੱਥੇ ਜੁਰਮਾਨਾ ਜਿਹੜੀ ਵਿਪਰਵਾਦੀ ਜਿਹੜਾ ਸਾਮਰਾਜ ਹੈ ਜਿਹਨੂੰ ਆਪਾਂ ਦਿੱਲੀ ਤਖ਼ਤ ਵੀ ਕਹਿੰਦੇ ਉਹ ਆਈਡੈਂਟੀਫਾਈ ਹੁੰਦਾ ਸੀਗਾ। ਕੋਈ ਇੱਥੇ ਇੰਡੀਵਿਜੁਅਲ ਨਹੀਂ ਸੀਗਾ, ਕੋਈ ਇੱਥੇ ਪਾਰਟੀ ਨਹੀਂ ਸੀਗੀ ਜਿਹੜੀ ਸਿੱਖਾਂ ਤੇ ਅਟੈਕ ਕਰ ਰਹੀ ਸੀਗੀ, ਸਿੱਖਾਂ ਦੇ ਨਿਆਰੇਪਨ ਤੇ ਅਟੈਕ ਕਰ ਰਹੀ ਸੀਗੀ। ਉਹਨੇ ਆਈਡੈਂਟੀਫਾਈ ਕਰਕੇ ਦੱਸਿਆ ਕਿ ਇਹ ਸਟੇਟ ਹੈ, ਦਿੱਲੀ ਦਾ ਤਖ਼ਤ ਹੈ ਜਿਹੜਾ ਸਾਡੇ ਤੇ ਹਮਲਾ ਕਰ ਰਿਹਾ। ਉਹਦੀ ਜਿਹੜੀ ਪਛਾਣ ਸੀਗੀ ਉਹ ਅਕਾਲੀ ਦਲ ਦੀ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਿਰਫ ਪਾਰਟੀ ਦੀ ਸੀਗੀ, ਤੇ ਉਹ ਸਿਰਫ ਪਾਰਟੀ ਨੂੰ ਰਿਪਲੇਸ ਕਰਕੇ ਪੰਜਾਬ ਦੀ ਸੂਬੇਦਾਰੀ ਲੈਣਾ ਚਾਹੁੰਦੇ ਸੀਗੇ। ਸੰਤ ਜਰਨੈਲ ਸਿੰਘ ਉਹਨਾਂ ਨੇ ਜਦੋਂ ਜੁਰਮਾਨਾ ਤਖ਼ਤ ਆਈਡੈਂਟੀਫਾਈ ਕਰ ਲਿਆ, ਦਿੱਲੀ ਦਾ ਤਖ਼ਤ ਆਈਡੈਂਟੀਫਾਈ ਕਰ ਲਿਆ, ਤੇ ਉਹਨਾਂ ਦੀ ਫਿਰ ਜਿਹੜੀ ਫਾਈਟ ਸਪਸ਼ਟ ਸੀਗੀ ਕਿ ਇਹ ਜਿੰਨਾ ਟਾਈਮ ਤੱਕ ਦਿੱਲੀ ਦਾ ਤਖ਼ਤ ਤੁਸੀਂ ਡਿਸਮੈਂਟਲ ਨਹੀਂ ਕਰਦੇ, ਇਹ ਵਿਪਰਵਾਦੀ ਜਿਹੜੀ ਧਿਰ ਹੈ ਇਹਦੇ ਤੋਂ ਨਹੀਂ ਛਡਾਉਂਦੇ, ਉਹਨਾਂ ਟਾਈਮ ਤੱਕ ਇਹ ਜਿਹੜੀ ਫਾਈਟ ਹੈ ਉਹ ਕਿਸੇ ਸਿਰੇ ਨਹੀਂ ਲੱਗੀ। ਬੁਨਿਆਦੀ ਫਰਕਾਂ ਨੂੰ ਲੈ ਕੇ ਮਨਿੰਦਰ ਸਿੰਘ, ਜਿਹੜਾ ਹੁਣ ਕਈ ਵਾਰੀ ਗੱਲਬਾਤ ਚੱਲਦੀ ਹੈ ਕਿ ਜਿਹੜੀ ਅਕਾਲੀ ਦਲ ਤਾਂ ਸੰਤ ਜਰਨੈਲ ਸਿੰਘ ਦੇ ਜਿਹੜਾ ਆਪਸ ਵਿੱਚ ਫਰਕ ਸੀਗਾ ਜਾਂ ਕਲੈਸ਼ ਸੀਗਾ ਉਹ ਇੱਕ ਪਾਸਟ ਰਹਿ ਗਿਆ, ਉਹ ਕਲੈਸ਼ ਅੱਜ ਦੇ ਸਿੱਖ ਪੋਲੀਟੀਕਲ ਗੱਲਬਾਤ ਦੇ ਵਿੱਚ ਜਾਂ ਜਿਹੜਾ ਡਿਸਕੋਰਸ ਹੋ ਰਿਹਾ
ਉਹ ਅੱਜ ਜਾਂ ਜਿਹੜੀ ਸਟਰਗਲ ਹੋ ਰਹੀ ਆ ਉਹ ਅੱਜ ਕਿੱਦਾਂ ਮੌਜੂਦਾ ਹੈਗਾ ਆ, ਜਿਹੜਾ ਇਹ ਕਲੈਸ਼ ਆ ਇੱਕ ਸੂਬੇਦਾਰੀ ਦੀ ਪੋਲੀਟਿਕਸ ਦੇ ਵਿੱਚ ਤਾਂ ਇੱਕ ਪਾਤਸ਼ਾਹੀ ਦੀ ਪੋਲੀਟਿਕਸ, ਕਿ ਇਹ ਸਿਰਫ ਇੱਕ ਇਹ 80s ਦੇ ਵਿੱਚ ਪੰਜਾਬ ਦੇ ਨਾਲ ਰੈਲੇਵੈਂਸੀ ਰੱਖਦਾ ਆ, ਜਾਂ ਅੱਜ ਦੀ ਜਿਹੜੀ ਸਿੱਖ ਪੋਲੀਟੀਕਲ ਰੈਪ੍ਰਜੈਂਟੇਸ਼ਨ ਆ, ਜਾਂ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ ਸਟੇਟ ਦੇ ਕੋਲ, ਜਿੱਦਾਂ ਸਾਡੀ ਗੱਲ ਬਾਤ ਚੱਲਦੀ ਆ ਜਸਟਿਸ ਦੇ ਆਈਡੀਆਜ਼ ਦੇ ਪਿੱਛੇ, ਇਸ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੇਰੇ ਹਿਸਾਬ ਦੇ ਨਾਲ ਇਹ ਜਿਹੜੀ ਸਟੇਟ ਦੇ ਨਾਲ ਸਾਂਝ ਵਰਤਾਉਣੀ ਜਾਂ ਸਟੇਟ ਦੇ ਨਾਲ ਰਲਣਾ ਜਾਂ ਸਟੇਟ ਦੇ ਦਾਇਰੇ ਦੇ ਵਿੱਚ ਰਹਿਣਾ, ਆਈ ਥਿੰਕ ਇਹ ਤਾਂ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੇ ਇੱਕ ਪੱਖ ਆ ਜਿਹਨੂੰ ਜਿਹੜੇ ਆਪਣੇ ਆਪ ਨੂੰ ਖਾਲਸਾ ਪੰਥ ਦਾ ਇੱਕ ਹਿੱਸਾ ਮੰਨਦੇ ਆ, ਉਹ ਉਦੋਂ ਵੀ ਸੀਗੇ ਹੁਣ ਵੀ ਨੇ ਤੇ ਅਗਾਂਹ ਵੀ ਹੋਊਗੇ। ਆਈ ਥਿੰਕ ਉਹਨਾਂ ਨਾਲ ਕਿੱਦਾਂ ਕਿੱਦਾਂ ਪੰਥ ਨੇ ਡੀਲ ਕੀਤਾ ਆ ਉਹਦਾ ਥੋੜ੍ਹਾ ਜਿਹਾ ਫਰਕ ਹੈਗਾ ਹੈ ਉਦਾਂ, ਲਾਈਕ ਐਜ਼ ਇਨ ਲਾਈਕ ਆਈ ਥਿੰਕ ਜਿੱਦਾਂ ਹੁਣ ਆ ਅਸੀਂ ਉਹਨਾਂ ਨੂੰ ਐਕਸੈਪਟ ਕਰਨਾ ਪਏ ਹਾਂ ਕਿ ਜਿਹੜੀ ਇੱਕ ਸੂਬੇਦਾਰੀ ਦੀ ਜਾਂ ਪ੍ਰੀਟੀ ਮੱਚ ਸਟੇਟ ਦੇ ਦਾਇਰੇ ਦੇ ਵਿੱਚ ਰਹਿਣਾ, ਭਾਵੇਂ ਉਹ ਪੰਜਾਬ ਹੋਵੇ ਜਾਂ ਭਾਵੇਂ ਉਹ ਇੱਥੇ ਬਾਹਰ ਕੈਨੇਡਾ ਬਾਹਰਲੇ ਦੇਸ਼ਾਂ UK ਜਾਂ US ਹੋਵੇ, ਕਰਕੇ ਇੱਕ ਜਿਹੜੀ ਜਿੱਦਾਂ ਅਸੀਂ ਤੁਸੀਂ ਨਜ਼ਰੀਏ ਤੋਂ ਗੱਲ ਕੀਤੀ ਹੈ ਕਿ ਸਿੱਖਾਂ ਦੀ ਇੱਕ ਜਿੱਦਾਂ ਭਾਈ ਮਨਦੀਪ ਸਿੰਘ ਨੇ ਵੀ ਗੱਲ ਦੱਸੀ ਹੈ ਕਿ ਲਾਈਕ ਇਹ ਜਿਹੜੀ ਸਿੱਖਾਂ ਦੀ ਨਜ਼ਰੀਆ ਆ ਇੱਕ ਲਿਮਿਟਿਡ ਦਾਇਰੇ ਦੇ ਵਿੱਚ ਹੁਣ ਚੱਲ ਰਿਹਾ ਆ ਕਿ ਅਸੀਂ ਆਪਣੇ ਆਪ ਨੂੰ ਇਮੇਜਿਨ ਵੀ ਨਹੀਂ ਕਰ ਸਕਦੇ ਆ ਸੋਵਰਨਸ, ਸੋ ਇਟਸ ਵੈਰੀ ਡਿਫੀਕਲਟ ਕਿ ਅਸੀਂ ਆਪਣੇ ਆਪ ਨੂੰ ਇਮੇਜਿਨ ਵੀ ਕਰ ਲਈਏ ਕਿ ਅਸੀਂ ਸੋਵਰਨਸ ਹੈ। ਨਹੀਂ ਨਹੀਂ ਕਿ ਅਸੀਂ ਸਿਗੇ ਸਿਗੇ ਦੇ ਵਿੱਚ ਤਾਂ ਅਸੀਂ ਬੜੀਆਂ ਲਾਈਕ ਤਸਵੀਰਾਂ ਲਾ ਲੈਂਦੇ ਹਾਂ, ਪਿੱਛੇ ਮੇਰੇ ਵੀ ਇੱਕ ਹੈਗੀ ਆ, ਪਰ ਲਾਈਕ ਅਸੀਂ ਜਿਹੜੀ ਆ ਉਹ ਝਲਕ ਕੇ ਆ ਦੇ ਆਲਮੋਸਟ ਸੀਮ ਲਾਈਕ ਕਿ ਸਾਡੇ ਲਈ ਕਿ ਇਹ ਸਾਡਾ ਇਤਿਹਾਸ ਹੁੰਦਾ ਸੀ, ਇਹ ਨਹੀਂ ਹੈਗਾ ਕਿ ਅਸੀਂ ਉਹ ਜਿਹੜਾ ਇਤਿਹਾਸ ਆ ਅੱਜ ਜੀ ਰਹੇ ਹਾਂ। ਸੋ ਜਦੋਂ ਅਸੀਂ ਕਿਸੇ ਵੀ ਖਿੱਤੇ ਦੇ ਵਿੱਚ ਵਿਚਰਦੇ ਹਾਂ ਸਾਡੀ ਆਊਟਲੁੱਕ ਉੱਥੇ ਡੈਫੀਨਟਲੀ ਜਿਹੜੀ ਆ ਉਹ ਫਲੋਡ ਹੋ ਜਾਂਦੀ ਹੈ। ਆਈ ਥਿੰਕ ਜਿੱਦਾਂ ਹੁਣ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਇੱਥੋਂ ਮੈਂ ਗੱਲ ਸ਼ੁਰੂ ਕਰ ਸਕਦਾ ਹਾਂ ਕਿ ਅਸੀਂ ਜਦੋਂ ਇੱਥੇ ਦੀ ਪੋਲੀਟਿਕਸ ਦੇਖਦੇ ਹਾਂ ਇਹ ਪੋਲੀਟਿਕਸ ਆਫ ਸਰਵਾਈਵਲ ਬਣ ਜਾਂਦੀ ਹੈ ਕਿ ਅਸੀਂ ਕਿੱਦਾਂ ਇੱਥੇ ਜਿਉਣਾ ਹੈ, ਕਿੱਦਾਂ ਇੱਥੇ ਵਸਣਾ ਹੈ। ਸਾਡੀ ਰਿਐਲਿਟੀ ਜਿਹੜੀ ਆ ਉਹ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਇਹੀ ਬਣ ਗਈ ਹੈ ਕਿ ਅਸੀਂ ਇੱਥੇ ਕਿੱਦਾਂ ਸਰਵਾਈਵ ਕਰਨਾ ਹੈ। ਇਹ ਜਿਹੜੀ ਪੋਲੀਟਿਕਸ ਇਜ਼ ਵੈਰੀ ਡੇਂਜਰਸ, ਕਰਕੇ ਇਹਦੇ ਵਿੱਚ ਕੰਪਰੋਮਾਈਜ਼ ਤੇ ਡਾਇਲੂਸ਼ਨ ਜਿਹੜਾ ਆ ਉਹ ਬਹੁਤ ਜ਼ਿਆਦਾ ਹੁੰਦਾ ਹੈ। ਅਸੀਂ ਆਪਣੇ ਆਪ ਨੂੰ ਹਰ ਪੈਰ ਤੇ ਹਰ ਹਰ ਇੱਕ ਕਦਮ ਤੇ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰਨਾ ਹੈ, ਤੇ ਜਦੋਂ ਉਹ ਜਸਟੀਫਿਕੇਸ਼ਨ ਗੋਰਿਆਂ ਨੂੰ ਜਾਂ ਇੱਕ ਇੰਪੀਰੀਅਲ ਫੋਰਸ ਨੂੰ ਜਾਂ ਸਟੇਟ ਨੂੰ ਤੁਸੀਂ ਆਪਣੇ ਆਪ ਨੂੰ ਜਸਟੀਫਾਈ ਕਰਨਾ ਹੈ, ਤੁਸੀਂ ਉਹਨਾਂ ਦੇ ਟਰਮਸ ਤੇ ਜਸਟੀਫਾਈ ਕਰੋਗੇ। ਤੁਹਾਡੀ ਜਿਹੜੀ ਕਿਰਪਾਨ ਆ, ਤੁਹਾਡੀ ਜਿਹੜੀ ਰਹਿਣੀ ਬਹਿਣੀ ਆ, ਤੁਹਾਡੇ ਬੋਲਬਾਲ ਆ, ਤੁਹਾਡਾ ਇਤਿਹਾਸ ਆ, ਉਹ ਉਹਨਾਂ ਲਈ ਇੱਕ ਡੇਂਜਰਸ ਐਂਟੀਟੀ ਜਾਂ ਐਲੀਮੈਂਟ ਆ। ਇਟਸ ਨੈਵਰ ਕੇ ਐਜ਼ ਇਨ ਲਾਈਕ ਉਹਨਾਂ ਨੇ ਸਾਨੂੰ ਚੁੱਕਣਾ ਹੈ, ਜਦੋਂ ਸਿੱਖਾਂ ਨੂੰ ਚੁੱਕਿਆ ਜਾਂਦਾ ਆ ਉਹ ਆਲਵੇਜ਼ ਇਨ ਦ ਡਿਫੈਂਸ ਆਫ ਦ ਸਟੇਟ ਚੁੱਕਿਆ ਜਾਂਦਾ ਆ। ਸਾਡੀ ਜਿਹੜੀ ਮਿਲੀਟਰੀ ਪ੍ਰਾਵਸ ਆ ਇਹ ਥੋੜ੍ਹਾ, ਸਾਨੂੰ ਕੋਈ ਕਹਿੰਦਾ ਹੈ ਕਿ ਜਿਹੜਾ ਖਾੜਕੂ ਸੰਘਰਸ਼ ਚੱਲਿਆ ਉਹਦੇ ਵਿੱਚ ਸਿੱਖਾਂ ਨੇ ਇੱਕ ਮਿਲੀਟਰੀ ਪ੍ਰਾਵਸ ਆਪਣੀ ਦਿਖਾਈ, ਉਹ ਤਾਂ ਸਾਨੂੰ ਟੈਰਰਿਸਟ ਤੇ ਅੱਤਵਾਦੀ ਜਿਹੜੀ ਬਾਹਰਲੀਆਂ ਸਟੇਟਾਂ ਵੀ ਆ ਉਹਨਾਂ ਨੇ ਗਿਣਿਆ ਹੈ। ਮਿਲੀਟਰੀ ਪ੍ਰਾਵਸ ਉਦੋਂ ਸਾਨੂੰ ਦੱਸਿਆ ਜਾਂਦਾ ਹੈ ਕਿ ਜਦੋਂ ਅਸੀਂ ਉਹਨਾਂ ਲਈ ਲੜਦੇ ਹਾਂ, ਉਹਨਾਂ ਲਈ ਮਰਦੇ ਹਾਂ, ਉਹ ਵੀ ਉਹ ਦੇਸ਼ਾਂ ਦੇ ਵਿੱਚ ਜਿੱਥੇ ਸਾਡੀ ਕੋਈ ਲੜਾਈ ਹੈ ਹੀ ਨਹੀਂ। ਇਹ ਜਿਹੜਾ ਇੱਕ ਅਸੀਂ ਅਸੀਂ ਉਹਦੇ ਵਿੱਚ ਆਪ ਫਸੇ ਹੋਏ ਹਾਂ, ਕਰਕੇ ਸਾਡੀ ਜਿਹੜੀ ਇੱਕ ਫੌਜ ਦੇ ਵਿੱਚ ਜਾਂ ਸਾਡੀ ਇੱਕ ਮਾਰਸ਼ਲ ਰੇਸ ਦਾ ਜਿਹੜਾ ਸਾਨੂੰ ਗੋਰਿਆਂ ਨੇ ਬੜਾ ਚੁੱਕਿਆ ਹੈ, ਅਸੀਂ ਉਹਦੇ ਵਿੱਚ ਆਪ ਹੀ ਇਸ ਗੱਲ ਦੇ ਫਸੇ ਹੋਏ ਹਾਂ। ਸੋ ਆਈ ਥਿੰਕ ਇੱਕ ਜੇ ਅਸੀਂ ਕਹਿ ਰਹੇ ਹਾਂ ਕਿ ਇਹ ਜਿਹੜੀ ਸਟੇਟ ਦੀ ਨੁਮਾਇੰਦਗੀ ਕਰਨੀ ਇਹ ਕੋਈ ਪੁਰਾਣੀ ਜਾਂ ਕੋਈ ਪਿਛਲੇ ਸਮਿਆਂ ਦੀ ਗੱਲ ਆ, ਇੰਨੀ ਤੱਕ ਅਸੀਂ ਇਹਨੂੰ ਗੱਲ ਸੀਮਤ ਨਹੀਂ ਰੱਖ ਸਕਦੇ। ਜੇ ਮੈਂ ਸਿੱਧੇ ਬੰਦਿਆਂ ਨੂੰ ਕਾਲ ਆਊਟ ਕਰਨਾ ਆ ਤੇ ਇੱਥੋਂ ਲਿਬਰਲ ਪਾਰਟੀ ਦੇ ਹਰਜੀਤ ਸੱਜਣ ਤੋਂ ਲੈ ਕੇ ਜਗਮੀਤ ਸਿੰਘ ਤੋਂ ਲੈ ਕੇ ਇਹ ਸਾਰੇ ਜਿਹੜੇ ਆ ਇਹਨਾਂ ਦਾ ਮੁੱਢਲਾ ਨਾਤਾ ਜਿਹੜਾ ਆ ਉਹ ਸਟੇਟ ਦੇ ਨਾਲ ਆ। ਇਟਸ ਅਨਫੈਦਮੇਬਲ ਟੂ ਮੀ ਕਿ ਮੈਂ ਸੋਚ ਹੀ ਨਹੀਂ ਸਕਦਾ ਕਿ ਅਸੀਂ ਇਹਨਾਂ ਨੂੰ ਕਿੱਦਾਂ ਖਾਲਸਾ ਪੰਥ ਦੇ ਜਾਂ ਸਿੱਖਾਂ ਦੇ ਇੱਕ ਲੀਡਰਸ਼ਿਪ ਮੰਨ ਸਕਦੇ ਹਾਂ। ਸਿੱਖਾਂ ਦੀ ਨੁਮਾਇੰਦਗੀ ਜਿਹੜੀ ਆ ਉਹ ਜਿਹੜੀ ਆ ਆਈ ਕੈਂਟ ਅੰਡਰਸਟੈਂਡ ਕਿ ਜਦੋਂ ਅਸੀਂ ਸਿੱਖਾਂ ਦੀ ਨੁਮਾਇੰਦਗੀ ਲੱਭਦੇ ਹਾਂ ਤੇ ਇਹਨਾਂ ਦੇ ਵਿੱਚੋਂ ਕਿਹੋ ਜਿਹੀ ਸਿੱਖਾਂ ਦੀ ਨੁਮਾਇੰਦਗੀ ਅਸੀਂ ਲੱਭ ਰਹੇ ਹਾਂ, ਸਿਰਫ ਇੱਕ ਰੂਪ ਦੇਖ ਕੇ। ਜਿੱਦਾਂ ਭਾਈ ਮਨਦੀਪ ਸਿੰਘ ਨੇ ਅਕਾਲੀਆਂ ਦੀ ਗੱਲ ਕੀਤੀ ਸੀ, ਅਕਾਲੀਆਂ ਦਾ ਇੱਕ ਨਾਂ ਰਹਿ ਗਿਆ ਹੈ ਕਿ ਉਹ ਜਿਹੜਾ ਨਾਂ ਆ ਉਹ ਇੱਕ ਪਿਛਲੇ ਪਿਛੋਕੜ ਸਾਡੇ ਇਤਿਹਾਸ ਦੇ ਵਿੱਚ ਕਿੱਦਾਂ ਵਰਤਿਆ ਜਾਂਦਾ ਸੀਗਾ ਤੇ ਉਹ ਇੱਕ ਕਨਫਿਊਜ਼ਨ ਜਾਂ ਭੰਬੜਭੂਸਾ ਪੈਦਾ ਹੋਇਆ ਹੈ ਕਿ ਇਹ ਵਾਕਈ ਸਿੱਖਾਂ ਦੀ ਪੋਲੀਟੀਕਲ ਪਾਰਟੀ ਹੈ ਜਾਂ ਸਿੱਖਾਂ ਦੇ ਲਈ ਲੜ ਰਹੇ ਆ। ਤੇ ਉਸ ਤੋਂ ਅੱਗੇ ਜਿਹੜੀ ਅਸੀਂ ਅੱਜ ਦੀ ਨੁਮਾਇੰਦਗੀ ਜਿਹੜੀ ਪੋਲੀਟਿਕਸ ਦੇ ਵਿੱਚ ਦੇਖਦੇ ਹਾਂ ਉਹਦੇ ਵਿੱਚ ਜੇ ਕੋਈ ਸਿੱਖ ਵਰਗਾ ਲੱਗਦਾ ਆ, ਇਟ ਡਜ਼ਨਟ ਨੈਸੈਸਰੀਲੀ ਮੀਨ ਕਿ ਸਿੱਖਾਂ ਦੇ ਇੰਟਰਸਟ ਉਹਨਾਂ ਦੇ ਪ੍ਰਾਇਮਰੀ ਇੰਟਰਸਟ ਆ, ਉਹ ਸਟੇਟ ਦੇ ਵਿੱਚ ਉਹ ਸਟੇਟ ਦੇ ਇੰਟਰਸਟ ਪੂਰੇ ਕਰਨ ਲਈ ਰਹਿ ਰਹੇ ਆ, ਜੀ ਰਹੇ ਆ, ਉਹਨਾਂ ਦੀ ਲੈਂਗੁਏਜ ਜਿਹੜੀ ਆ ਉਹ ਵੀ ਸਟੇਟ ਦੇ ਉਹੀ ਦਾਇਰੇ ਦੇ ਵਿੱਚ ਉਨੀ ਕੀ ਉਹ ਬੋਲ ਸਕਦੇ ਆ, ਉਹਨਾਂ ਕੀ ਕਹਿ ਸਕਦੇ ਆ। ਸੋ ਉਹਦੇ ਵਿੱਚ ਅਸੀਂ ਉਹਨਾਂ ਦੇ ਲਈ ਆਪ ਇੱਕ ਸ਼ੀਲਡ ਬਣਦੇ ਹਾਂ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ, ਪਰ ਨੰਬਰ 2 ਉਹ ਇਹ ਆ ਕਿ ਜੇ ਇਹ ਨਹੀਂ ਤੇ ਅਸੀਂ ਹੋਰ ਕੀ ਕਰੀਏ। ਆਈ ਫਾਈਂਡ ਕਿ ਜਦੋਂ ਅਸੀਂ
स्टेट दे एक हिस्सा बनते हैं, सानू एक सौखा मौका मिल जाता है ये कहना कि इहदे विचों ही सानू सब कुछ मिलना है। सो असी जिहड़ी रिस्पोंसिबिलिटी है पंथ की वो अपने आप तो चुक के द यूनाइटेड स्टेट्स गवर्नमेंट, CIA, कनेडियन गवर्नमेंट, ब्रिटिश गवर्नमेंट होर सैट रहे हैं कि एक दिन साढ़े मन के दिमाग के ख्याल आ कि इन्हों के राही इन्हों की सपोर्ट के नाल, इन्हों की मदद के नाल, इन्हों की हमदर्दी के नाल सानू कोई चीज मिलेगी। असी जो पातशाही ज खालिस्तान जो भी वो असी असी जितने तुरे हाँ एक स्टैप तो लैके खालसा राज तक तुरे हाँ गुरुआं के बचन पूरे करने के लिए अपने एक पातशाही कायम करने लिए वो राह के उत्ते साडा जिहड़ा असी अपनी बांह किनू फड़ाउण की कोशिश कर रहे हैं वो यूजली है कि बाहरलियां स्टेटां नू, कोई भी स्टेट होवे सानू है कि ये सानू रैकगनाइज़ कर, रैकगनाइज करन तो बाद साडे नाल हमदर्दी जताउण, बाद दे विच इन्हां ने पता नहीं साडे मन च है कि यूएन ने कोई मिलिटरी फोर्स भेजनी है जां होर कुछ करना जां कुछ करना है। साडे लोग आई थिंक इत्थे तक स्टक हो गए जां सीमित हो गए कि असहमत हो गए कि असी दूजियां दे बल दे नाल जां बुद्धि दे नाल असी ये लड़ाई लड़नी है। एंड इट्स नॉट एवरीवन बट जिहड़ी ये पॉलिटिक्स की गल मैं कर रहा कि जिहड़े बाहरली डायस्पोरा पॉलिटिक्स स्पैशली इहदे विच आए है ते उन कई उनके मन इन्ना भी नहीं ख्याल हैगा, उन्होंने सिर्फ इतने तक ही वो सहमत है कि सानू एक सीट मिल गई है असी सीट कायम रखनी है। सीट कायम रखने दे विच सिख पॉलिटिक्स जिहड़ी है जिन्हें अटैक उहदे उत्ते कैनेडा दे यूके दे विच ते यूएस दे उत्ते हुंदे आ उहदे विच जे तुसी कोई सिखां दी नुमाइंदगी कर नहीं सकते तुसी एक बाहरली स्टेट दे नुमाइंदे आ। जे हुण लाइक उस कई टाइमां दे विच साडे इतिहास दे विच जिहड़े बाहरले साडे सिख सीगे ਜਿਹੜੀ ਸਟੇਟ ਦੇ ਨਾਲ ਡੀਲ ਕਰਦੇ ਸੀਗੇ ਜਦੋਂ ਉਹਨੇ ਖਾਲਸਾ ਪੰਥ ਦੇ ਵਿੱਚ ਆਉਣਾ ਵੀ ਉਹਨਾਂ ਨੂੰ ਤਨਖਾਹ ਵੀ ਲੱਗਦੀ ਹੁੰਦੀ ਸੀਗੀ ਉਹਨਾਂ ਨੂੰ ਇੱਦਾਂ ਦੇਖਿਆ ਜਾਂਦਾ ਸੀਗਾ ਕਿ ਤੁਸੀਂ ਸਾਡੇ ਨਹੀਂ ਹੈਗੇ ਤੁਸੀਂ ਉਹਨਾਂ ਦੇ ਆ। ਤੇ ਜੇ ਉਹੀ ਗੱਲ ਨੂੰ ਅਸੀਂ ਫਰਕ ਦੇਖਣਾ ਜਿਹੜੇ 1984 ਦਾ ਜਿਹੜਾ ਦੌਰ ਆ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ June 1984 ਸਪੈਸ਼ਲੀ ਇਹਦੇ ਵਿੱਚ ਜਦੋਂ ਅਸੀਂ ਸਿਰਫ ਇੱਕ ਥਾਂ ਦੇਖਣਾ ਪੈਂਦਾ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਦੋਂ ਮੁੱਢਲਾ ਨਾਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਨਹੀਂ ਹੁੰਦਾ ਤੇ ਸਿੱਖਾਂ ਦੀ ਆਬਜ਼ਰਵੇਸ਼ਨ ਤੇ ਕੀ ਹੁੰਦੀ ਹੈ ਉਹਨਾਂ ਦੇ ਵੱਲ ਨੂੰ ਜਿਹੜੇ ਇੱਕ ਜੰਗ ਲੜੀ ਗਈ ਅੰਮ੍ਰਿਤਸਰ ਦੇ ਵਿੱਚ ਉਸ ਜੰਗ ਦੇ ਦੌਰਾਨ ਜਿਹੜੇ ਹਿੰਦੁਸਤਾਨ ਦੀ ਫੌਜ ਦੇ ਵਿੱਚ ਸਿੱਖ ਅਫਸਰ ਸੀਗੇ ਜਾਂ ਸਿੱਖਾਂ ਤੋਂ ਘਰੋਂ ਜਿਹੜੇ ਅਫਸਰ ਸੀ ਉਹਨਾਂ ਦੇ ਵਿੱਚੋਂ ਜਿਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਕਦਮ ਪਾ ਦਿੱਤੇ ਤੇ ਆਪਣੇ ਪੰਥ ਦੇ ਉੱਤੇ ਇੱਕ ਅਟੈਕ ਦੇ ਵਿੱਚ ਸ਼ਾਮਿਲ ਹੋ ਗਏ ਉਹਨਾਂ ਨੂੰ ਅਸੀਂ ਇੱਕ ਸਦਾ ਲਈ ਗਦਾਰ ਦੇ ਦਿੱਤਾ ਕਿ ਉਹ ਗਦਾਰ ਆ ਕੌਮ ਦੇ। ਤੇ ਦੂਜੇ ਪਾਸੇ ਜਿਹੜੇ ਉਹ ਸਿੱਖ ਘਰਾਂ ਦੇ ਅਫਸਰ ਸੀਗੇ ਜਿਹਨਾਂ ਨੇ ਆਪਣੀ ਪੋਸਟ ਛੱਡੀ, ਜੋਧਪੁਰ ਜੇਲ੍ਹ ਕੱਟੀ, ਸ਼ਹੀਦ ਹੋ ਗਏ, ਮੋਰਚੇ ਬੰਦੇ ਲਈ ਅੰਮ੍ਰਿਤਸਰ ਨੂੰ ਤੁਰ ਪਏ, ਉਹਨਾਂ ਨੂੰ ਅਸੀਂ ਇੱਕ ਹੋਰ ਕਿਰਦਾਰ ਦੇ ਦਿੱਤਾ ਕਿ ਇਹ ਧਰਮੀ ਫੌਜੀ ਹੈ ਕਿਉਂਕਿ ਇਹਨਾਂ ਨੇ ਆਪਣਾ ਉਸ ਟਾਈਮ ਦੇ ਵਿੱਚ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਜਿਹੜਾ ਉਹ ਨਾਤਾ ਹੈ ਉਹ ਨਹੀਂ ਤੋੜਿਆ, ਉਹਨਾਂ ਨੇ ਆਪਣੇ ਆਪ ਨੂੰ ਉੱਤੋਂ ਚੁੱਕ ਕੇ ਆਪਣੇ ਆਪ ਨੂੰ ਗੁਰੂ ਦੇ ਮੂਹਰੇ ਪੇਸ਼ ਕੀਤਾ, ਭਾਵੇਂ ਉਹ ਸ਼ਹੀਦੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂ ਜੇਲ੍ਹਾਂ ਦੀ ਕਾਲ ਕੋਠੀਆਂ ਦੇ ਵਿੱਚ ਪੇਸ਼ ਕੀਤਾ। ਸੋ ਅਸੀਂ ਜਦੋਂ ਇਹ ਸਾਰਾ ਦੇਖਦੇ ਹਾਂ ਕਿ ਪੋਲੀਟਿਕਸ ਜਿਹੜੀ ਸਪੈਸ਼ਲੀ ਬਾਹਰਲੀ ਜਿਹੜੀ ਹੈ ਉਹ ਇੱਕ ਸਰਵਾਈਵਲ ਪੋਲੀਟਿਕਸ ਆ, ਅਸੀਂ ਬਚਣਾ ਆ, ਅਸੀਂ ਜਿਹੜੀ ਰਿਐਲਿਟੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਬਣਾ ਰਹੀ ਹੈ ਕਿ ਅਸੀਂ ਇੱਥੇ ਹੀ ਰਹਿਣਾ ਆ, ਅਸੀਂ ਆਪਣੀ ਫਿਰ ਲਾਈਫ ਇੱਥੇ ਉਦਾਂ ਡਿਕਟੇਟ ਕਰੂੰਗੇ ਜਿੱਦਾਂ ਸਾਨੂੰ ਇੱਥੇ ਬਾਹਰਲੇ ਗੋਰੇ ਜਿਹੜੇ ਆ ਚਾਹੁੰਦੇ ਆ ਕਿ ਅਸੀਂ ਉਦਾਂ ਹੀ ਬੋਲੀਏ, ਉਦਾਂ ਹੀ ਅਸੀਂ ਰਹੀਏ। ਹੁਣ ਪ੍ਰੋਟੈਸਟ ਦੀ ਗੱਲ ਇੱਥੇ ਬਾਹਰਲੇ ਦੇਸ਼ਾਂ 'ਚ ਆਉਂਦੀ ਹੈ, ਪ੍ਰੋਟੈਸਟ ਦਾ ਮਤਲਬ ਇਹ ਨਹੀਂ ਹੈਗਾ ਕਿ ਸਟੇਟ ਸਾਨੂੰ ਦੱਸੇ ਕਿ ਤੁਸੀਂ ਕਿੱਦਾਂ ਪ੍ਰੋਟੈਸਟ ਕਰਨੀ ਆ, ਕਿੱਥੇ ਪ੍ਰੋਟੈਸਟ ਕਰਨੀ ਆ, ਕੀ ਤੁਸੀਂ ਬੋਲ ਸਕਦੇ ਆ, ਕੀ ਨਹੀਂ ਕਹਿ ਸਕਦੇ, ਕਿੰਨੇ ਚਿਰ ਲਈ ਤੁਸੀਂ ਰਹਿ ਸਕਦੇ ਆ, ਹੁਣ ਡਿਸਪਰਸ ਹੋ ਕੇ ਜਾਓ ਘਰਾਂ ਨੂੰ। ਸਿੱਖਾਂ ਦੀ ਪ੍ਰੋਟੈਸਟ ਜਿਹੜੀ ਸਪੈਸ਼ਲੀ ਬਾਹਰਲੇ ਦੇਸ਼ਾਂ ਦੇ ਵਿੱਚ ਆ, ਰਾਦਰ ਦੈਨ ਪ੍ਰਸਿਪੀਟੇਟ ਕਲੈਸ਼ ਇਹ ਸਟੇਟਾਂ ਦੇ ਨਾਲ, ਸਾਨੂੰ ਹੈਗਾ ਆ ਕਿ ਅਸੀਂ ਮਾਡਲ ਮਾਈਨੋਰਿਟੀ ਦੇ ਬਣ ਕੇ ਇੱਥੇ ਬਾਹਰ ਰਹਿਣਾ ਆ। ਇਹ ਜਿਹੜੀ ਪੋਲੀਟਿਕਸ ਜਿਹੜੀ ਹੈ ਇਹ ਸਾਡੀ ਆਮ ਬਣ ਚੁੱਕੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ, ਤੇ ਅਸੀਂ ਇਹ ਤਾਂ ਕਰਦੇ ਹਾਂ ਕਿਉਂਕਿ ਜਦੋਂ ਸਾਡੇ ਸਟੇਟ ਦੇ ਨਾਲ ਬਾਹਰ ਵੀ ਕਲੈਸ਼ ਹੋਊਗਾ ਇਹਦਾ ਮਤਲਬ ਇਹ ਹੈ ਕਿ ਜਿਹੜੀ ਸਾਡੀ ਲੌਂਗ ਟਰਮ ਵਿਜ਼ਨ ਆ ਕਿ ਇਸ ਸਟੇਟ ਤੋਂ ਅਸੀਂ ਮਦਦ ਲੈਣੀ ਆ ਉਹ ਕੰਪਰੋਮਾਈਜ਼ ਹੋ ਜਾਂਦੀ ਹੈ। ਪਰ ਅਸੀਂ ਇਹ ਨਹੀਂ ਦੇਖ ਰਹੇ ਕਿ ਇਨ ਦਾ ਮੂਮੈਂਟ ਅਸੀਂ ਕਿੰਨਾ ਕੰਪਰੋਮਾਈਜ਼ ਕਰ ਰਹੇ ਹਾਂ ਸਟੇਟ ਦੇ ਨਾਲ ਅਲਾਈਨ ਕਰਕੇ। ਤੇ ਜੇ ਅਖੀਰ ਦੇ ਵਿੱਚ ਜਿਹੜੀ ਜਿਹੜੀ ਅਸੀਂ ਜਦੋਂ ਆਪਣਾ ਨਾਤਾ ਦੇਣਾ ਹੈ ਜਾਂ ਆਪਣੀ ਬਾਂਹ ਕਿਸੇ ਨੂੰ ਫੜਾਉਣੀ ਹੈ, ਗੁਰੂ ਤੋਂ ਅੱਗੇ ਅਸੀਂ ਹੁਣ ਉਹ ਬਾਂਹ ਕਿਹਨੂੰ ਫੜਾ ਸਕਦੇ ਹਾਂ, ਉੱਥੋਂ ਸਾਨੂੰ ਛਡਾਉਣੀ ਪਊਗੀ ਜੇ ਹੋਰ ਕਿਸੇ ਨੂੰ ਫੜਾਉਣੀ ਹੈ। ਇਹ ਇਹ ਤਾਂ ਹੋ ਨਹੀਂ ਸਕਦਾ ਕਿ ਅਸੀਂ ਇੱਕ ਪਾਸੇ ਗੁਰੂ ਦੇ ਹਾਂ ਦੂਜੇ ਪਾਸੇ ਕਿਸੇ ਸਟੇਟ ਦੇ ਹਾਂ, ਇਟ ਡਜ਼ਨਟ ਮੇਕ ਸੈਂਸ। ਤੇ ਇਹ ਜਿਹੜਾ ਨਜ਼ਰੀਆ ਹੈ ਇਹ ਬੜਾ ਔਖਾ ਆਈ ਥਿੰਕ ਅੰਡਰਸਟੈਂਡ ਕਰਨ ਲਈ, ਮੈਂ ਵੀ ਇਹਦੇ ਉੱਤੇ ਹਲੇ ਟ੍ਰਵਰਸ ਕਰ ਰਿਹਾ ਕਿ ਇਹਦੀ ਜਿਹੜੀ ਇੰਟਰਕਨੈਕਸ਼ਨ ਜਿਹੜੇ ਆ ਇਹ ਕਿਤੇ ਕਿਤੇ ਜਾ ਕੇ ਕਨੈਕਟ ਹੁੰਦੇ ਆ ਤੇ ਕਿਤੇ ਕਿਤੇ ਇਹਨਾਂ ਦੀ ਇੱਕ ਕ੍ਰੋਸ ਓਵਰ ਹੁੰਦੀ ਹੈ। ਪਰ ਆਈ ਥਿੰਕ ਜੇ ਅਸੀਂ ਇਹਦੇ ਵਿੱਚ ਹੀ ਰਹਿ ਗਏ ਕਿ ਅਸੀਂ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ, ਸਾਡਾ ਕੰਮ ਇਹ ਹੈ ਕਿ ਅਸੀਂ ਬਾਹਰਲੇ ਦੇਸ਼ਾਂ ਤੋਂ ਸਪੋਰਟ ਲੈਣੀ ਹੈ, ਤੇ ਉਹ ਸਪੋਰਟ ਅਸੀਂ ਇੱਦਾਂ ਲੈਣੀ ਹੈ ਕਿ ਅਸੀਂ ਆਪ ਹੀ
अपने ककारां नूं अपनी इतिहास नूं उहदे उत्ते पाणी फेर के असीं पेश करना है। ते असीं सिर्फ ये कहना कि असीं जस्टिस सीक कर रहे हैं जां असीं आ कर रहे हैं जां असीं वो कर रहे हैं। जिहड़ी वो लैंग्वेज है वह भी बड़ी लिमिटेड है। उहदे विचों जिहड़ा राज दा शब्द है सॉवरनिटी दा शब्द है खालिस्तान आ खालसा राज आ दिस इज ऑल एलिमिनेटेड। पॉलिटिक्स दे विच रहना है तो पॉलिटिक्स सर्वाइवल दी हुंदी है। तुसीं झूठ भी बोलोगे तुसीं बहुत कुछ करोगे दुनियावी सियासत दे विच। हाँ जी सिखां दी सियासत है उहदे विच तुसीं एक राह ते तुर पए आ वह जो मार्ग गुरु ने दिता है वह उत्ते हो सकता है कष्ट भी सहारने पाउण जेलां भी होण शहीदी भी होवे जिहड़े उह राह ते तुर पैंदे आ ते सानू दिखाया भी है उन्होंने तुर के उन्हां दे लई इह आ कि वह बल दी अग दे विच नहीं है कि जाके छाल मार लैंदे आ पर वह राह ते मार्ग ते तुरे जांदे आ ते जिहड़े वह राह ते तुर पए आ इह सारा कुछ उत्ते जे आउंदा भी आ ते वह खुशी खुशी शब्द दे नाल जुड़ के उहनूं प्राप्त भी कर लैंदे आ ते उहनूं अपना भी लैंदे आ। इक उहनां नूं इक चाअ भी हुंदा आ कि इह होवे उहनां दे नाल जिन्ना भी भाई महंगा सिंह तो लैके सन जरनैल सिंह तक के बाद जिन्हें भी संघर्ष के बहुत जुझारू हुए उन्होंने नित अरदास ही होंगी सी कि जी शहीदी सू बख्शिश हो गए। सो आई थिंक जे असी वो गल् करनी उन्हों दया तो इधरले बस असी ट्रूडो ट्रंप न होर किसी असी प्रमोट करना है जो असी उन्होंने थले रह के अपना काम करना जो उन्होंने दायरे के सीमित होकर रहना है। आई थिंक ये एक कॉन्ट्रोवर्शियल तो बहुत दूर की गल है ये एक पंथ के धोखे की गल हो जाती है। I think it was a very important point that you talked, many, many important points that you touched up on, especially when we talk about West, there are a lot of young people who have been ਵੀ ਸੰਤਾਂ ਦਾ ਜੋ ਜੋ ਕੁਛ ਉਹਨਾਂ ਨੇ ਕੀਤਾ ਸਾਰਾ ਜਸਟੀਫਾਈਡ ਸੀਗਾ ਉਸ ਸਮੇਂ ਲਈ ਠੀਕ ਸੀਗਾ ਲੇਕਿਨ ਹੁਣ ਆਪਾਂ ਵੈਸਟ ਦੇ ਵਿੱਚ ਰਹਿੰਦੇ ਹਾਂ ਆਪਣੀ ਸੋਚ ਥੋੜ੍ਹੀ ਡਿਫਰੈਂਟ ਹੋਣੀ ਚਾਹੀਦੀ ਆ ਆਪਣੇ ਇੱਥੇ ਬਹੁਤ ਸਿੱਖ ਕਹਿ ਲਓ ਲੀਡਰਸ਼ਿਪ ਵੀ ਇੱਥੇ ਬਹੁਤ ਹੈਗੀ ਆ ਕੋਰਨ ਕੋਚ ਸਿੱਖ ਲੀਡਰਸ਼ਿਪ ਬਹੁਤ ਹੈਗੀ ਆ ਲੈਟਸ ਲੁੱਕ ਟੂ ਦੈਮ ਆਪਣੇ ਕੋਲ ਯੂਨਾਈਟਡ ਨੇਸ਼ਨਸ ਹੈਗਾ ਵੀ ਇਹਨਾਂ ਦੇ ਨਾਲ ਆਪਾਂ ਰਲ ਕੇ ਦੇਖੀਏ ਵੀ ਉਹ ਇੰਡੀਆ 'ਤੇ ਜ਼ੋਰ ਪਾਉਣ ਤਾਂ ਕਿ ਆਪਾਂ ਨੂੰ ਕੋਰਨ ਕੋਟ ਇਨਸਾਫ ਮਿਲ ਸਕੇ ਅਤੇ ਉਹ ਜਿਹੜੀ ਆਪਣੀ ਜਿਹੜੀ ਸਿੱਖ ਦੀ ਆਪਣੀ ਕਹਿ ਲਓ ਇਨਸਾਫ ਲੈ ਕੇ ਆਉਣ ਦੀ ਜਿਹੜਾ ਬਲ ਹੁੰਦਾ ਆ ਉਹ ਪੂਰੀ ਗੱਲ ਨੂੰ ਸਾਈਡ ਲਾਈਨ ਕਰ ਦਿੰਦਾ ਤੇ ਆਪਣੀ ਜਿਹੜੀ ਆਜ਼ਾਦੀ ਦੀ ਗੱਲ ਹੁੰਦੀ ਆ ਉਹ ਸਾਰੀ ਗੱਲ ਨੂੰ ਪਿੱਛੇ ਛੱਡ ਜਾਂਦੇ ਆ। ਸੋ ਉਹ ਆਈ ਥਿੰਕ ਜਿਹੜੇ ਤੁਸੀਂ ਪੁਆਇੰਟਸ ਕਵਰ ਕੀਤੇ ਨੇ ਬਹੁਤ ਜ਼ਰੂਰੀ ਪੁਆਇੰਟ ਸੀਗੇ। ਮੈਂ ਹੁਣ ਥੋੜੇ ਸੰਗਤਾਂ ਦੇ ਕੁਐਸਚਨ ਆਏ ਹੋਏ ਸੀਗੇ ਮੈਂ ਉਹ ਇਹਦੇ ਵਿੱਚ ਜਿਹੜੀ ਸਮੇਂ ਦੀ ਗੱਲ ਆ ਸੰਤਾਂ ਦੀ ਵੀ ਗੱਲ ਸੀਗੀ ਮੈਂ ਪਰਸਨਲੀ ਜਿਹੜਾ ਆਲਵੇਜ਼ ਐਕਸਪੀਰੀਅੰਸ ਕਰਦਾ ਹਾਂ ਛੋਟੇ ਹੁੰਦੇ ਤੋਂ ਜਿਹੜੀ ਗੱਲ ਦੇਖੀ ਹੈ ਉਹਨਾਂ ਨੇ ਜਿਹੜਾ ਸਮਾਂ ਆ ਉਹਨੂੰ ਕਨਫਰਮ ਨਹੀਂ ਕੀਤਾ ਕਿ ਜਿਹੜਾ ਸਮਾਂ ਆ ਗਿਆ ਹੁਣ ਸਮਾਂ ਬਦਲ ਗਿਆ। ਇਹ ਉਹ ਗੱਲਾਂ ਹੁੰਦੀਆਂ ਕਿ ਸਮਾਂ ਬਦਲ ਗਿਆ ਇਹਦਾ ਮਤਲਬ ਜਿਹੜੀ ਸਾਡੀ ਰਹਿਣੀ ਬਹਿਣੀ ਹੈ ਜਾਂ ਸਾਡੀ ਕੋਈ ਵੀ ਮਰਿਆਦਾ ਹੈ ਜਾਂ ਕੁਛ ਵੀ ਆ ਅਸੀਂ ਉਹਨੂੰ ਬਦਲ ਕੇ ਸਮੇਂ ਦੇ ਮੁਤਾਬਕ ਅਸੀਂ ਚੱਲੀਏ ਤੇ ਸਾਡੇ ਜਿਹੜੇ ਪਿਛੋਕੜ ਦੇ ਜਿਹੜੇ ਬੋਲਬਾਲੇ ਵੀ ਹੈ ਤੇ ਇਹ ਗੱਲ ਵੀ ਹੁੰਦੀ ਹੈ ਕਿ ਸ੍ਰੀ ਗੁਰੂ ਭੰਨਿਓ ਸਮਾਂ ਕਿਆ ਕਹਿ ਸੋ ਰਖ ਸੋ ਸਾ ਸੋ ਜਲ ਹੈ ਵਾਯੂ ਵਾਯੂ ਬਣੀ ਬਸੁਦਾ ਉਹੀ ਦੋਸਤ ਸਮੇਂ ਕਿਉਂ ਕਿਆ ਕਹਿ ਕੋਈ ਕਿ ਸਮਾਂ ਜਿਹੜਾ ਆ ਉਹਨੂੰ ਦੋਸ਼ ਦੇਣਾ ਕਿ ਸਮੇਂ ਦੇ ਮੁਤਾਬਿਕ ਸਾਨੂੰ ਚੱਲਣਾ ਪੈਣਾ ਆ ਸਮੇਂ ਦੇ ਮੁਤਾਬਿਕ ਸਾਨੂੰ ਬਦਲਣਾ ਪੈਣਾ ਆ ਪਰ ਜਿਹੜੀ ਇਹ ਧਰਤੀ ਆ ਪਾਣੀ ਆ ਹਵਾ ਆ ਇਹ ਜੋ ਵੀ ਸਾਨੂੰ ਦੇਖਾ ਉਹ ਤਾਂ ਉਹੀ ਆ ਸਮਾਂ ਇੱਕ ਟਾਈਮ ਦੇ ਵਿੱਚ ਰਹਿਣਾ ਜੇ ਅਸੀਂ ਅਕਾਲ ਹੋਣਾ ਆ ਤੇ ਸਮੇਂ ਤੋਂ ਬਾਅਦ ਸਾਨੂੰ ਰਹਿਣਾ ਪੈਣਾ ਆ ਅਸੀਂ ਇੱਕ ਟਾਈਮਲੈਸ ਹੋ ਕੇ ਸਾਨੂੰ ਜਿਉਣਾ ਪੈਣਾ ਕਿ ਜਿੱਦਾਂ ਗੁਰੂ ਨੇ ਸਾਨੂੰ ਬਣਾਇਆ ਆ ਸਮਾਂ ਹੋਵੇ ਜਾਂ ਜੀਓਗ੍ਰਾਫੀ ਹੋਵੇ ਕੈਨੇਡਾ ਹੋਵੇ ਜਾਂ ਪੰਜਾਬ ਹੋਵੇ 1980s ਹੋਵੇ ਜਾਂ 2020 ਹੋਵੇ ਇਹਦੇ ਵਿੱਚ ਕੀ ਫਰਕ ਸਾਨੂੰ ਦੱਸ ਰਿਹਾ ਆ ਐਂਡ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਆਈ ਥਿੰਕ ਕਿ ਥੋੜ੍ਹਾ ਜਿਹਾ ਇਹਦੇ ਉੱਤੇ ਕਿ ਸਮੇਂ ਦੇ ਮੁਤਾਬਕ ਜੇ ਅਸੀਂ ਆਪਣੇ ਆਪ ਨੂੰ ਬਦਲਣਾ ਆ ਜਾਂ ਅਸੀਂ ਕਨਫਰਮ ਕਰਨਾ ਆ ਜਾਂ ਅਸੀਂ ਦੂਜੇ ਪਾਸੇ ਨੂੰ ਸਮੇਂ ਨੂੰ ਹੀ ਟਵਿਸਟ ਕਰਨਾ ਆ ਕਿ ਸਮਾਂ ਜਿਹੜਾ ਆ ਉਹ ਸਾਡੇ ਨੂੰ ਸਪੇਸ ਦੇਵੇ ਕਿ ਅਸੀਂ ਆਪਣੇ ਆਪ ਨੂੰ ਸਮੇਂ ਦੇ ਵਿੱਚ ਪ੍ਰਗਟ ਕਰਾਉਣਾ ਆ ਕਿ ਐਸ ਇਨ ਇਹ ਨਹੀਂ ਹੈਗਾ ਕਿ ਇਹ ਹੋ ਸਕਦਾ ਕਿ 2020 ਆ ਗਿਆ ਇਹਦਾ ਮਤਲਬ ਇਹ ਆ ਕਿ ਆਪਣੇ ਆਪ ਨੂੰ ਬਦਲ ਲਓ ਗੁਰੂ ਦੇ ਆਸ਼ੇ ਤੋਂ ਰਹਿਤ ਤੋਂ ਸਾਰਾ ਕੁਛ ਟੁੱਟ ਜਾਵੋ ਇਹ ਤਾਂ ਹੋ ਨਹੀਂ ਸਕਦਾ। ਹੁਣ ਜਿਹੜੇ ਗੁਰੂ ਦੇ ਬਚਨ ਹੈ ਜੇ ਅਸੀਂ ਉਹਨੂੰ ਅਟਲ ਮੰਨਦੇ ਹਾਂ ਕਿ ਐਸ ਇਨ ਲਾਈਕ ਇਟਸ ਦੇਅਰ ਟਾਈਮਲੈਸ ਇਨ ਦੇਅਰ ਬੀਇੰਗ ਸੋ ਉਹਦਾ ਮਤਲਬ ਇਹੀ ਹੋਊਗਾ ਕਿ ਜਿਹੜੇ ਸਿੱਖ ਆ ਜਾਂ ਮੇਰੇ ਵਰਗੇ ਆ ਅਸੀਂ ਉਸ ਲੈਵਲ ਤੱਕ ਪਹੁੰਚੇ ਨਹੀਂ ਹਾਲੇ ਜਿੱਦਾਂ ਅਸੀਂ ਉਹਨੂੰ ਇਹ ਅੰਡਰਸਟੈਂਡਿੰਗ ਸਾਡੇ ਮਨਾਂ ਦੇ ਵਿੱਚ ਆਈ ਆ ਕਿ ਆਲੇ ਦੁਆਲੇ ਜਿਹੜਾ ਸਮਾਂ ਬਦਲ ਲਿਆ ਆ ਬਦਲ ਰਿਹਾ ਆ ਉਹ ਬਦਲੀ ਜਾਵੇ ਉਹਦੇ ਨਾਲ ਜਿਹੜੇ ਸਾਡੇ ਸਹੂਲਤਾਂ ਆ ਸਾਡੀ ਜਿਹੜੀ ਰਿਐਲਿਟੀ ਆ ਸਾਡੀ ਜਿਹੜੀ ਰੀਸੋਰਸਿਸ ਆ ਉਹ ਸਾਰਾ ਕੁਛ ਆ ਸਾਨੂੰ ਉੱਥੇ ਖਿਆਲ ਰੱਖਣਾ ਪੈ ਰਿਹਾ ਹੈ ਕਿ ਕੀ ਅਸੀਂ ਕਰ ਸਕਦੇ ਹਾਂ ਇਸ ਸਮੇਂ ਦੇ ਵਿੱਚ ਬਟ ਜਿਹੜੇ ਸਾਡੇ ਮੋਡਸ ਐਂਡ ਮੈਕਨਿਜ਼ਮਸ ਆ ਉਹ ਕੰਮ ਕਰਨ ਲਈ ਉਹ ਨਹੀਂ ਬਦਲਦੇ ਭਾਵੇਂ ਉਹ ਸਿਆਸਤ ਆ ਭਾਵੇਂ ਉਹ ਹਥਿਆਰਬੰਦ ਸੰਘਰਸ਼ ਆ ਜੋ ਵੀ ਆ ਉਹ ਜੋ ਗੁਰੂ ਨੇ ਸਾਨੂੰ ਇੰਸਟਰਕਸ਼ਨ ਦਿੱਤੀ ਹੈ ਕਿ ਅਸੀਂ ਕਿਹੜੀ ਸਹੂਲਤ ਕਦੋਂ ਵਰਤ ਸਕਦੇ ਹਾਂ ਤੇ ਕਿੱਦਾਂ ਵਰਤ ਸਕਦੇ ਹਾਂ ਉਹ ਕਿੱਦਾਂ ਅਸੀਂ ਬਦਲਦੀ ਹੈ ਜੇ ਅਸੀਂ ਬਦਲ ਦਿੱਤੀ ਇਹਦਾ ਮਤਲਬ ਇਹੀ ਹੈ ਕਿ ਅਸੀਂ ਰਾਮ ਰਾਜ ਤੋਂ ਘੱਟ ਤਾਂ ਰਹੇ ਨਹੀਂ ਫਿਰ
ਸੋ ਆਈ ਥਿੰਕ ਇਹ ਅੰਡਰਸਟੈਂਡਿੰਗ ਸਾਡੇ ਲਈ ਜ਼ਰੂਰੀ ਹੈ ਕਿ ਜਿਹੜੇ ਗੁਰੂ ਦੇ ਬਚਨ ਆ ਜਾਂ ਗੁਰੂ ਨੇ ਸਾਨੂੰ ਮਰਿਆਦਾ ਦਿੱਤੀ ਹੈ ਜਾਂ ਗੁਰੂ ਨੇ ਸਾਨੂੰ ਰਹਿਣੀ ਬਹਿਣੀ ਜਾਂ ਬੋਲ ਬਾਲੇ ਦਿੱਤੇ ਆ ਉਹ ਅਟਲ ਆ ਉਹ ਕੋਈ ਵੀ ਸਮਾਂ ਆਵੇ ਉਹਦੇ ਵਿੱਚ ਸਿੱਖਾਂ ਨੂੰ ਸਿਰਫ ਆਪਣਾ ਇਨਵਾਇਰਮੈਂਟ ਦਾ ਸਕੈਨ ਕਰਨਾ ਪੈਣਾ ਹੈ ਕਿ ਅਸੀਂ ਹੁਣ ਕਿਹੜੀ ਚੀਜ਼ ਕਿੱਦਾਂ ਵਰਤਣੀ ਹੈ ਪਰ ਅਸੀਂ ਕੁਛ ਬਦਲਣਾ ਨਹੀਂ ਜਿੱਦਾਂ ਗੁਰੂ ਨੇ ਸਾਨੂੰ ਦਿੱਤਾ ਹੈ ਸੋ ਮੈਂ ਹੁਣ ਜਿਹੜੇ ਸੰਗਤ ਦੇ ਸਵਾਲ ਸੀਗੇ ਉਹਨਾਂ ਵੱਲ ਥੋੜਾ ਜਾਣਾ ਚਾਹਾਂਗਾ ਤੇ ਇਹ ਸਵਾਲ ਸੀਗਾ ਕਿ ਵੀ ਬੋਥ ਸਪੀਕਰਸ ਹੈਵ ਮੇਡ ਇਟ ਰੀਲੀ ਕਲੀਅਰ ਦੈਟ ਸੰਤ ਜੀਸ ਅਪਰੋਚ ਐਂਡ ਸਿਧਾਂਤਿਕ ਪੋਜੀਸ਼ਨ ਵਾਸ ਬੇਸਡ ਔਨ ਅ ਸੋਵਰਨ ਵਰਲਡ ਵਿਊ ਐਂਡ ਅ ਰਿਜੈਕਸ਼ਨ ਆਫ ਸਟੇਟਸ ਪਾਵਰ ਵਟ ਪ੍ਰੈਕਟੀਕਲ ਸਟੈਪਸ ਐਂਡ ਐਕਸ਼ਨਸ ਡਿਡ ਸੰਤ ਜੀ ਟੇਕ ਟੂ ਮੈਨੀਫੈਸਟ ਦਿਸ ਅਪਰੋਚ ਐਂਡ ਵਟ ਡਿਡ ਦੇਅਰ ਅਮਲ ਪੋਲੀਟੀਕਲ ਐਕਸ਼ਨ ਲੁੱਕ ਲਾਈਕ ਦੈਟ ਡਿਸਟਿੰਗੁਇਸ਼ਡ ਦੈਮ ਫਰਮ ਦੀ ਅਕਾਲੀ ਸੂਬੇਦਾਰੀ ਹਾਂਜੀ ਆਈ ਥਿੰਕ ਪ੍ਰੀ ਮਚ ਸਵਾਲ ਤਾਂ ਆਈ ਥਿੰਕ ਅ ਲਿਟਲ ਬਿਟ ਇਟਸ ਕਵਰਡ ਜੇ ਪ੍ਰੈਕਟੀਕਲ ਐਕਸ਼ਨਸ ਯਾ ਸੰਤ ਸ੍ਰੀ ਨਾਰਾ ਸਿੰਘ ਜੀ ਦੇ ਤੇ ਮੈਂ ਭਾਈ ਮਨਜੀਤ ਸਿੰਘ ਨੂੰ ਵੀ ਕਹੂੰਗਾ ਕਿ ਉਹ ਥੋੜ੍ਹਾ ਜਿਹਾ ਹੋਰ ਚਾਨਣ ਪਾ ਸਕਦੇ ਆ ਇਹ ਗੱਲ ਤੇ ਬਟ ਮੈਂ ਆਪਣੇ ਵੱਲੋਂ ਜਿਹੜੀ ਪ੍ਰੈਕਟੀਕਲ ਐਕਸ਼ਨ ਦਾ ਪੋਰਸ਼ਨ ਥੋੜ੍ਹਾ ਜਿਹਾ ਆਪਾਂ ਲੈ ਲਈਏ ਕਿਉਂਕਿ ਦੂਜੀ ਗੱਲ ਤਾਂ ਆਪਣੀ ਆਈ ਥਿੰਕ ਥੋੜ੍ਹੀ ਜਿਹੀ ਕਵਰ ਹੋਈ ਹੈ ਅਰੇ ਪ੍ਰੈਕਟੀਕਲ ਐਕਸ਼ਨਸ ਵੀ ਇੱਕ ਇੱਕ ਇੰਟਰਸਟਿੰਗ ਆਈਡੀਆ ਹੈ ਕਿ ਸਾਨੂੰ ਸਕਸੈਸ ਕਿਹੜੀ ਚੀਜ਼ਾਂ 'ਚੋਂ ਦੱਸਦੀ ਹੈ ਅਸੀਂ ਫਾਇਦਾ ਤੇ ਨੁਕਸਾਨ ਦੇ ਵਿੱਚ ਪੈ ਜਾਂਦੇ ਹਾਂ ਕਿ ਕਿਹੜੀਆਂ ਗੱਲਾਂ ਸੰਤ ਜੀ ਨੇ ਕੀਤੀਆਂ ਜਿਹਦੇ ਵਿੱਚ ਸਾਨੂੰ ਪ੍ਰੈਕਟੀਕਲ ਕੋਈ ਸਕਸੈਸ ਪ੍ਰੈਕਟੀਕਲ ਫਾਇਦਾ ਜਾਂ ਪ੍ਰੈਕਟੀਕਲ ਐਕਸ਼ਨ ਪ੍ਰੈਕਟੀਕਲ ਐਕਸ਼ਨ ਇਜ਼ ਵੈਰੀ ਈਜ਼ੀ ਆਈ ਥਿੰਕ ਜਿਹਨਾਂ ਨੇ ਕੁਐਸਚਨ ਪੁੱਛਿਆ ਉਹਨਾਂ ਨੂੰ ਵੀ ਦੱਸਦਾ ਹੋਣਾ ਹੈ ਕਿ ਲਾਈਕ ਡੈਫੀਨੇਟਲੀ ਕਿ ਪ੍ਰੈਕਟੀਕਲ ਐਕਸ਼ਨ ਦੇ ਵਿੱਚ ਜੇ ਸਿੱਖਾਂ ਨੂੰ ਤਿਆਰ ਕਰਨਾ ਸਿੱਖਾਂ ਨੂੰ ਆਪਣੇ ਹੋਂਦ ਦੇ ਨਾਲ ਜੋੜਨਾ ਜਿਹੜੇ ਉਹ ਬੋਲ ਬਾਲੇ ਆ ਮੁੜ ਕੇ ਪ੍ਰਗਟ ਕਰਾਉਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਉਣਾ ਸਿੱਖਾਂ ਨੂੰ ਅੰਮ੍ਰਿਤ ਛਕਾਉਣਾ ਸਾਡੇ ਲਈ ਪ੍ਰੈਕਟੀਕਲ ਸਿੱਖਾਂ ਦੇ ਲਈ ਤਾਂ ਇਹੀ ਹੋ ਸਕਦਾ ਹੈ ਹੁਣ ਜੇ ਅਕਾਲੀਆਂ ਦੀ ਪ੍ਰੈਕਟੀਕਲ ਦੇਖਣਾ ਆ ਉਹ ਦੂਜੇ ਪਾਸੇ ਨੂੰ ਤੁਰਦੇ ਆ ਜਦੋਂ ਭਾਈ ਮਨਜੀਤ ਸਿੰਘ ਨੇ ਪਹਿਲਾਂ ਦੱਸਿਆ ਕਿ ਐਸ ਉਹਨਾਂ ਦਾ ਸਾਰਾ ਜਿਹੜਾ ਉਹ ਸਟੇਟ ਦੇ ਵਿੱਚ ਰਹਿ ਕੇ ਹੀ ਉਹਨਾਂ ਨੇ ਇੱਕ ਪੋਲੀਟਿਕਸ ਖੇਡੀ ਪਰ ਉਹ ਸਿੱਖਾਂ ਲਈ ਤਾਂ ਪ੍ਰੈਕਟੀਕਲ ਹੈ ਨਹੀਂ ਉਹ ਤਾਂ ਇੱਕ ਦੁਨਿਆਵੀ ਤੌਰ ਦੇ ਉੱਤੇ ਜਿਹੜੀ ਇੱਕ ਪ੍ਰੈਕਟਿਸ ਉਹਨਾਂ ਨੇ ਜਿਤਾਈ ਹੈ ਪਰ ਜਿਹੜੀ ਪ੍ਰੈਕਟੀਕਲ ਸਿੱਖਾਂ ਨੂੰ ਤਿਆਰ ਕਰਨ ਦੇ ਵਿੱਚ ਮੁੜ ਕੇ ਉਹ ਮੋੜ ਤੱਕ ਲਿਆਉਣ ਲਈ ਉਹ ਪਾਤਸ਼ਾਹੀ ਦੇ ਵਿੱਚ ਇੱਕ ਮੁੜ ਕੇ ਉਹਨਾਂ ਨੂੰ ਵਿਚਣ ਲਈ ਜਿਹੜਾ ਪ੍ਰੇਰਣਾ ਆ ਉਹ ਸਾਰੇ ਜਿਹੜੇ ਆ ਆਈ ਥਿੰਕ ਉਹ ਸੰਤ ਜੀ ਦੇ ਇੱਕ ਪ੍ਰੈਕਟੀਕਲ ਐਕਸ਼ਨ ਸੀਗੇ ਕਿ ਸਿੱਖਾਂ ਨੂੰ ਤਿਆਰ ਕਰਨਾ ਉਹ ਗੁਰਬਾਣੀ ਸ਼ਬਦ ਦੀ ਤਿਆਰੀ ਤੋਂ ਲੈ ਕੇ ਹਥਿਆਰਬੰਦ ਤੱਕ ਲਿਆਉਣਾ ਆਈ ਥਿੰਕ ਉਹ ਜਿਹੜੀ ਇੱਕ ਉਹਨਾਂ ਨੇ ਮੀਰੀ ਪੀਰੀ ਦੀ ਇੱਕ ਕੰਬੀਨੇਸ਼ਨ ਜਿਹੜੀ ਹੈ ਜਿਹਨੂੰ ਸਾਨੂੰ ਅਸੀਂ ਕਦੇ ਕਦੇ ਉਹਨਾਂ ਦਾ ਫਰਕ ਕਰਦੇ ਹਾਂ ਤੇ ਮੀਰੀ ਤੇ ਪੀਰੀ ਦੇ ਵਿੱਚ ਇੱਕ ਸੈਪਰੇਸ਼ਨ ਹੈ ਜਿਹੜਾ ਇੱਕੋ ਹੀ ਸਾਈਡ ਇੱਕੋ ਹੀ ਕਹਿ ਲਓ ਕਿ ਕੋਇਨ ਦੇ ਦੋ ਪਾਸੇ ਜਿਹੜੇ ਆ ਉਹ ਸਾਨੂੰ ਦਿਖਾ ਦਿੰਦਾ ਕਿ ਉਹਨੂੰ ਤੁਸੀਂ ਵਰਤਣਾ ਕਿੱਦਾਂ ਉਹਨੂੰ ਬੈਲੈਂਸ ਕਿੱਦਾਂ ਕਰਨਾ ਹੈ ਸੋ ਆਈ ਥਿੰਕ ਉਹ ਜਿਹੜੇ ਜਿਹੜੇ ਗੁਰੂ ਦੇ ਜਿਹੜੇ ਇਹ ਸਾਨੂੰ ਇਹ ਸਾਰਾ ਕੁਛ ਮਿਲਿਆ ਸੀਗਾ ਇੱਕ ਆਲਮੋਸਟ ਰਾਅ ਜਾਂ ਔਰਗੈਨਿਕ ਫੈਸ਼ਨ ਦੇ ਵਿੱਚ ਉਹਨਾਂ ਨੇ ਮੁੜ ਕੇ ਸਿੱਖਾਂ ਨੂੰ ਦਿਖਾਇਆ ਕਿ ਇਹਨੂੰ ਤੁਸੀਂ ਕਿੱਦਾਂ ਵਰਤਣਾ ਹੈ ਉਸ ਤੋਂ ਬਾਅਦ ਮੈਂ ਕਹਿ ਸੀ ਕਿ ਜਿਹੜੀ ਜੇ ਇਹਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਉਹ ਸਕਸੈਸ ਸੀਗੀ ਜਾਂ ਉਹਦੇ ਵਿੱਚ ਫਾਇਦਾ ਨੁਕਸਾਨ ਜਿਹੜੀ ਇਹ ਗੱਲਾਂ ਆ ਜਾਂਦੀਆਂ ਹੈ ਉਹ ਸਾਨੂੰ ਛੱਡਣਾ ਪਊਗਾ ਕਿਉਂਕਿ ਜਿਹੜਾ ਜੇ ਅਸੀਂ ਫਾਇਦਾ ਦੇਖਣਾ ਆ ਫਾਇਦਾ ਤਾਂ ਸ਼ਹੀਦੀ ਦੇ ਵਿੱਚ ਵੀ ਹੈ ਫਤਿਹ ਤਾਂ ਸਾਡੀ ਸ਼ਹੀਦੀਆਂ ਦੇ ਵਿੱਚ ਹੀ ਰਹੀ ਹੈ ਗੁਰੂ ਅਰਜਨ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੋਂ ਛੋਟੇ ਸਾਹਿਬਜ਼ਾਦਿਆਂ ਤੋਂ ਵੱਡੇ ਸਾਹਿਬਜ਼ਾਦਿਆਂ ਤੋਂ ਇਹ ਪੂਰਾ ਇਤਿਹਾਸ ਜਿਹੜਾ ਹੈ ਸ਼ਹੀਦੀਆਂ ਦਾ ਜੇ ਅਸੀਂ ਮੌਤ ਨੂੰ ਇੱਕ ਨੁਕਸਾਨ ਦੇਖਣਾ ਆ ਦੈਨ ਸਾਡਾ ਜਿਹੜਾ ਪੂਰਾ ਇਤਿਹਾਸ ਆ ਉਹਨੂੰ ਸਾਨੂੰ ਇੱਕ ਹੋਰ ਨਜ਼ਰੀਏ ਨਾਲ ਦੇਖਣਾ ਪੈਣਾ ਹੈ ਜਦੋਂ ਅਸੀਂ ਉਹੀ ਬੈਡ ਟਾਈਮਸ ਨੂੰ ਜਦੋਂ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਸਾਖੀਆਂ ਸੁਣਾ ਸੁਣਾ ਕੇ ਅਸੀਂ ਤਿਆਰ ਕਰਦੇ ਹਾਂ ਸਾਡਾ ਇਹਦਾ ਮਤਲਬ ਇਹੀ ਆ ਕਿ ਸਾਡਾ ਜਿਹੜਾ ਫਾਇਦਾ ਆ ਜਾਂ ਸਾਡਾ ਇੱਕ ਬੈਨੀਫਿਟ ਆ ਜਿਹੜੇ ਸੰਤ ਜੀ ਦੇ ਪੀਰੀਅਡ ਤੋਂ ਸਾਨੂੰ ਇਹ ਮਿਲਿਆ ਕਿ ਅਸੀਂ ਮੁੜ ਕੇ ਉਸ ਲਾਈਨ ਦੇ ਨਾਲ ਕਨੈਕਟ ਹੋ ਗਏ ਕਿ ਜਿਹੜੀ ਸੈਕਰੀਫਾਈਸ ਆ ਤਾਂ ਹੀ ਜਿਹੜੇ 10-12 ਸਾਲ ਦੇ ਵਿੱਚ ਜਿਹੜਾ ਖਾੜਕੂ ਜੁਝਾਰੂ ਸੰਘਰਸ਼ ਵੀ ਚੱਲਿਆ ਉਹਦੇ ਵਿੱਚ ਇੰਨੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਵੀ ਸੀਗੇ ਜਿਹੜਾ ਪੂਰਾ ਸਿੱਖ ਜਗਤ ਸੀਗਾ ਉਹ ਇਹ ਲਈ ਤਿਆਰ ਹੋ ਗਿਆ ਇਹ ਕਿ ਜਿਹੜੀ ਇੱਕ ਸੰਘਰਸ਼ ਸੈਕਰੀਫਾਈਸ ਲਈ ਮੁੜ ਕੇ ਤਿਆਰ ਹੋ ਗਿਆ ਨੈਵਰ ਇਨ 47 ਤੋਂ ਬਾਅਦ ਬੋਲੀ ਦੇ ਲਈ ਸੂਬੇ ਦੇ ਲਈ ਆਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਦੇ ਲਈ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੀ ਇਹ ਲੜਾਈ ਆ ਉਹਨਾਂ ਨੇ ਸਾਨੂੰ ਉਹਦੇ ਲਈ ਤਿਆਰ ਕੀਤਾ ਪਰ ਉਹ ਲੜਾਈ ਜਿਹੜੀ ਆ ਉਹ ਵੀ ਜਿੱਦਾਂ ਛੋਟਾ ਘੱਲੂਘਾਰ ਆ ਵੱਡਾ ਘੱਲੂਘਾਰ ਆ ਉਹ ਇੱਕ ਕੰਟੀਨਿਊਸ ਲੜਾਈ ਆ ਜਦੋਂ ਛੋਟੇ ਘੱਲੂਘਾਰੇ ਤੋਂ ਬਾਅਦ ਜਦੋਂ ਜਿਹੜੇ ਬੋਲ ਸੀਗੇ ਕਿ ਜੋ ਨਿਕਸ ਜਿਹੇ ਰਾਜ ਲਹੇ ਮਰੇ ਗੁਰਪੁਰ ਜਾਏ ਹੁਣ ਜਿਹੜੇ ਘੇਰੇ ਦੇ ਵਿੱਚੋਂ ਨਿਕਲ ਆਏ ਆ ਉਹਨਾਂ ਦਾ ਇੱਕੋ ਹੀ ਕੰਮ ਹੈ ਕਿ ਉਹਨੇ ਰਾਜ ਸਥਾਪਿਤ ਕਰਨਾ ਆ ਜਿਹੜੇ ਸ਼ਹੀਦ ਹੋ ਗਏ ਉਹ ਤਾਂ ਗੁਰੂ ਦੇ ਕੋਲ ਗਏ ਹੀ ਆ ਪਰ ਸਾਨੂੰ ਇੱਕ ਇੱਕ ਇਹੋ ਜਿਹਾ ਟਾਈਮ ਜਾਂ ਇਹੋ ਜਿਹਾ ਲੈਸਨ ਮਿਲ ਗਿਆ ਉਹ ਉਸ ਟਾਈਮ ਦੇ ਵਿੱਚੋਂ ਉਹਦੇ ਵਿੱਚੋਂ ਅਸੀਂ ਸਿਰਫ ਫਾਇਦਾ ਹੀ ਗਿਣ ਸਕਦੇ ਹਾਂ ਬਟ ਸਾਨੂੰ ਇਹ ਆ ਕਿ ਅਸੀਂ ਆਫਟਨ ਜਿਹੜੇ ਪ੍ਰੈਕਟੀਕਲ ਅਪਰੋਚਸ ਆ ਜਾਂ ਪ੍ਰੈਕਟੀਕਲ ਨੀਡਸ ਆ ਉਹ ਇਹ ਆ ਕਿ ਸਾਨੂੰ ਕਿਸੇ ਨੇ ਰੈਕਗਨਾਈਜ਼ ਕੀਤਾ ਬਾਹਰਲੇ ਸਟੇਟ ਨੇ ਜਾਂ ਕਿਸੇ ਬਾਹਰਲੇ ਲੀਡਰ ਨੇ ਉਹਨੇ ਇਹ ਕਿਹਾ ਕਿ ਉਹ ਸਿੱਖਾਂ ਦੇ ਨਾਲ ਹਮਦਰਦੀ ਜਿਤਾਉਂਦੇ ਆ ਅਸੀਂ ਜਿਹੜੇ ਇੱਕ ਗੋਰਾ ਚਿਹਰਾ ਆ ਉਹਨੂੰ ਅਸੀਂ ਕੁਛ ਪੇਸ਼ ਕਰਕੇ ਉਹਨਾਂ ਦੇ ਵਿੱਚੋਂ ਸਾਨੂੰ ਕੁਛ ਮਿਲਿਆ ਜਾਂ ਅਸੀਂ ਇੱਦਾਂ ਗਿਣਨਾ ਆਪਣਾ ਆ ਕਿ ਸਾਨੂੰ ਕੋਈ ਜਸਟਿਸ ਮਿਲਿਆ ਜਾਂ ਅਸੀਂ ਇੱਦਾਂ ਗਿਣਨਾ ਆ ਕਿ ਸਾਨੂੰ ਕੋਈ ਇਹਦੇ ਵਿੱਚੋਂ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਉਹ ਮਿਲੀਆਂ ਪਰ ਇਹ ਜਿਹੜੀ
रेजिस्टेंस होंगी है ये मतलब नहीं कि रेजिस्टेंस के चीजा मिलनी है थोड़ा जो सिद्धांतक जित यही है कि तुम उ खड़े से सिद्धांत दे विच असीं इह देखिए कि जो असीं खड़ गए तो उत्थे भावें मर भी गए जां शहीद भी हो गए वह साडे लई एक इतिहास बन गया जिहड़ा असीं अगे पेश करदे हां। सो यह नहीं है कि मेरी जिंदगी दे विच ही सब कुछ होना है 500 साल नूं 1000 साल नूं 100 साल नूं यह तो गुरु जानते हैं कि यह जिहड़ा पंथ है कदों इन्हें वह पातशाही के दावे तक अपने आप नूं ले जाना है गुरु के आसरे के नाल पर साडा तां कम यह है कि असीं उह तुरे जाना है। सो आई थिंक ਜੇ ਸਭ ਤੋਂ ਵੱਡਾ ਜਿਹੜਾ ਪ੍ਰੈਕਟੀਕਲ ਲੈਸਨ ਹੈ ਕਿ ਉਹਨਾਂ ਨੇ ਆਪਣੀ ਆਪ ਦੇ ਟਰਮਸ ਤੇ ਕਿਹਾ ਸੀਗਾ ਕਿ ਪਹਿਲੋ ਅਨੰਦਪੁਰ ਵੜ ਜਾਓ ਘਰ ਮੁੜ ਕੇ ਆ ਜਾਓ ਆਪਣੇ ਤੇ ਆਈ ਥਿੰਕ ਉਹ ਜਿਹੜਾ ਪ੍ਰੈਕਟੀਕਲ ਲੈਸਨ ਹੈ ਉਹ ਤੇ ਅਸੀਂ ਉਹ ਤੋਂ ਕੁਇਕਲੀ ਅਸੀਂ ਗਾਹ ਲੰਘ ਜਾਂਦੇ ਹਾਂ ਕਿ ਜਿਹੜਾ ਗੁਰਬਾਣੀ ਆ ਜਾਂ ਸਿੱਖ ਰਹਿਣੀ ਬਹਿਣੀ ਆ ਉਹਨੂੰ ਅਸੀਂ ਛੇਤੀ ਛੇਤੀ ਗਾਹ ਨੂੰ ਜਾ ਕੇ ਸਿੱਧੇ ਸਿਆਸਤ ਦੇ ਵਿੱਚ ਆ ਜਾਂਦੇ ਹਾਂ ਪਰ ਜਦੋਂ ਉਹ ਮੁੜ ਮੁੜ ਕੇ ਇਹ ਗੱਲ ਕਹਿ ਰਿਹਾ ਕਿ ਪਹਿਲੋ ਅਨੰਦਪੁਰ ਘਰ ਵੜ ਜਾਓ ਉਹ ਅਸੀਂ ਉੱਥੋਂ ਹੀ ਗੱਲ ਸ਼ੁਰੂ ਕਰਨੀ ਪਊਗੀ ਕਿ ਉਹ ਕਿਉਂ ਇੰਨੀ ਇੰਪੋਰਟੈਂਟ ਗੱਲ ਸੀਗੀ ਕਿਉਂ ਇੰਨੀ ਜ਼ਰੂਰੀ ਗੱਲ ਸੀਗੀ ਕਿ ਤੁਸੀਂ ਗੁਰੂ ਨੂੰ ਪਹਿਲਾਂ ਲੜ ਲੱਗੋ ਫਿਰ ਜੋ ਵੀ ਤੁਹਾਡਾ ਜਿਹੜਾ ਨਜ਼ਰੀਆ ਆ ਤੁਸੀਂ ਗੁਰਬਾਣੀ ਤੇ ਸ਼ਬਦ ਦੇ ਵਿੱਚ ਇਹ ਪੜ੍ਹ ਕੇ ਇਹਦੇ ਵਿੱਚ ਭਿੱਜ ਕੇ ਤੁਹਾਨੂੰ ਆਪ ਦਾ ਜਿਹੜਾ ਨਜ਼ਰੀਆ ਜੋ ਤੁਹਾਨੂੰ ਆਪ ਅੰਡਰਸਟੈਂਡ ਹੋ ਗਿਆ ਤੁਹਾਨੂੰ ਸਮਝ ਆ ਗਈ ਤੁਸੀਂ ਫਿਰ ਇਧਰਲੇ ਪਾਸੇ ਨੂੰ ਤੁਰਨਾ ਵੀ ਤੁਹਾਡੇ ਲਈ ਬਹੁਤ ਸੌਖਾ ਹੋ ਜਾਊਗਾ। ਜੀ ਵੀ ਜਿਹੜੀ ਤੁਸੀਂ ਗੱਲ ਕਹੀ ਅਗੇਨ ਬਹੁਤ ਜ਼ਰੂਰੀ ਸਪੈਸ਼ਲੀ ਜਿਹੜੀ ਹਿਸਟਰੀ ਨੂੰ ਸਹੀ ਕੰਟੈਕਸਟ ਸਹੀ ਨਜ਼ਰੀਏ ਦੇ ਨਾਲ ਸਮਝਣਾ ਤਾਂ ਕਿ ਆਪਾਂ ਦੇਖੀ ਵੀ ਗਾਹਾਂ ਕਿਵੇਂ ਤੁਰ ਸਕਦੇ ਹੈਗੇ ਹਾਂ। ਤੇ ਇੱਕ ਆਪਣੇ ਕੋਲ ਹੋਰ ਸਵਾਲ ਆਇਆ ਹੋਇਆ ਸੀਗਾ ਸਿੱਖ ਸੰਗਤਾਂ ਵੱਲੋਂ ਤੇ ਭਾਈ ਸਾਹਿਬ ਮਨਜੀਤ ਸਿੰਘ ਮੈਂ ਸਵਾਲ ਤੁਹਾਡੇ ਵੱਲ ਲੈ ਕੇ ਜਾਣਾ ਹੈਗਾ ਆ। ਬੜਾ ਸਿੰਪਲ ਸਵਾਲ ਹੈ ਲੇਕਿਨ ਬਹੁਤ ਹੀ ਸਾਨੂੰ ਲੱਗਦਾ ਬਹੁਤ ਹੀ ਅਹਿਮ ਸਵਾਲ ਹੋਏਗਾ ਵੀ ਸਿੱਖ ਮਤ ਅਨੁਸਾਰ ਸਾਡੇ ਲਈ ਇਨਸਾਫ਼ ਦੀ ਪਰਿਭਾਸ਼ਾ ਕੀ ਨਿਕਲਦੀ ਹੈ। ਜਿਹੜਾ ਪਹਿਲਾ ਸਵਾਲ ਸੀਗਾ ਨਾ ਮੈਂ ਉਹਨੂੰ ਥੋੜਾ ਬਰੀਫ ਚ ਕਹਿਣਾ ਚਾਹੁੰਦਾ ਪ੍ਰੈਕਟੀਕਲੀ ਕਿਆ ਕਰਨਾ ਚਾਹੀਦਾ ਬਹੁਤੇ ਬੰਦਿਆਂ ਨੂੰ ਹੁੰਦਾ ਵੀ ਕਿਆ ਕਰਨਾ ਕਿਆ ਚਾਹੀਦਾ। ਜਿਹੜੀ ਸਿੱਖਾਂ ਦੀ ਸਾਰੀ ਇਸ ਗੱਲ ਦੀ ਜਿਸ ਆਪਾਂ ਜ਼ਿਕਰ ਕਰ ਰਹੇ ਹਾਂ ਸਟਰਗਲ ਦੀ ਗੱਲ ਦੀ ਗੱਲ ਕਰ ਰਹੇ ਹਾਂ ਕਿ ਸਿੱਖਾਂ ਦੇ ਦੋ ਨੁਕਤੇ ਨੇ ਜਿਹਦੇ ਕਰਕੇ ਸਟਰਗਲ ਹੈ ਇੱਕ ਸਿੱਖਾਂ ਦਾ ਨਿਆਰੇਪਨ ਦੀ ਇੱਕ ਸਰਬੱਤ ਦੇ ਭਲੇ ਦੀ ਯਾਨੀ ਕਿ ਗਰੀਬ ਦੇ ਨਿਤਾਣੇ ਦੀ ਧਿਰ ਬਣਨ ਦੀ ਇਹੀ ਦੋਏ ਸਟੈਪ ਨੇ ਜਿਹੜੇ ਅੱਜ ਸਾਡੇ ਕਰਨੇ ਬਣਦੇ ਨੇ। ਨਿਆਰੇਪਨ ਦੇ ਵਿੱਚ ਇੱਕ ਨੁਕਤਾ ਹੈ ਕਿ ਸਾਡਾ ਨਿਆਰਾਪਨ ਉਦੋਂ ਬਰਕਰਾਰ ਰਹਿਣਾ ਹੈ ਲੰਬੇ ਟਾਈਮ ਤੱਕ ਜਦੋਂ ਅਸੀਂ ਗੁਰਮਤ ਦੇ ਨਜ਼ਰੀਏ ਤੋਂ ਸਾਰਾ ਸੰਸਾਰ ਦੇਖਣ ਦੇ ਸਮਰੱਥ ਹੋ ਸਕੀਏ। ਅੱਜ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਗੁਰਮਤ ਦੇ ਨਜ਼ਰੀਏ ਤੋਂ ਸਾਰਾ ਸੰਸਾਰ ਦੇਖਣ ਦੀ ਬਜਾਏ ਜਾਂ ਤਾਂ ਅਸੀਂ ਜਿਹੜਾ ਇੱਥੇ ਵਿਪਰਦਾ ਵਿਦਾਂਤਿਕ ਤਰੀਕਾਕਾਰ ਹੈ ਦੁਨੀਆਂ ਨੂੰ ਦੇਖਣ ਦਾ ਜਾਂ ਤਾਂ ਉਹਦੇ ਤੋਂ ਦੇਖਦੇ ਹਾਂ ਉਹਦੇ ਕਰਕੇ ਅਸੀਂ ਉਦਾਸੀਨ ਹੀ ਹੋ ਜਾਂਦੇ ਹਾਂ ਸਾਰੇ ਸਟਰਗਲ ਤੋਂ ਹੀ ਬਾਹਰ ਹੋ ਜਾਂਦੇ ਛੱਡ ਦਿੰਦੇ ਹਾਂ ਜਾਂ ਅਸੀਂ ਜ਼ਿਆਦਾ ਵੱਡਾ ਹਿੱਸਾ ਜਿਹੜਾ ਵੈਸਟ ਦਾ ਸੈਕੂਲਰ ਵਰਲਡ ਵਿਊ ਆ ਉਹਦੇ ਰਾਹੀਂ ਦੁਨੀਆਂ ਦੇਖਦੇ ਹਾਂ ਜਿਹਦੇ ਵਿੱਚ ਸਪਿਰਚੁਐਲਿਟੀ ਨੂੰ ਕੋਈ ਜਗ੍ਹਾ ਹੈ ਨਹੀਂ ਤੋਂ ਪਿਛਲੇ 200 ਸਾਲ 150 ਸਾਲ ਤੋਂ ਲਗਾਤਾਰ ਹੀ ਚੱਲਦਾ ਆ ਰਿਹਾ ਕਿ ਜਿਹੜੀ ਸਾਡੀ ਆਪਣੀ ਗਿਆਨ ਪਰੰਪਰਾ ਆ ਉਹ ਇੱਕ ਪੁਖਤਾ ਨਾ ਹੋਣ ਕਰਕੇ ਸਾਡਾ ਜਿਹੜਾ ਦੁਨੀਆਂ ਨੂੰ ਦੇਖਣ ਦਾ ਨਜ਼ਰੀਆ ਆ ਉਹ ਪੂਰੀ ਤਰ੍ਹਾਂ ਗੁਰਮਤ ਤੋਂ ਜਿਹੜਾ ਇੰਸਪਾਇਰਡ ਨਹੀਂ ਹੈਗਾ। ਸੋ ਪਹਿਲੀ ਗੱਲ ਤਾਂ ਇਹੀ ਦੇਖਣ ਦੀ ਕਿ ਜਿੰਨਾ ਟਾਈਮ ਤੱਕ ਅਸੀਂ ਦੁਨੀਆਂ ਨੂੰ ਗੁਰਮਤ ਦੇ ਨਜ਼ਰੀਏ ਤੋਂ ਨਹੀਂ ਦੇਖਾਂਗੇ ਨਾ ਸਾਨੂੰ ਦੁਨੀਆਂ ਦੀ ਸਮਝ ਆਉਣੀ ਆ ਨਾ ਸਾਨੂੰ ਆਪਣੀ ਸਮਝ ਆਉਣੀ ਆ। ਜੇ ਦੁਨੀਆਂ ਦੀ ਸਮਝ ਨਹੀਂ ਆਈ ਆਪਣੀ ਨਹੀਂ ਸਮਝ ਨਹੀਂ ਆਈ ਤੇ ਜਿਹੜਾ ਉਹਨਾਂ ਦੇ ਵਿੱਚ ਆਪਸ ਰਿਲੇਸ਼ਨ ਬਣ ਰਿਹਾ ਜਿਹੜਾ ਅੱਜ ਕੱਲ੍ਹ ਫਾਈਟ ਦਾ ਬਣਿਆ ਹੋਇਆ ਉਹ ਫਾਈਟ ਸਮਝ ਨਹੀਂ ਆਉਂਦੀ ਸਾਨੂੰ। ਤੋਂ ਪਹਿਲਾਂ ਤਾਂ ਇਹ ਆ ਕਿ ਆਪਾਂ ਉਹ ਆਪਦਾ ਨਿਆਰਾਪਣ ਜਗਾਉਣ ਦੇ ਲਈ ਇਹ ਬੜਾ ਉੱਦਮ ਦਾ ਮਿਹਨਤ ਦਾ ਕੰਮ ਹੈ ਇਹ ਗੱਲ ਕਰਨੀ। ਜਿਹੜੀ ਦੂਜਾ ਪ੍ਰੈਕਟੀਕਲ ਕੰਮ ਹੈਗਾ ਜਿਹੜਾ ਅੱਜ ਸਿੱਖ ਕਰ ਰਹੇ ਆ ਕਿ ਸਿੱਖ ਆਪਣੇ ਇਨਸਾਫ਼ ਦੇ ਲਈ ਦੁਨੀਆਂ ਦੀਆਂ ਬਾਕੀ ਜਿਹੜੀਆਂ ਦੁਨਿਆਵੀ ਜਥੇਬੰਦੀਆਂ ਆ ਉਹਨਾਂ ਕੋਲ ਮੰਗ ਪੱਤਰ ਲੈ ਕੇ ਜਾ ਰਹੇ ਜਿਹੜਾ ਜਿਹੜੀ ਤੇਰੇ ਗੁਰੂ ਖਾਲਸਾ ਪੰਥ ਦਾ ਨੁਮਾਇੰਦਾ ਹੋਣ ਦਾ ਦਾਵਾ ਕਰਦੀ ਆ ਉਹ ਇਹ ਨਹੀਂ ਕਰ ਸਕਦੀ। ਜਿਹੜੀ ਗੁਰੂ ਦਾ ਦਾਵਾ ਕਰਦੀ ਆ ਗੁਰੂ ਖਾਲਸਾ ਪੰਥ ਦਾ ਦਾਵਾ ਹੋਣ ਦੀ ਗੱਲ ਕਰਦੀ ਉਹ ਕਿਸੇ ਦੁਨਿਆਵੀ ਜਥੇਬੰਦੀ ਕੋਲ ਕਿਵੇਂ ਆਪਣੀ ਮੰਗ ਲੈ ਕੇ ਜਾ ਸਕਦੀ। ਉਹ ਇਸੇ ਕਰਕੇ ਜਾ ਰਹੀਆਂ ਕਿ ਉਹਨਾਂ ਨੂੰ ਜਿਹੜਾ ਦੁਨੀਆਂ ਨੂੰ ਦੇਖਣ ਦਾ ਜਿਹੜਾ ਉਹਨਾਂ ਦਾ ਨਜ਼ਰੀਆ ਆ ਉਹ ਗੁਰਮਤ ਅਨੁਸਾਰੀ। ਸੋ ਇੱਥੇ ਮੈਂ ਜ਼ਰੂਰ ਗੱਲ ਇਹ ਕਹਿਣੀ ਚਾਹੁੰਦਾ ਕਿ ਜੋ ਸਾਡਾ ਪ੍ਰੈਕਟੀਕਲ ਕੰਮ ਕਰਨ ਦਾ ਜਿਹੜੇ ਆਪਣੇ ਆਪ ਨੂੰ ਗੁਰੂ ਖਾਲਸਾ ਪੰਥ ਵਾਲੀ ਜਗ੍ਹਾ ਖੜ ਕੇ ਦੇਖ ਰਹੇ ਆ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਉਹ ਉਹਨਾਂ ਦਾ ਆਈਡੀਆ ਸਿਰਫ ਆਪਣੇ ਲਈ ਇਨਸਾਫ ਲੈਣ ਦਾ ਨਹੀਂ ਹੈ। ਗੁਰੂ ਖਾਲਸਾ ਪੰਥ ਦਾ ਆਈਡੀਆ ਦੂਜੇ ਨਿਤਾਣਿਆਂ ਦੀ ਧਿਰ ਬਣਨ ਦਾ। ਉਹ ਜਿੱਥੇ ਕਿਤੇ ਵੀ ਹਨ ਦੁਨੀਆਂ ਦੇ ਜਿਸ ਖਿੱਤੇ ਦੇ ਵਿੱਚ ਵੀ ਹੈਗੇ
उस खिते दे विच जिन्नी उन्हां दी समर्था है उहदे मुताबक उस खिते दे जिहड़े नेताणे ने उन्हां दी धिर बन के खड़न उहदे विचों बरकत पैदा होनी है। जिहड़ियां दुनिया दीआं जथेबंदियां ने उन्हां ने कोलों तुहानूं कुछ नहीं मिलना है। असीं अल्टीमेट हल मानदे हां कि इत्थे एक अपनी सॉवरन स्टेट लैण दा है। तो जिहड़ी यूएन दे कोल आपां जांदे हां, यूएन तां सैकंड वर्ल्ड वार तो बाद जिहड़ियां हुण दीआं स्टेट्स ने उन्हां ने बनाई है ताकि स्टेट्स बरकरार रहन। वो स्टेट्स दे स्टेट्स को नूं बरकरार रखण लई जथेबंदी आ, वो एक स्टेट के खिलाफ किवें जा सकदी। दुनिया दे विच इस वक्त जिस तरह इकनोमिक क्राइसिस वध रहा, जिस तरह सारी दुनिया दे विच सोशल लैवल ते अनरेस्ट वध रही है, जिस तरह दुनिया एनवायरमेंट करके क्राइसिस वल नूं वध रही है, उस वक्त जिहड़ियां दुनिया दीआं सारीआं स्टेट्स आ वो क्राइसिस जा रही। तो इस वक्त दुनिया दीआं सारीआं स्टेट्स ही जिहड़ियां वो अपने आपो अपने मुल्कां दे विच जो भी सच की आवाज है जां लोक है उन्होंने क्रश करने के लिए पूरी आपस एक दूजे नाल सहमत है। वो जिहड़े उन्होंने थोड़े बहुत प्रोटोकॉल बनाए हुए है जां जिथे कितें साइजेबल नंबर दे विच सिख हैगे आ उन्हां दी वोट पॉलिटिक्स दीआं नीड्स हो सकदियां जां कुछ एक पॉलिटिशियन दीआं विशफुल थिंकिंग भी हो सकदियां, वो ठीक गल है। बट जे तुसीं कहो कि उन्हां दे विच कुछ तुसीं प्रैक्टिकल प्राप्ति कर लैनी है, ये मेरे ख्याल च कोई बहुत ज्यादा सियाण वाली गल नहीं है। प्रैक्टिकल प्राप्ति उत्थों होनी है जिथे असीं हर खिते दे नेताणे दे गरीब दी धिर बन के अपनी समर्था शो करांगे। 18वीं सदी दे विच जदों गुरु खालसा पंथ दा इत्थे निशान साहब झुलिया है, वह किसी दूजी स्टेट दे नाल कोलैबोरेशन करके या किसी दूजी स्टेट की मदद करके नहीं झुलिया। उन्होंने इत्थों के जिहड़े लोग है उन्होंने लिए सब तो बेहतरीन राखी प्रबंध अपने राज तो पहले ही स्थापित करके दिता सीगा। उस राखी प्रबंध की प्रथाए लोगों ने कहा कि यही सब तो वधिया राजे, ये राजे होने चाहिए। इस करके जो प्रैक्टिकल करन वाला बजाय यह कि तुम आपदी इंसाफ दियां रैलियां करी जाओ, ना इंडिया की स्टेट ने इंसाफ देना, ना यूएन ने देना, ना किसी होर ने देना, उहदे विच बहुत ही ज्यादा एनर्जी खत्म करने की लोड़ नहीं, खर्च करने की लोड़ नहीं है। उसकी बजाय तुसी अपनी कैपेबिलिटी क्रिएट करो, अपनी जो असल खालसा पंथ की होंद हैगी है, जो साड़ी अपनी अपनी जिहड़ी साड़ी रवायत है, जिहड़ी खालसे की अपनी रवायत है, जथेबंद होने की डिसीजन मेकिंग की, अपनी लीडरशिप चुनन की, अपनी पॉलिटिक्स करन की, सिखां की जिहड़ी रवायत है, वो रवायत द्वारा स्थापित करने की लोड़ है जिहदे विचों साडे हल पक्के निकल। यही मेरी बेनती इस मसले जिदा हुण अकाली दल सानू एक पासे वल लैके जांदा रिफॉर्म दे विच, एक स्टेट दे कानूनी दायरे दे विच, स्टेट दे फलसफे दे दायरे दे विच रह के साडी होंद बरकरार करना चाहुंदा, वो जां रीडिफाइन करना चाहुंदा अकाली दल, ਉਹ ਸਾਨੂੰ ਇੱਕ ਪਾਸੇ ਲੈ ਕੇ ਜਾ ਰਹੇ। ਸੰਤ ਦੇ ਜਿਹੜੇ ਐਕਸ਼ਨ ਆ ਉਹ ਜਾਂ ਕਦਮ ਆ ਜਾਂ ਜਦੋਂ ਖਾਲਸੇ ਪੰਥ ਦੀ ਅਗਵਾਈ ਕਰਦੇ ਆ ਉਹ ਸਾਨੂੰ ਸਾਡੇ ਪਾਤਸ਼ਾਹੀ ਵੱਲ ਲੈ ਕੇ ਜਾਂਦੇ ਆ। ਸ਼ਾਇਦ ਅੱਜ ਤੁਹਾਨੂੰ ਲੱਗਦਾ ਕਿ ਦੋਨੇ ਰਾਹਾਂ ਦੇ ਵਿੱਚ ਪਛਾਣਨ ਦੀ ਸਿੱਖਾਂ ਨੂੰ ਕੋਈ ਕਮੀ ਆ ਕਿ ਅਸੀਂ ਪਛਾਣ ਨਹੀਂ ਪਾ ਰਹੇ ਕਿ ਕਿਹੜਾ ਰਾਹ ਸਾਨੂੰ ਸਟੇਟ ਦੇ ਨਾਲ ਹੋਰ ਜ਼ਿਆਦਾ ਸਾਡਾ ਸੰਬੰਧ ਜੋੜ ਰਿਹਾ ਆ ਜਾਂ ਜਿਹੜਾ ਰਾਹ ਸਾਡੇ ਪਾਤਸ਼ਾਹੀ ਵੱਲ ਲੈ ਕੇ ਜਾ ਰਿਹਾ ਆ ਅਸੀਂ ਉਹਨੂੰ ਨਹੀਂ ਪਛਾਣ ਪਾ ਰਹੇ ਕਰਕੇ ਹਲੇ ਵੀ ਲੱਗਦਾ ਕਿ ਇਹਨਾਂ ਗੱਲਾਂ ਦੇ ਸਮਝਣ ਦੇ ਵਿੱਚ ਸਿੱਖਾਂ ਦੀ ਕੋਈ ਕਮੀ ਨਹੀਂ ਲੱਗਦੀ। ਸਾਰਿਆਂ ਨੂੰ ਪਤਾ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਕੀ ਆ, ਪਰ ਹਲੇ ਵੀ ਸਾਡਾ ਵਿਸ਼ਵਾਸ ਸਟੇਟ ਦੇ ਸਿਆਸਤ ਦੇ ਵਿੱਚ ਤਾਂ ਸਟੇਟ ਦੇ ਢਾਂਚਿਆਂ ਦੇ ਵਿੱਚ ਜ਼ਿਆਦਾ ਆ, ਤਾਂ ਸਾਡੇ ਆਪ ਦੇ ਖਾਲਸੇ ਪਰੰਪਰਾ ਦੇ ਵਿੱਚ ਸ਼ਾਇਦ ਘੱਟ ਆ। ਅਸੀਂ ਕੋਵਿਡ ਰਾਹੀਂ ਵੀ ਦੇਖ ਸਕਦੇ ਕਿ ਇਗਜ਼ਾਮਪਲ ਆ, ਜਦੋਂ ਆਹ ਕੋਵਿਡ ਦਾ ਸਿਚੁਏਸ਼ਨ ਚੱਲਦਾ ਆ ਅਸੀਂ ਉਹਦੇ ਵਿੱਚ ਵੀ ਦੇਖ ਸਕਦੇ ਕਿ ਸ਼ਾਇਦ ਸਾਡਾ ਵਿਸ਼ਵਾਸ ਸਟੇਟ ਦੇ ਮੈਕਨਿਜ਼ਮ ਸਟੇਟ ਦੇ ਸਟਰਕਚਰ 'ਚ ਜ਼ਿਆਦਾ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ? ਨਹੀਂ ਮੈਂ ਇੱਥੇ ਵੀ ਜਿਹੜਾ ਇੰਡੀਆ ਦੀ ਮੈਂ ਗੱਲ ਕਰ ਸਕਦਾ, ਬਾਹਰ ਦੀ ਨਹੀਂ ਮੈਂ ਕਹਿੰਦਾ। ਇੰਡੀਆ ਦੇ ਵਿੱਚ ਚਾਹੇ ਕੋਈ ਵੀ ਕਾਮਨ ਮੈਨ ਹੈ ਚਾਹੇ ਸਿੱਖ ਨਹੀਂ ਵੀ ਹੈ, ਕਿਸੇ ਨੂੰ ਵੀ ਇੱਥੇ ਸਟੇਟ ਦੇ ਸਟਰਕਚਰ ਦੇ ਸਟੇਟ ਦੀ ਐਫੀਸ਼ੈਂਸੀ 'ਚ ਕੋਈ ਵਿਸ਼ਵਾਸ ਨਹੀਂ ਹੈ। ਸਾਰਿਆਂ ਨੂੰ ਪਤਾ ਵੀ ਇਹ ਆਲਮੋਸਟ ਫੇਲਡ ਸਟੇਟ ਹੈ।
ਤੇ ਉਹ ਜਿਹੜੀ ਮੈਨੀਫੈਸਟੇਸ਼ਨ ਹੈਗੀ ਆ ਉਹ ਵੱਖਰੇ ਵੱਖਰੇ ਪਰਿਵਾਰਾਂ ਦੇ ਖਿਲਾਫ, ਵੱਖਰੇ ਵੱਖਰੇ ਲੀਡਰਾਂ ਦੇ ਖਿਲਾਫ, ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਖਿਲਾਫ ਲੋਕ ਜ਼ਾਹਰ ਕਰਦੇ ਰਹਿੰਦੇ। ਤੇ ਇਨ ਜਨਰਲ ਲੋਕਾਂ ਨੂੰ ਪਤਾ ਹੈ ਕਿ ਇੱਥੇ ਕੁਛ ਨਹੀਂ ਬਣਨਾ। ਜਿਹੜਾ ਨੁਕਤਾ ਆਪਣਾ ਇਹ ਹੈਗਾ ਕਿ ਜਿਹੜੀ ਸਿੱਖ ਰਵਾਇਤ ਹੈ ਉਹਦੇ ਉਹ ਵੱਡੇ ਹਿੱਸੇ ਦੇ ਵਿੱਚ ਲਾਗੂ ਕਿਉਂ ਨਹੀਂ ਹੋ ਰਹੀ, ਉਹਦੇ ਸੰਬੰਧੀ ਮੇਰੀਆਂ ਦੋ ਬੇਨਤੀਆਂ ਨੇ। ਇੱਕ ਬੇਨਤੀ ਇਹ ਆ ਕਿ ਖਾਲਸਾ ਪੰਥ, ਜਿਹੜਾ ਗੁਰੂ ਖਾਲਸਾ ਪੰਥ ਦਾ ਸਥਾਨ ਹੈ ਸਾਰੇ ਪੰਥ ਦੇ ਵਿੱਚ, ਉਹ ਧੁਰੇ ਵਾਲਾ ਹੈ। ਜੋ ਖਾਲਸਾ ਪੰਥ ਦੀ ਰਵਾਇਤ ਹੈ ਜੋ ਰਹੀ ਆ ਉਹ ਸਦਾ ਹੀ 18ਵੀਂ ਸਦੀ ਵੇਲੇ ਵੀ ਉਹ ਬਹੁਤ ਛੋਟੇ ਹਿੱਸੇ ਚ ਰਹੀ ਹੈ। ਜਿਹੜਾ ਪੂਰੇ ਸਿੱਖਾਂ ਦੀ ਨੁਮਾਇੰਦਾ ਧਿਰ ਸੀ, ਜਿਹੜਾ ਖਾਲਸਾ ਪੰਥ ਹੈ ਉਹ ਪੂਰੀ ਵੰਨਗੀ ਦੇ ਸਿੱਖਾਂ ਦੀ ਨੁਮਾਇੰਦਾ ਧਿਰ ਸੀਗੀ। ਇਹ ਉਹਦੀ ਰਵਾਇਤ ਹੈ ਸਿਰਫ, ਤੇ ਇਹ ਉਦੋਂ ਕੁਛ ਹਜ਼ਾਰ ਸਿੱਖਾਂ ਦੇ ਵਿੱਚ ਹੀ ਸੀ ਜਿਹੜੇ ਸਾਰੀ ਡਿਸੀਜਨ ਮੇਕਿੰਗ ਕਰਦੇ ਸੀਗੇ। ਆਪਾਂ ਹੁਣ ਜਿਹੜਾ ਬੈਸਟ ਦਾ ਨੇਸ਼ਨ ਦਾ ਸਟੇਟ ਕਨਸੈਪਟ ਹੈ, ਉਹ ਨੇਸ਼ਨ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਸਾਰੇ ਜਿਹੜੇ ਲੋਕ ਨੇ, ਜਿਹੜੇ ਸਿੱਖ ਨੇ ਕਹਾਉਂਦੇ ਨੇ ਆਪਣੇ ਆਪ ਨੂੰ, ਉਹ ਕਲਚਰਲੀ ਸਿੱਖ ਨੇ, ਉਹ ਸਪਿਰਚੁਅਲੀ ਸਿੱਖ ਨਹੀਂ ਹਨ। ਜੋ ਜਿੰਨੇ ਵੀ ਕਲਚਰਲ ਲੈਵਲ ਦੇ ਉੱਤੇ ਵਿਚਰ ਰਹੇ ਸਿੱਖ ਹੈ ਉਹ ਸਾਰੇ ਖਾਲਸਾ ਪੰਥ ਵਾਲੀ ਰਵਾਇਤ ਅਨੁਸਾਰ ਫੈਸਲੇ ਲੈ, ਉਹ ਗੱਲ ਗੁਰਮਤ ਅਨੁਸਾਰ ਠੀਕ ਨਹੀਂ ਹੈ। ਇਹ ਥੋੜੇ ਜਣਿਆਂ 'ਚ ਲਾਗੂ ਹੋਣੀ ਆ, ਤੇ ਇਹ ਮੈਨੂੰ ਵਿਸ਼ਵਾਸ ਹੈਗਾ ਪਿਛਲੇ 15-20 ਸਾਲਾਂ ਜਦੋਂ ਮੇਰਾ ਤਜਰਬਾ ਹੈ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਇਸ ਗੱਲ ਨੂੰ ਬਹੁਤ ਕੰਸ਼ੀਅਸਲੀ, ਉਹਨਾਂ ਦੇ ਵਿੱਚ ਇਸ ਗੱਲ ਦਾ ਅਹਿਸਾਸ ਹੁਣ ਹੋ ਗਿਆ। ਸੰਤ ਜਰਨੈਲ ਸਿੰਘ ਹੋਣਾ ਦੀ ਸ਼ਹਾਦਤ ਜਾਂ ਜਿਹੜੀ ਖਾੜਕੂ ਮੂਵਮੈਂਟ ਦੀ ਪ੍ਰਾਪਤੀ ਆ ਉਹ ਇਹੀ ਸਭ ਤੋਂ ਵੱਡੀ ਪ੍ਰਾਪਤੀ ਆ ਕਿ ਉਹਨਾਂ ਨੇ ਪਿਛਲੇ 100 ਸਾਲ ਤੋਂ ਜਿਹੜੀ ਰਵਾਇਤ ਸਟੇਟ ਨੇ ਆਪਣੇ ਐਜੂਕੇਸ਼ਨ ਦੇ ਰਾਹੀਂ, ਆਪਣੇ ਮੀਡੀਆ ਦੇ ਰਾਹੀਂ, ਟੀਵੀ ਦੇ ਰਾਹੀਂ, ਹੋਰ ਜਿੰਨੇ ਵੀ ਸਾਰੇ ਸਟੇਟ ਦੇ ਜਾਂ ਸਾਧਨ ਹੈਗੇ ਆ ਜਾਂ ਕਾਰਪੋਰੇਟ ਵਰਲਡ ਦੇ ਸਾਧਨ ਹੈਗੇ, ਉਹਨਾਂ ਨੇ ਜਿਹੜੀ ਇੱਕ ਪਦਾਰਥਵਾਦੀ ਮਟੀਰੀਅਲਿਸਟਿਕ ਰਵਾਇਤ, ਜਿਹੜੀ ਮਨਮਤੀ ਰਵਾਇਤ ਸੀਗੀ, ਉਹ ਸਥਾਪਿਤ ਕਰ ਦਿੱਤੀ ਸੀਗੀ ਇੱਕ ਵਾਈਡਰ ਹਿੱਸੇ ਸੋਸਾਇਟੀ, ਪੂਰੀ ਸੋਸਾਇਟੀ ਦੇ ਵਿੱਚ। ਉਸ ਰਵਾਇਤ ਨੂੰ ਛੱਡ ਕੇ ਖਾਲਸਾ ਪੰਥ ਦੀ ਰਵਾਇਤ ਲਾਗੂ ਕਰਨ ਲਈ ਇੱਕ ਸਾਈਜ਼ੇਬਲ ਹਿੱਸਾ ਕੰਸ਼ੀਅਸਲੀ ਐਫਰਟ 'ਚ ਹੈਗਾ ਇਸ ਵਕਤ। ਇਹ ਠੀਕ ਹੈ ਕਿ ਜਿਹੜੀਆਂ ਇਸ ਵਕਤ ਜਿਹੜੀਆਂ ਸਭ ਤੋਂ ਵੱਡੀਆਂ ਸਟਿਕਲ ਨੇ ਸਿੱਖਾਂ ਦੀਆਂ ਆਪ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਪਿਛਲੇ ਸਦੀ 'ਚ ਆਪਾਂ ਬਣਾਈਆਂ ਨੇ, ਉਹ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਉਹ ਇਸ ਮਨਮਤੀ ਜਿਹੜੇ ਤਰੀਕਾਕਾਰ ਨੇ ਉਹਨਾਂ ਦੇ ਮੁਤਾਬਕ ਚੱਲਦੀਆਂ ਨੇ। ਇਸ ਵੇਲੇ ਉਹੀ ਸਭ ਤੋਂ ਵੱਡੀਆਂ ਸਟਿਕਲ ਬਣ ਗਈਆਂ ਨੇ ਉਹਨਾਂ ਸਿੱਖਾਂ ਦੇ ਲਈ ਜਿਹੜੇ ਗੁਰੂ ਖਾਲਸਾ ਪੰਥ ਦੀ ਰਵਾਇਤ ਨੂੰ ਲਾਗੂ ਕਰਨਾ ਚਾਹੁੰਦੇ। ਪਰ ਗੁਰੂ ਵੀ ਬਿਨਾਂ ਪਰਖ ਤੋਂ, ਬਿਨਾਂ ਪਾਤਰਤਾ ਤੋਂ ਤੁਹਾਨੂੰ ਆਪਣੀ ਸੇਵਾ 'ਚ ਨਹੀਂ ਰੱਖਦਾ। ਮੈਂ ਛੋਟੇ ਘੱਲੂਕਾਰੇ ਨੂੰ ਇਸੇ ਪ੍ਰਸੰਗ 'ਚ ਦੇਖਦਾ ਕਿ ਜਿਹੜਾ ਛੋਟਾ ਘੱਲੂਕਾਰਾ ਹੈ ਉਹਦੇ ਵਿੱਚ ਜਦੋਂ ਸਾਰੇ ਜਥੇ ਇਕੱਠੇ ਹੋਏ ਆ, ਬਹੁਤ ਵੱਡਾ ਹਿੱਸਾ ਜਿਹੜਾ ਉਦਾਂ ਆਪਣੇ ਡਿਸਕੋਰਸ 'ਚ ਨਹੀਂ ਆਉਂਦਾ। ਜਦੋਂ ਤੰਗੀ ਵਧੀ ਆ ਉਹ ਤੰਗੀ ਦੇ ਵਿੱਚ ਛੱਡ ਕੇ ਚਲਿਆ ਗਿਆ ਸੀ। ਉਦੋਂ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਕੇਸ ਕਤਲ ਕਰਾ ਕੇ ਬਾਹਰ ਆ ਜਾਏਗਾ ਉਹ ਅਸੀਂ ਛੱਡ ਦਿਆਂਗੇ, ਮਾਫ਼ ਕਰ ਦਿਆਂਗੇ। ਕਿਰਾਏ ਨੇ ਬਹੁਤ ਬੰਦਿਆਂ ਨੇ ਜਿਹੜੇ ਬਾਹਰ ਗਏ, ਤੇ ਉਹਨਾਂ ਦੇ ਵਿੱਚੋਂ ਜਿਹੜਾ ਬੰਦਾ, ਜਿਹੜਾ ਹਿੱਸਾ ਐਨ ਕੁੰਦਰ ਬਚ ਕੇ ਨਿਕਲਿਆ ਉਹਨੂੰ ਹੀ ਮਹਾਰਾਜ ਨੇ ਫਿਰ ਪਾਤਰਤਾ ਬਖਸ਼ੀ। ਤੋ ਇਸ ਕਰਕੇ ਜਿਹੜਾ ਹੁਣ ਆਉਣ ਵਾਲਾ ਸਮਾਂ ਹੈ ਉਹ ਇਸ ਤਰ੍ਹਾਂ ਦੇ ਉੱਦਮ ਦਾ ਸਮਾਂ, ਜੋ ਪਹਿਲੀ ਸਾਡੀ ਸਾਡੀ ਜਿਸ ਨਜ਼ਰੀਏ ਦੇ ਨਾਲ ਅਸੀਂ ਦੁਨੀਆਂ ਨੂੰ ਤੇ ਜਿਸ ਨਜ਼ਰੀਏ ਨਾਲ ਅਸੀਂ ਸਿੱਖ ਸੰਗਤ ਨੂੰ ਜਾਂ ਸਿੱਖਾਂ ਦੀਆਂ ਸੰਸਥਾਵਾਂ ਨੂੰ, ਈਵਨ ਖਾਲਸੇ ਨੂੰ ਜਿਸ ਨਜ਼ਰੀਏ ਨਾਲ ਦੇਖਣ ਲੱਗ ਗਏ ਸੀਗੇ, ਦੁਨਿਆਵੀ ਨਜ਼ਰੀਏ ਨਾਲ, ਜਿਹਦੇ ਵਿੱਚ ਸਪਿਰਚੁਅਲਿਟੀ ਮਾਈਨਸ ਹੋ ਗਈ ਸੀਗੀ, ਹੁਣ ਉਹ ਨਜ਼ਰੀਆ ਜਿਹੜਾ ਇੱਕ ਵੱਡੇ ਹਿੱਸੇ ਨੇ ਚੈਲੇਂਜ ਕਰ ਦਿੱਤਾ, ਉਹਨਾਂ ਨੂੰ ਲੱਗਣ ਲੱਗ ਗਿਆ ਕਿ ਇਹ ਨਜ਼ਰੀਆ ਸਹੀ ਨਹੀਂ ਹੈ। ਤੋ ਨਿਊਟਰਲਾਈਜ਼ ਹੋ ਗਿਆ ਹੁਣ। ਤੋ ਅਗਲਾ ਜਿਹੜਾ ਸਟੈਪ ਹੈ ਜਿਹਦੇ ਵਿੱਚ ਇਹ ਪੁਰਾਣੀ ਰਵਾਇਤ ਸਥਾਪਿਤ ਹੋਣੀ ਆ, ਉਹਦੇ ਲਈ ਇੱਕ ਸਟਰਗਲ ਹੋਣੀ। ਤੋ ਉਹ ਸਟਰਗਲ ਤੋਂ ਬਾਅਦ ਇਸ ਨਜ਼ਰੀਏ ਦੇ ਮੁਤਾਬਕ ਜਿਹੜੇ ਸਟਰਕਚਰ ਹੈਗੇ ਆ, ਹੋਂਦ ਹੈਗੀਆਂ, ਉਹ ਅੱਗੇ ਆਉਣੀਆਂ। ਤੋ ਉਹ ਗੁਰੂ ਮਹਾਰਾਜ ਮਿਹਰ ਕਰੇਗਾ, ਮਹਾਰਾਜ ਆਪਦੇ ਸਿੱਖ ਆਪ ਚੁਣਦਾ। ਕੋਈ ਸਿੱਖਾਂ ਦੀ ਤਾਂ ਹੈਸੀਅਤ ਹੈ ਨਹੀਂ ਵੀ ਕਿਹੜੇ ਇਸ ਰਸਤੇ ਤੇ ਚੱਲ ਸਕਦੇ। ਤੋ ਗੁਰੂ ਮਹਾਰਾਜ ਜਿਹਨਾਂ ਵੀ ਸਿੱਖਾਂ ਨੂੰ ਚੁਣੇਗਾ ਉਹ ਇਸ ਰਸਤੇ ਤੇ ਚੱਲਣਗੇ। ਆਪਾਂ ਨੂੰ ਉਹਨਾਂ ਸਿੱਖਾਂ ਦੇ ਹਮਦਰਦ ਜਾਂ ਹਾਮੀ ਬਣਨ ਦੀ ਹੈਸੀਅਤ ਦੇ ਰੂਪ ਜ਼ਰੂਰ ਤਿਆਰ ਰਹਿਣਾ ਚਾਹੀਦਾ। ਵੱਧ ਤੋਂ ਵੱਧ ਆਪਾਂ ਇਹ ਤਾਂ ਜ਼ਰੂਰ ਕਰ ਸਕਦੇ ਹਾਂ ਨਾ ਕਿ ਅਸੀਂ
जो उस परखां दे रास्ते नहीं चल सकते चल सकते तो घट्टो घट जिहड़े सिख पंथक रवायत नूं द्वारा पुनर सुरजीत करके स्ट्रक्चर बनाना चाहते हैं उन्होंने हमदर्द उन्होंने एसोसिएट्स उन्होंने किसी भी रूप दे विच आपां सहयोगी होइए आपां उस सिचुएशन लई अपने आप नूं तैयार करना चाहिए। ਇਹਦੇ ਵਿੱਚੋਂ ਇੱਕ ਸਵਾਲ ਨਿਕਲਦਾ ਜਿਹੜੀ ਸੰਗਤਾਂ ਵੱਲੋਂ ਆਇਆ ਆ ਪਹਿਲਾਂ ਭਾਈ ਮਨਿੰਦਰ ਸਿੰਘ ਤੁਹਾਡੇ ਵੱਲ ਜਾਂਦੇ ਹਾਂ ਭਾਅ ਜੀ ਇੱਥੇ ਪੁੱਛਦੇ ਆ ਕਿ ਜਿਹੜੀ ਖਾਲਿਸਤਾਨ ਦੀ ਨੀਂਹ ਰੱਖਣ ਵਾਲੀ ਗੱਲ ਆ ਕਿ ਅਸੀਂ ਉਹਨੂੰ ਸਮਝ ਪਾਏ ਹਾਂ ਜਾਂ ਕਿਸ ਤਰੀਕੇ ਦੇ ਨਾਲ ਅਸੀਂ ਉਹਨੂੰ ਅੱਜ ਸਮਝਦੇ ਹਾਂ। ਆਈ ਥਿੰਕ ਜਿੱਦਾਂ ਹੁਣ ਭਾਈ ਮਨਦੀਪ ਸਿੰਘ ਨੇ ਗੱਲ ਕੀਤੀ ਹੈ ਜਿਹੜੀ ਬੜੀ ਵਧੀਆ ਗੱਲ ਸੀਗੀ ਕਿ ਕੁਛ ਹਿੱਸਾ ਪੰਥ ਨੇ ਤਾਂ ਜ਼ਰੂਰ ਸਮਝਿਆ ਹੈ ਉਹਨੂੰ ਜਿਹੜੀ ਜਿਹੜਾ ਜਿਹਨਾਂ ਨੂੰ ਅਸੀਂ ਆਮ ਸਿੱਖ ਕਹਿੰਦੇ ਹਾਂ ਜਾਂ ਪਰਿਫਰੀ ਦੇ ਉੱਤੇ ਸਿੱਖ ਆ ਆਈ ਡੋਂਟ ਥਿੰਕ ਉਹਨਾਂ ਲਈ ਇਹ ਜਿਹੜੀ ਗੱਲ ਆ ਨਾ ਤਾਂ ਪ੍ਰੈਕਟੀਕਲ ਆ ਨਾ ਹੀ ਉਹਨਾਂ ਦੇ ਸਮਝ ਤੋਂ ਬਾਹਰ ਵੀ ਕੀ ਉਹ ਆਈ ਥਿੰਕ ਦੇਰ ਇਜ਼ ਅ ਵੱਡਾ ਹਿੱਸਾ ਜਿਹੜਾ ਕੌਮ ਦੇ ਵਿੱਚ ਇਹ ਵੀ ਰਿਹਾ ਹੈ ਕਿ ਜਿਹਨਾਂ ਨੂੰ ਸਮਝਣਾ ਨਹੀਂ ਚਾਹੁੰਦਾ ਕਰਕੇ ਇਹ ਜਿਸ ਬੰਦਾ ਜਿਹਨਾਂ ਨੂੰ ਸਮਝ ਲੈਂਦਾ ਆ ਫਿਰ ਇਹਦੇ ਤੇ ਜੇ ਅਮਲ ਕਰਨਾ ਪੈਂਦਾ ਆ ਆਈ ਥਿੰਕ ਉਹ ਜਿਹੜਾ ਆ ਔਖਾ ਲੱਗਦਾ ਹੈ ਕਿਉਂਕਿ ਜੇ ਤੁਸੀਂ ਇਹ ਗੱਲ ਸਮਝ ਲਈ ਰਾਜ ਦੀ ਜਾਂ ਰਾਜ ਸੰਕਲਪ ਦੀ ਜਾਂ ਖਾਲਿਸਤਾਨ ਦੀ ਨੀਂਹ ਦੀ ਜਾਂ ਪਾਤਸ਼ਾਹੀ ਦੀ ਇਹ ਸਾਰਾ ਕੁਛ ਕਨੈਕਟਡ ਆ ਜੇ ਇਹਨੂੰ ਤੁਸੀਂ ਸਮਝ ਲੈਂਦੇ ਆ ਫਿਰ ਜਿਹੜੇ ਉਹ ਛੋਟਾ ਹਿੱਸਾ ਪੰਥ ਦਾ ਆ ਉਹ ਉਹਨੇ ਤਾਂ ਫਿਰ ਆਪਣਾ ਕੰਮ ਜਾਰੀ ਰੱਖਣਾ ਆ ਤੇ ਜਿਹੜਾ ਜਦੋਂ ਜੁਝਾਰੂ ਸੰਘਰਸ਼ ਹੀ ਸੀਗਾ ਉਹਦੇ ਵਿੱਚ ਜੇ ਲਾਰਜ ਗਿਣਤੀ ਦੇ ਵਿੱਚ ਹਥਿਆਰ ਚੁੱਕ ਕੇ ਕੋਈ ਲੜ ਨਾ ਸਕਿਆ ਉਹਦੇ ਵਿੱਚ ਜਿਹੜੀ ਹਮਦਰਦੀ ਜਤਾਉਣ ਦੀ ਗੱਲ ਕੀਤੀ ਆ ਆਈ ਥਿੰਕ ਇਹ ਬੜੀ ਬੜੀ ਇੰਪੋਰਟੈਂਟ ਗੱਲ ਆ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਹੁਣ ਤੱਕ ਵੀ ਇਹੀ ਚੱਲਦਾ ਰਿਹਾ ਆ ਕਿ ਬੜੀ ਛੋਟੀ ਗਿਣਤੀ ਦੇ ਵਿੱਚ ਅਸੀਂ ਲੜੇ ਹਾਂ ਤੇ ਹੋ ਸਕਦਾ ਹੈ ਕਿ ਜਿਹੜੀ ਬਹੁ ਗਿਣਤੀ ਆ ਉਹ ਘਰਾਂ ਦੇ ਵਿੱਚ ਹੀ ਬੈਠੀ ਰਹੀ ਆ ਪਰ ਬਹੁ ਗਿਣਤੀ ਨੇ ਜਦੋਂ ਵੀ ਮਦਦ ਕੀਤੀ ਆ ਜਾਂ ਕੋਈ ਹੋਰ ਸੇਵਾ ਕੀਤੀ ਆ ਉਹਦੇ ਵਿੱਚ ਡਟੇ ਰਹੇ ਆਈ ਥਿੰਕ ਜਿਹੜੇ ਇਹ ਹੁਣ ਦੇ ਜਿੱਥੇ ਅਸੀਂ ਪਹੁੰਚੇ ਹਾਂ ਇਹਨੂੰ ਸਮਝਣ ਦੇ ਵਿੱਚ ਆਈ ਥਿੰਕ ਜਿਹੜਾ ਇੱਕ ਛੋਟਾ ਹਿੱਸਾ ਨੇ ਤਾਂ ਜ਼ਰੂਰ ਸਮਝਿਆ ਹੈ ਤੇ ਉਹ ਤੇ ਉਹ ਅਮਲ ਕਰ ਰਹੇ ਪਰ ਆਈ ਥਿੰਕ ਇਹਦੇ ਵਿੱਚ ਜੇ ਲਾਈਕ ਇੱਕ ਸ਼ਬਦ ਵੀ ਗੁਰਬਾਣੀ 'ਚ ਹੈ ਜਿਹੜਾ ਵਰਤਿਆ ਜਾਂਦਾ ਸੂਤਕ ਦਾ ਤੇ ਜਿਹੜਾ ਸੂਤਕ ਆ ਲਾਈਕ ਐਜ਼ ਐਨ ਉਹ ਕੋਈ ਵੀ ਚੀਜ਼ ਹੋ ਸਕਦੀ ਹੈ ਪ੍ਰੀਟੀ ਮੱਚ ਜਿਹੜੀ ਬੰਦੇ ਨੂੰ ਧਰਮ ਤੋਂ ਦੂਰ ਰੱਖਦੀ ਹੈ ਉਹਦੇ ਵਿੱਚ ਜਿੱਦਾਂ ਮਹਾਰਾਜ ਆਪ ਕਹਿੰਦੇ ਕਿ ਸਭ ਸੂਤਕ ਭਰਮ ਹੈ ਦੂਜੇ ਲਾਗੇ ਜਾਏ ਕਿ ਭਰਮ ਜਿਹੜਾ ਆ ਡਾਊਟ ਜਿਹੜਾ ਡਾਊਟ ਹੁੰਦਾ ਆ ਭਰਮ ਦੇ ਵਿੱਚੋਂ ਫਿਰ ਕੀ ਨਿਕਲ ਉਹ ਡਰ ਨਿਕਲਦਾ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਹੈ ਕਿ ਜਦੋਂ ਉਹ ਸੂਤਕ ਤੁਸੀਂ ਮੰਨ ਲਿਆ ਕਿ ਸੂਤਕ ਜਿਹੜਾ ਉਹ ਐਗਜ਼ਿਸਟ ਕਰਦਾ ਆ ਤੇ ਉਹਦੇ ਵਿੱਚ ਵੀ ਤੁਸੀਂ ਇੱਕ ਐਜ਼ ਐਨ ਇੰਡੀਵਿਜੁਅਲ ਤੁਸੀਂ ਫਸ ਜਾਂਦੇ ਆ ਕਿਉਂਕਿ ਜਿਹੜੀ ਗੱਲ ਭਾਈ ਮਨਦੀਪ ਸਿੰਘ ਨੇ ਵੀ ਕੀਤੀ ਸੀਗੀ ਕਿ ਬਹੁਤ ਜਿਹੜੀ ਬਹੁਤ ਲੋਕ ਆ ਉਹ ਇਹ ਗੱਲ ਸਮਝਦੇ ਆ ਕਿ ਜਿਹੜਾ ਇਹ ਫੇਲਡ ਸਟੇਟ ਆ ਤੇ ਫਿਰ ਜੇ ਫੇਲਡ ਸਟੇਟ ਨੂੰ ਅਸੀਂ ਤੁਸੀਂ ਉੱਥੇ ਵੀ ਕਹਿ ਸਕਦੇ ਆਈ ਥਿੰਕ ਇੱਥੇ ਥੋੜ੍ਹਾ ਜਿਹਾ ਇਹ ਫਰਕ ਆ ਕਿ ਇੱਥੇ ਅਸੀਂ ਆਪਣੇ ਦੇਸ਼ਾਂ ਨੂੰ ਫੇਲਡ ਸਟੇਟ ਨਹੀਂ ਮੰਗਦੇ ਅਸੀਂ ਇਹਨਾਂ ਨੂੰ ਬਹੁ ਗਿਣਤੀ ਜਿਹੜੀ ਇੱਥੇ ਸਾਡੀ ਸੋ ਕਾਲਡ ਸਿੱਖਾਂ ਦੀ ਆ ਉਹ ਮੰਨਦੀ ਹੈ ਕਿ ਇਹਦੇ ਵਰਗੀ ਕੋਈ ਚੀਜ਼ ਹੀ ਨਹੀਂ ਹੈਗੀ ਜਿਹੜੀ ਅਸੀਂ ਸਟੇਟਾਂ 'ਚ ਅਸੀਂ ਰਹਿ ਰਹੇ ਹਾਂ ਪਰ ਫਿਰ ਇੱਕ ਇਹਦੇ ਵਿੱਚ ਵੀ ਇੱਕ ਸਵਾਲ ਨਿਕਲਦਾ ਹੈ ਕਿ ਜੇ ਇਨਸਾਨ ਮੰਨਦਾ ਆ ਕਿ ਮੇਰੀ ਜਿਹੜੀ ਇੱਥੇ ਰਹਿਣਾ ਆ ਜਾਂ ਇਹ ਸਟੇਟ ਆ ਇਹਦੀ ਇੰਟਰਸਟ ਮੇਰੇ ਲਈ ਨਹੀਂ ਹੈਗੀ ਪਰ ਇਹ ਫੇਲਡ ਸਟੇਟ ਆ ਤੇ ਜਿਹੜੀ ਉਹ ਬਹੁ ਗਿਣਤੀ ਆ ਉਹ ਹੈਲਦੀ ਕਿਉਂ ਨਹੀਂ ਹੈਗੀ ਇੱਕ ਬਹੁ ਗਿਣਤੀ ਜਿਹੜੀ ਆ ਉਹ ਇੱਕ ਮੂਵਮੈਂਟ ਦੇ ਵਿੱਚ ਕਿਉਂ ਨਹੀਂ ਆਉਂਦੀ ਬਹੁ ਗਿਣਤੀ ਜਿਹੜੀ ਆ ਉਹ ਕਿੱਥੇ ਆ ਤੇ ਆਈ ਥਿੰਕ ਇਹ ਜਦੋਂ ਆਪਾਂ ਗੁਰਮਤਿ ਜਾਂ ਗੁਰਬਾਣੀ ਮੁਤਾਬਕ ਦੇਖਦੇ ਹਾਂ ਜਿਹੜਾ ਉਹ ਡਰ ਆ ਜਾਂ ਭਰਮ ਆ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਕਰਕੇ ਜੇ ਤੁਸੀਂ ਮੰਨ ਲੈਂਦੇ ਆ ਕਿ ਤੁਹਾਡੀ ਐਗਜ਼ਿਸਟੈਂਸ ਇਹੋ ਜਿਹੀ ਆ ਫਿਰ ਤੁਹਾਨੂੰ ਕੁਛ ਕਰਨਾ ਪੈਣਾ ਆ ਉਹ ਐਗਜ਼ਿਸਟੈਂਸ ਨੂੰ ਚੇਂਜ ਕਰਨ ਲਈ ਜੇ ਤੁਸੀਂ ਕੁਛ ਕਰੋਗੇ ਉਹਦੇ ਵਿੱਚ ਤੁਹਾਨੂੰ ਤਨ ਮਨ ਜਾਂ ਧਨ ਕੁਛ ਤਾਂ ਵਾਰਨਾ ਪਊਗਾ ਉਹਨੂੰ ਉਹ ਪ੍ਰਾਪਤੀ ਦੇ ਲਈ ਉਹਦੇ ਲਈ ਜੇ ਹੁਣ ਸਿੱਖਾਂ ਦੇ ਕੋਲ ਸ਼ਬਦ ਗੁਰੂ ਨਹੀਂ ਹੈਗਾ ਜਾਂ ਤੁਹਾਡੀ ਇੱਕ ਰਹਿਣੀ ਬਹਿਣੀ ਨਹੀਂ ਹੈਗੀ ਫਿਰ ਤੁਸੀਂ ਉਹਨੂੰ ਕਿੱਦਾਂ ਤੁਸੀਂ ਉਹਨੂੰ ਉਸ ਦਾਇਰੇ ਦੇ ਵਿੱਚ ਉਹ ਮੈਦਾਨ ਦੇ ਵਿੱਚ ਤੁਸੀਂ ਕਦਮ ਕਿੱਦਾਂ ਰੱਖ ਸਕਦੇ ਹਾਂ ਆਈ ਥਿੰਕ ਤਾਂ ਹੀ ਜਿਹੜੇ ਇੱਕ ਚੁੱਪ ਆ ਚੁੱਪ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਇਹਦੇ ਵਿੱਚ ਸਹਿਮਤ ਹਾਂ ਸਟੇਟ ਦੇ ਨਾਲ ਜਿਹੜੇ ਪੰਜਾਬ ਦੀ ਸਿੱਖ ਆ ਜਾਂ ਹੋਰ ਆ ਆਫਟਨ ਟਾਈਮਸ ਦੇ ਵਿੱਚ ਇੱਕ ਕਨਫਿਊਜ਼ਨ ਇਹ ਵੀ ਆ ਕਿ ਜਿਹੜੇ ਬਾਹਰਲੇ ਸਿੱਖ ਆ ਉਹਨਾਂ ਨੇ ਸਿੱਖੀ ਬਚਾਉਣੀ ਹੈ ਤੇ ਬਾਹਰ ਬਹੁਤ ਜ਼ਿਆਦਾ ਵਾਰੀ ਇੱਥੇ ਆਣ ਕੇ ਕਥਾਵਾਚਕ ਜਾਂ ਹੋਰ ਜਿਹੜੇ ਆ ਉਹ ਇਹੀ ਗੱਲ ਕਰਦੇ ਆ ਕਿ ਬਾਹਰਲੇ ਸਿੱਖਾਂ ਨੇ ਸਿੱਖੀ ਬਚਾਉਣੀ ਬਾਹਰਲੇ ਸਿੱਖਾਂ ਦਾ ਕੋਈ ਸਿੱਖੀ ਹੈ ਹੀ ਨਹੀਂ ਬਾਹਰਲੇ ਸਿੱਖ ਇੱਦਾਂ ਵਾ ਤੇ ਬਾਹਰਲੇ ਸਿੱਖਾਂ ਨੂੰ ਆਈ ਥਿੰਕ ਜਦੋਂ ਅਸੀਂ ਜ਼ਿਆਦਾ ਨੇਰੋ ਹੋ ਕੇ ਅਸੀਂ ਉਹਨਾਂ ਨਾਲ ਫੋਕਸ ਕਰਦੇ ਹਾਂ ਬਾਹਰਲੇ ਸਿੱਖਾਂ ਨੇ ਸਿੱਖੀ ਨੂੰ ਕੰਪਰੋਮਾਈਜ਼ ਕੀਤਾ ਹੈ ਬਾਹਰਲੇ ਸਿੱਖਾਂ ਨੇ ਇੱਕ ਇਨਵਾਇਰਮੈਂਟ ਦੇ ਵਿੱਚ ਜੀ ਰਹੇ ਆ ਜਿਹਦੇ ਵਿੱਚ ਇੱਕ ਤਲਵਾਰ ਉਹਨਾਂ ਦੇ ਸਿਰਾਂ ਦੇ ਉੱਤੇ 24 ਘੰਟੇ ਨਹੀਂ ਲਟਕਦੀ ਹੈਗੀ ਬਾਹਰਲੇ ਸਿੱਖਾਂ ਦਾ ਜਿਹੜੀ ਇੱਕ ਰਿਐਲਿਟੀ ਆ ਉਹ ਬੜੀ ਡਿਫਰੈਂਟ ਆ ਤੇ ਅਸੀਂ ਬਾਹਰਲੇ ਸਿੱਖ ਜਿਹੜੇ ਆ ਅਸੀਂ ਸਟੇਟ ਦੇ ਨਾਲ ਜ਼ਿਆਦਾ ਇੱਕ ਆਲਮੋਸਟ ਇੱਕ ਨਾਤਾ ਬਣ ਲਿਆ ਆਲਰੇਡੀ ਕਿ ਉੱਥੋਂ ਹੁਣ ਪਿੱਛੇ ਹਟਣਾ ਵੀ ਸਾਡੇ ਲਈ ਔਖਾ ਹੋਇਆ ਹੈ ਸੋ ਆਈ ਥਿੰਕ ਇਹੋ ਜਿਹੀ ਜਿਹੜੀਆਂ ਗੱਲਾਂ ਆ ਕਿ ਐਜ਼ ਇਨ ਲਾਈਕ ਜਿਹੜੀ ਨੀਂਹ ਪੱਥਰ ਰੱਖਣ ਦੀ ਗੱਲ ਸੀਗੀ ਜਿਹੜੀ ਸੰਤਾਂ ਦੇ ਉਹਨਾਂ ਨੇ ਬੋਲ ਬਚਨ ਸੀਗੇ
ਪਰ ਇਹ ਜਿਹੜੀ ਨੀਂਹ ਆ ਇਹ ਤਾਂ ਲਾਈਕ ਗੁਰੂ ਨਾਨਕ ਪਾਤਸ਼ਾਹ ਤੋਂ ਆ ਕੇ ਹੁਣ ਤੱਕ ਇਹ ਜਿਹੜੀ ਹੈ ਮੁੜ ਮੁੜ ਕੇ ਇੱਕ ਕਹਾਣੀ ਚੱਲ ਰਹੀ ਹੈ ਕਿ ਕਦੋਂ ਕਦੋਂ ਸਾਡੇ ਉੱਤੇ ਘੱਲੂਘਾਰੇ ਹੁੰਦੇ ਆ ਤੇ ਕਦੋਂ ਕਦ ਕਦੀ ਕਦੋਂ ਅਸੀਂ ਇਹਦੇ ਵਿੱਚੋਂ ਨਿਕਲ ਕੇ ਅਸੀਂ ਆਪ ਤੁਰ ਪੈਂਦੇ ਹਾਂ, ਕਦੀ ਅਸੀਂ ਪਿੱਛੇ ਨੂੰ ਆ ਜਾਂਦੇ ਹਾਂ, ਕਦੀ ਫਿਰ ਤੁਰ ਪੈਂਦੇ ਹਾਂ। ਸੋ ਆਈ ਥਿੰਕ ਜਿਹੜੀ ਨੀਂਹ ਦੀ ਗੱਲ ਆ ਇਹ ਤਾਂ ਆਈ ਥਿੰਕ ਸਮਝਣ ਵਾਲਿਆਂ ਨੇ ਤੇ ਸਮਝ ਲਈ ਹੈ, ਤੇ ਅੱਗੇ ਵੀ ਜਿਹਨਾਂ ਨੇ ਸਮਝਣੀ ਆ ਉਹਨਾਂ ਨੇ ਵੀ ਸਮਝੀ ਜਾਣੀ ਆ। ਜਿਹਨਾਂ ਨੇ ਕੋਈ ਕਾਰਨਾਮੇ ਕਰਨੇ ਆ ਇਹਨੂੰ ਸਮਝ ਕੇ, ਉਹਨਾਂ ਨੇ ਨਾ ਮੈਨੂੰ ਪੁੱਛਣਾ ਹੈ ਨਾ ਅਗਲੇ ਨੂੰ, ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਹੈ। ਕੋਈ ਵੀ ਖਿੱਤੇ ਦੇ ਵਿੱਚ ਹੋਣ ਉਹਨਾਂ ਨੇ ਆਪਣਾ ਕੰਮ ਆਪਣੇ ਇਹ ਸਮਝ ਦੇ ਮੁਤਾਬਕ ਕਰੀ ਜਾਣਾ ਹੈ। ਪਰ ਇਹ ਇਹ ਅਖੀਰ ਵਿੱਚ ਮੈਂ ਇੱਕ ਗੱਲ ਕਰਨਾ ਚਾਹੁੰਦਾ ਹੈ ਕਿ ਜਿਹੜੀ ਗਿਣਤੀ ਦੀ ਗੱਲ ਵੀ ਹੈ, ਗਿਣਤੀ ਇਜ਼ ਇੱਕ ਬੜੀ ਇੰਪੋਰਟੈਂਟ ਗੱਲ ਹੈ, ਕਿਉਂਕਿ ਅਸੀਂ ਜਦੋਂ ਡੈਮੋਕ੍ਰੇਸੀ ਦੇ ਵਿੱਚ ਜੋ ਜਮਹੂਰੀਅਤ ਦੇ ਵਿੱਚ ਸਿੱਖ ਜੀ ਰਹੇ ਆ, ਉਹਨਾਂ ਨੂੰ ਗਿਣਤੀ ਸਭ ਕੁਛ ਲੱਗਣਾ ਪਈ ਹੈ ਕਿ ਗਿਣਤੀ ਵਧਾਓ, ਸਮਝਾਓ ਸਮਝਾਓ ਸਮਝਾਓ, ਲਾਈਕ ਐਜ਼ ਅਨ ਅਸੀਂ ਸਮਝਾਉਣ ਦੇ ਵਿੱਚ ਹੀ ਸਟੈਟਿਕ ਹੋ ਗਏ ਹਾਂ, ਹੈਲ ਨਹੀਂ ਹੋ ਰਿਹਾ। ਕਿਉਂਕਿ ਤੁਹਾਨੂੰ ਇਹ ਹੈ ਕਿ ਅਸੀਂ ਪਹਿਲਾਂ ਇੰਨੀ ਗਿਣਤੀ ਨੂੰ ਪਹਿਲਾਂ ਸਮਝਾਈਏ ਫਿਰ ਨੈਕਸਟ ਸਟੈਪ ਤੱਕ ਜਾਈਏ। ਇਹ ਨਹੀਂ ਹੈਗਾ ਕਿ ਸਾਡੇ ਜਿੱਦਾਂ ਸੰਤਾਂ ਨੂੰ ਇਸ ਜਗ੍ਹਾ ਤੁਰੇ ਜਾਂਦੇ ਆ, ਤੇ ਗੁਰਬਾਣੀ ਦੇ ਵਿੱਚ ਵੀ ਇਹ ਤੁਰਦੇ ਕੋ ਤੁਰਦਾ ਮਿਲੇ, ਉੱਠਦੇ ਕੋ ਉੱਠਦਾ, ਲਾਈਕ ਐਜ਼ ਇਨ ਲਾਈਕ ਸੋ ਇੱਕ ਸਪਲੇਨ ਆ ਜਿੱਥੇ ਤੁਸੀਂ ਕੰਮ ਕਰ ਰਹੇ ਆ। ਸੰਤ ਜੀ ਤੁਰੇ ਜਾਂਦੇ ਆ, ਜਿਹਨਾਂ ਨੇ ਨਾਲ ਤੁਰਨਾ ਹੈ ਉਹ ਨਾਲ ਤੁਰੋ, ਸਾਨੂੰ ਸਮਝ ਆਈ ਜਾਣੀ ਆ ਉਹ ਰਾਹ ਤੇ ਉਹ ਮਾਰਗ ਤੇ। ਬੱਚੇ ਹਰੇਕ ਸਟੈਪ ਦੇ ਉੱਤੇ ਤੁਸੀਂ ਕਿਸੇ ਨੂੰ ਮਨਾਉਣਾ ਆ ਜਾਂ ਕਿਸੇ ਨੂੰ ਸਮਝਾਉਣਾ ਆ, ਤੇ ਉਹ ਜਿਹੜਾ ਇਨਸਾਨ ਆ ਉਹ ਇੱਕ ਕਦਮ ਉਹ ਰਾਹ ਤੇ ਪੈਰ ਰੱਖਣ ਲਈ ਵੀ ਨਹੀਂ ਤਿਆਰ ਹੈਗਾ। ਇਹਦਾ ਮਤਲਬ ਇਹੀ ਆ ਕਿ ਜਿਹੜੇ ਤੁਸੀਂ ਤੁਰੇ ਆ ਤੁਸੀਂ ਵੀ ਉੱਥੇ ਹੀ ਸਟੱਕ ਹੋ ਜਾਣਾ ਹੈ, ਤੁਸੀਂ ਗਾਂਹ ਨਹੀਂ ਵੱਧ ਸਕਦੇ। ਤੁਸੀਂ ਆਪਣਾ ਜਿਹੜਾ ਨਿਸ਼ਾਨਾ ਮਿੱਥਿਆ ਆ ਜਾਂ ਜਿੱਧਰ ਨੂੰ ਤੁਸੀਂ ਤੁਰੇ ਜਾ ਰਹੇ ਆ, ਤੁਸੀਂ ਉੱਥੇ ਕਦੀ ਪਹੁੰਚ ਹੀ ਨਹੀਂ ਸਕਦੇ। ਇਹ ਕਰਕੇ ਤੁਸੀਂ ਆਪਣੀ ਜਾਂ ਤਾਂ ਨੰਬਰ ਵਨ ਅਨਾਲਿਸਿਸ ਦੇ ਵਿੱਚ ਤੁਸੀਂ ਪੈਰਾਲਾਈਜ਼ ਹੋ ਜਾਣਾ ਹੈ। ਅਨਾਲਿਸਿਸ ਕਰੀ ਜਾਓ ਕਰੀ ਜਾਓ ਕਰੀ ਜਾਓ, ਕੁਛ ਕਰਨਾ ਨਹੀਂ, ਅਨਾਲਿਸਿਸ ਦੇ ਵਿੱਚੋਂ ਇਹ ਪੈਰਾਲਿਸਿਸ ਨਿਕਲਦੀ ਹੈ। ਜਦ ਦੂਜੇ ਪਾਸੇ ਤੁਸੀਂ ਦੂਜਿਆਂ ਨੂੰ ਸਮਝਾਉਂਦੇ ਸਮਝਾਉਂਦੇ ਆਪ ਉੱਥੇ ਖੜ ਜਾਣਾ ਜਿੱਥੇ ਉਹ ਖੜੇ ਆ। ਸੋ ਆਈ ਥਿੰਕ ਇਹ ਵੀ ਸਾਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਜਿਹਨਾਂ ਨੇ ਸਮਝਿਆ ਆ ਨੀਂਹ ਪੱਥਰ ਰੱਖਿਆ ਗਿਆ ਆ, ਉਹ ਆਈ ਥਿੰਕ ਉਹ ਇਹ ਵੀ ਗੱਲ ਸਮਝਦੇ ਆ ਕਿ ਇਹ ਤਾਂ ਜਿਹੜਾ 84 ਦਾ ਨੀਂਹ ਪੱਥਰ ਆ ਜਿਹੜੇ ਸੰਤ ਨੇ ਗੱਲ ਕੀਤੀ ਸੀਗੀ, ਦਿਲਾਂ ਦੇ ਵਿੱਚ ਦਿਮਾਗਾਂ ਦੇ ਵਿੱਚ ਤਾਂ ਇਹ ਸਭ ਕੁਛ ਸਾਡੇ ਲਈ ਤਿਆਰ ਆ, ਇਹਨੂੰ ਹੁਣ ਦੁਨੀਆ ਦੇ ਵਿੱਚ ਅਸੀਂ ਕਿੱਦਾਂ ਬਾਹਰ ਲਿਆ ਕੇ ਉਸਾਰਨਾ ਆ, ਉਹ ਵੱਖਰੇ ਵੱਖਰੇ ਖਿੱਤਿਆਂ ਦੇ ਵਿੱਚ ਜਿਹੜੇ ਸਟਰਕਚਰਸ ਪੈਦਾ ਕਰਨ ਵਾਲੇ ਆ ਇਸ ਸੋਚ ਨੂੰ ਅੱਗੇ ਲਿਆਉਣ ਲਈ, ਉਹ ਤੋਂ ਹੀ ਸਾਰਾ ਕੁਛ ਸ਼ੁਰੂ ਹੋ ਸਕਦਾ ਆ। ਇਹ ਜਿਹੜੀ ਗਿਣਤੀ ਦੀ ਗੱਲ ਹੈ ਉਹਦਾ ਜਿਸ ਅਸੀਂ ਕਦੀ ਗਿਣਤੀ ਦੀ ਗੱਲ ਸਮਝਣੀ ਵੀ ਹੈ, ਇੱਥੇ ਅਸੀਂ ਜਦੋਂ ਕੈਂਪਸ ਵੀ ਲਾਉਂਦੇ ਹਾਂ ਇੱਕ ਇੱਕ ਇੰਟਰੋਡਕਸ਼ਨ ਦੇ ਵਿੱਚ ਹੀ ਅਸੀਂ ਪਹਿਲੇ ਲੈਵਲ ਤੇ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਤੁਸੀਂ ਗਿਣਤੀ ਦੇਖਣੀ ਹੈ ਫਿਰ ਤੁਹਾਨੂੰ ਇੱਦਾਂ ਦੇਖਣਾ ਪੈਣਾ ਹੈ ਕਿ ਜਿਹੜੀ ਬਹੁ ਗਿਣਤੀ ਹੈ, ਬਹੁ ਗਿਣਤੀ ਨੇ ਤਾਂ ਗੁਰੂ ਨੂੰ ਵੀ ਨਕਾਰਿਆ ਹੈ, ਬਹੁ ਗਿਣਤੀ ਨੇ ਤਾਂ ਦਰਵਾਜ਼ੇ ਵੀ ਬੰਦ ਕੀਤੇ ਆ ਗੁਰੂ ਲਈ, ਬਹੁ ਗਿਣਤੀ ਨੇ ਤਾਂ ਅੰਮ੍ਰਿਤ ਵੀ ਨਹੀਂ ਛਕਿਆ ਜਦੋਂ ਮਹਾਰਾਜ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ, ਉਦੋਂ ਵੀ ਮਾਤਾ ਗੁਜਰ ਕੌਰ ਤੋਂ ਉਹਨਾਂ ਦੀਆਂ ਕੰਪਲੇਂਟਾਂ ਲੈ ਕੇ ਗਏ ਸੀਗੇ। ਬਹੁ ਗਿਣਤੀ ਜਿਹੜੀ ਉਹ ਜਿਹਨਾਂ ਨੇ ਅੰਮ੍ਰਿਤ ਛਕਿਆ ਵੀ, ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਜਿਹਨਾਂ ਨੇ ਛੋਟੇ ਘੱਲੂਘਾਰੇ ਦੀ, ਪਰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਪੀਰੀਅਡ ਦੀ ਗੱਲ ਆ 1699 ਤੋਂ ਲੈ ਕੇ 1705 ਤੱਕ, ਉਹਦੇ ਵਿੱਚ ਬਹੁ ਗਿਣਤੀ ਦਾ ਜਿਹੜਾ ਰੋਲ ਆ ਤੁਹਾਨੂੰ ਇੱਕ ਪੀਰੀਅਡ ਦੇ ਵਿੱਚ ਇਹ ਲੱਭ ਪੈਂਦਾ ਹੈ ਅਨੰਦਪੁਰ ਦੇ ਘੇਰੇ ਦੇ ਵਿੱਚੋਂ ਕਿ ਕਿੰਨੇ ਕੁ ਸਿੱਖ ਗੁਰੂ ਸਾਹਿਬ ਦੇ ਕੋਲ ਆ, ਕਿੰਨੇ ਕੁ ਸਿੱਖ ਉੱਥੇ ਉਹਨਾਂ ਦੇ ਨਾਲ ਕਿਲ੍ਹਾ ਛੱਡ ਕੇ ਉਹਨਾਂ ਦੇ ਨਾਲ ਜਾਂਦੇ ਆ, ਕਿੰਨੇ ਕੁ ਸਿੱਖ ਸਰਸਾ ਤੱਕ ਪਹੁੰਚਦੇ ਆ, ਕਿੰਨੇ ਕੁ ਸਿੱਖ ਜਿਹੜੇ ਆ ਉਹ ਸਰਸਾ ਪਾਰ ਕਰਦੇ ਆ, ਚਮਕੌਰ 'ਚ ਜੰਗ ਲੜਦੇ ਆ, ਕਿੰਨੇ ਕੁ ਸਿੱਖ ਜਿਹੜੇ ਆ ਮਾਛੀਵਾੜੇ ਤੱਕ ਗੁਰੂ ਸਾਹਿਬ ਨੂੰ ਲੈ ਕੇ ਜਾਂਦੇ ਆ, ਕਿੱਦਾਂ ਗੁਰੂ ਸਾਹਿਬ ਤਲਵੰਡੀ ਸਾਬੋ ਪਹੁੰਚਦੇ ਆ, ਕਿੱਦਾਂ ਗੁਰੂ ਸਾਹਿਬ ਸਦਾ ਲਈ ਪੰਜਾਬ ਛੱਡਦੇ ਆ। ਇਹ ਸਭ ਕੁਛ ਜਿਹੜਾ ਇੱਕ ਦੌਰ ਆ ਉਹਦੇ ਵਿੱਚ ਗੁਰੂ ਸਾਹਿਬ ਇਕੱਲੇ ਰੂਪ ਦੇ ਵਿੱਚ ਵਿਚਰ ਰਹੇ ਆ, ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਆ ਜਿਹੜੇ ਬਹੁਤ ਥੋੜੀ ਗਿਣਤੀ ਦੇ ਸਿੱਖ ਜਿਹੜੇ ਉਹਨਾਂ ਦੇ ਨਾਲ ਲੜਦੇ ਆ, ਸ਼ਹੀਦ ਹੁੰਦੇ ਆ, ਉਹਨਾਂ ਨੇ ਉਹ ਜਿਹੜੀ ਰਹਿਤ ਆ ਜਾਂ ਰਹਿਣੀ ਬਹਿਣੀ ਆ ਉਹ ਬਰਕਰਾਰ ਰੱਖ ਕੇ ਉਹ ਸਭ ਕੁਛ ਨਿਭਾਇਆ। ਪਰ ਜਿਹੜੀ ਬਹੁ ਗਿਣਤੀ ਦੀ ਗੱਲ ਆ, ਬਹੁ ਗਿਣਤੀ ਕਿੱਥੇ ਸੀਗੀ, ਲਾਈਕ ਹਜ਼ਾਰਾਂ ਦੀ ਗਿਣਤੀ ਜਿਹੜੀ ਸਿੱਖਾਂ ਦੀ ਆ ਸਮੇਂ ਸਮੇਂ ਤੋਂ ਕਿੱਥੇ ਜਾਂਦੀ ਹੈ, ਤੇ ਜਦੋਂ ਇੱਕ ਇੱਕ ਇੰਨੀ ਵੱਡੀ ਕੁਰਬਾਨੀ ਦੇ ਕੇ ਗੁਰੂ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਥਾਪੀ ਵੀ ਦਿੱਤੀ ਹੈ, ਇਹ ਮਤਲਬ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਸੀਗੇ ਜਾਂ ਉਹਨਾਂ ਦਾ ਕੋਈ ਇੱਦਾਂ ਦਾ ਕਰਿਜ਼ਮਾ ਸੀਗਾ। ਜਦੋਂ ਗੁਰੂ ਨੇ ਆਪਣਾ ਪੂਰਾ ਸਰਬੰਸ ਵਾਰ ਦਿੱਤਾ ਤੇ ਮੁੜ ਕੇ ਬੰਦਾ ਸਿੰਘ ਨੂੰ ਤੋਰ ਦਿੱਤਾ ਕਿ ਪੰਜਾਬ ਦੇ ਉੱਤੇ ਜਿਹੜਾ ਰਾਜ ਹੈ ਉਹ ਹੁਣ ਸਿੱਖਾਂ ਦਾ ਸਥਾਪਿਤ ਹੋਊਗਾ, ਉੱਧਰ ਨੂੰ ਤੁਰਦਿਆਂ ਨੂੰ ਵੀ ਜਿਹੜੇ ਸਿੱਖ ਆ ਉਹ ਮੁੜ ਮੁੜ ਕੇ ਆਪਣੇ ਘਰਾਂ ਤੋਂ ਬਾਹਰ ਆਉਣਾ ਪਿਆ। ਉਹਨਾਂ ਨੇ ਜਿਹੜੀ ਉਹ ਇੱਕ ਕੁਰਬਾਨੀ ਆ ਉਹ ਦੇਖੀ, ਉਹਨਾਂ ਦੇ ਅੰਦਰੋਂ ਜਿਹੜੀ ਸਿੱਖੀ ਆ ਉਹ ਮੁੜ ਕੇ ਫਿਰ ਉਹ ਝਲਕ ਉੱਠ ਪਈ, ਤੇ ਇਹਨੂੰ ਵੀ ਅਸੀਂ ਪੰਜਾਬ ਦੇ ਵਿੱਚ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਆਈ ਥਿੰਕ ਲੈਸ ਵਿੱਚ ਜਿੱਦਾਂ ਭਾਈ ਮਨਤੀਰ ਸਿੰਘ ਹੋਰ ਇੱਥੇ ਐਕਸਪੈਂਡ ਕਰ ਸਕਦੇ, ਪਰ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਝਲਕ ਆ ਜਿਹੜੀ ਇੱਕ ਅੰਦਰਲੀ ਸਿੱਖੀ ਆ, ਭਾਵੇਂ ਉਹ ਸਿੱਖ ਹਿੱਲਿਆ ਨਹੀਂ ਕਦੇ, ਉਹਨੂੰ ਪਤਾ ਵੀ ਨਹੀਂ ਮੈਂ ਕਿਉਂ ਸਿੱਖਿਆ। ਪਰ ਜਦੋਂ ਭਾਈ ਬਲਵੰਤ ਸਿੰਘ ਰਾਜੋਵਾਣੀ ਦੀ ਗੱਲ ਆ, ਦਵਿੰਦਰ ਸਿੰਘ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਆ, ਜਾਂ ਹੋਰ ਸਿੱਖਾਂ ਦੇ ਮਸਲੇ ਉੱਠਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਸੀ,
ਉਹਦੇ ਵਿੱਚ ਜਿਹੜੇ ਉਹ ਉਹਨਾਂ ਨੂੰ ਅਸੀਂ ਸਿੱਖ ਵੀ ਨਹੀਂ ਗਿਣਦੇ ਲਾਈਕ ਐਸ ਐਂਡ ਕਈ ਬੰਦੇ ਜਿਹੜੇ ਕੌਮ ਦੇ ਵਿੱਚ ਆ ਭਾਰੀ ਗਿਣਤੀ ਦੇ ਵਿੱਚ ਉਹ ਜਿਹੜੀ ਐਨਰਜੀ ਆ ਜਾਂ ਪਿਆਰ ਆ ਜਾਂ ਕੋਈ ਵੀ ਚੀਜ਼ ਆ ਜੋ ਉਹਨਾਂ ਦੇ ਦਿਲਾਂ ਦੇ ਵਿੱਚ ਆ ਜਿਹੜਾ ਅੰਦਰਲਾ ਸਿੱਖ ਅਸੀਂ ਕਹਿ ਸਕਦੇ ਹਾਂ ਉਹ ਮੁੜ ਕੇ ਫਿਰ ਉੱਠ ਕੇ ਉਹ ਸੜਕਾਂ ਤੱਕ ਆ ਜਾਂਦੇ ਆ ਉਹ ਮੁੜ ਕੇ ਜਿੱਥੇ ਗੋਲੀ ਦਾ ਸਾਹਮਣਾ ਕਰਨ ਲਈ ਵੀ ਥੋੜੇ ਜਿਹੇ ਤਿਆਰ ਹੋ ਜਾਂਦੇ ਆ ਉਹ ਪੰਜਾਬ ਪੁਲਿਸ ਦੇ ਨਾਲ ਟਾਕਰਾ ਲੈਣ ਲਈ ਵੀ ਤਿਆਰ ਹੋ ਜਾਂਦੇ ਆ ਇਹ ਇੱਕ ਆਈ ਨੋ ਇਹਨੂੰ ਅਸੀਂ ਏਦਾਂ ਦੇਖਦੇ ਹਾਂ ਏਦਾਂ ਜਾ ਕੇ ਫਿਰ ਮੁੜ ਕੇ ਏਦਾਂ ਹੋ ਜਾਂਦਾ ਹੈ ਇੱਕਦਮ ਜਿਹੜਾ ਇਮੋਸ਼ਨ ਹੈ ਉੱਤੇ ਨੂੰ ਜਾਂਦਾ ਹੈ ਤੇ ਹੌਲੀ ਥੱਲੇ ਨੂੰ ਆ ਜਾਂਦਾ ਹੈ ਉਹ ਜਿਹੜਾ ਇਮੋਸ਼ਨ ਕੈਪਚਰ ਕਰਨਾ ਆ ਮੂਮੈਂਟ ਦੇ ਵਿੱਚ ਜਾਂ ਕਿੱਦਾਂ ਸਿੱਖਾਂ ਨੂੰ ਤਿਆਰ ਕਰਨਾ ਕਿਉਂਕਿ ਜਿਹੜਾ ਸਿੱਖ ਆ ਉਹ ਏਦਾਂ ਰਹਿਣਾ ਚਾਹੀਦਾ ਆ ਆਲ ਦ ਵੇ ਅਕ੍ਰੋਸ ਉਹ ਏਦਾਂ ਏਦਾਂ ਜਦੋਂ ਬੰਦਾ ਜਾਂਦਾ ਆ ਉਹ ਕਦੀ ਉੱਤੇ ਚੱਲ ਜਾਂਦਾ ਕਦੀ ਥੱਲੇ ਉਹਦੇ ਵਿੱਚ ਮਾਯੂਸੀ ਵੀ ਆਉਂਦੀ ਆ ਡਰ ਵੀ ਹੁੰਦਾ ਆ ਬੰਦੇ ਵਹਿ ਵੀ ਜਾਂਦੇ ਆ ਪਰ ਜੋ ਉਹ ਇਹ ਆ ਕਿ ਇੱਕ ਆਸ ਆ ਮਨ ਦੇ ਵਿੱਚ ਕਿ ਤੁਸੀਂ ਤੇ ਇੱਕ ਗਰਾਊਂਡਿੰਗ ਹੈ ਨੀ ਗੁਰਬਾਣੀ ਤੇ ਗੁਰ ਸ਼ਬਦ ਦੇ ਵਿੱਚ ਜਦੋਂ ਸਾਡੇ ਇਹ ਅਹਿਸਾਸ ਹੋ ਜਾਂਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਕੰਮ ਆ ਸੰਘਰਸ਼ ਲੜਨਾ ਤੇ ਮੈਂ ਇੰਨਾ ਹੀ ਕਰ ਸਕਦਾ ਕਿ ਕਿੰਨਾ ਕੁ ਮੈਂ ਸੰਘਰਸ਼ ਲੜ ਸਕਦਾ ਹਾਂ ਉਹ 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 ਮੈਨੂੰ ਹੀ ਪਤਾ ਹੈ ਜਾਂ ਗੁਰੂ ਸਾਹਿਬ ਨੂੰ ਪਤਾ ਹੈ ਪਰ ਮੇਰਾ ਕੰਮ ਆ ਸੰਘਰਸ਼ ਲੜਨਾ ਤੇ ਉਹ ਸੰਘਰਸ਼ ਦੇ ਵਿੱਚ ਮੈਂ ਹੋ ਸਕਦਾ ਹੈ ਕਿ ਮੇਰੀ ਪੂਰੀ ਜ਼ਿੰਦਗੀ ਲੰਘ ਜਾਵੇ ਤੇ ਉਹ 'ਚ ਕੁਛ ਜਿਹੜੀ ਪ੍ਰੈਕਟੀਕਲ ਸੈਂਸ ਦੇ ਵਿੱਚ ਹਾਸਲ ਨਾ ਹੋਵੇ ਪਰ ਸੰਘਰਸ਼ ਲੜਨਾ ਹੀ ਇੰਨੇ ਚਿਰ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਉਹ ਵੀ ਇੱਕ ਪ੍ਰੈਕਟੀਕਲ ਸੈਂਸ ਦੇ ਵਿੱਚ ਸਿੱਖ ਲਈ ਇੱਕ ਸਿਧਾਂਤਕ ਜਿੱਤ ਹੈ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਭਾਈ ਜਸਪਾਲ ਸਿੰਘ ਜੀ ਨੇ ਆਪਣੇ ਵਿਚਾਰ ਥੋੜ੍ਹੇ ਜਿਹੇ ਸਾਂਝੇ ਕੀਤੇ ਆ ਕਮੈਂਟਸ ਦੇ ਵਿੱਚ ਕਹਿੰਦੇ ਕਿ ਦਸਮ ਪਿਤਾ ਦਾ ਕਹਿਣਾ ਸੀਗਾ ਕਿ ਇਨ ਪੁੱਤਰੋਂ ਕੋ ਸੀਸ ਪਰਿਵਾਰ ਦੀ ਸੁੱਤ ਚਾਰ ਚਾਰ ਮੋਏ ਤਾਂ ਕਿਆ ਪਿਆ ਜੀਵਤ ਕਈ ਹਜ਼ਾਰ ਤਾਂ ਕਹਿੰਦੇ ਕਿ ਸੋ ਜਿਹੜਾ ਚਾਰਾਂ ਦਾ ਰਾਹ ਆ ਉਹ ਹਜ਼ਾਰਾਂ ਦਾ ਰਾਹ ਹੋਣਾ ਚਾਹੀਦਾ ਸੋ ਅਸੀਂ ਸਮਾਪਤੀ ਵੱਲ ਵੱਧਦੇ ਜਾਂਦੇ ਹਾਂ ਪਰ ਸਮਾਪਤੀ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਤੁਸੀਂ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਅਸੀਂ ਇੱਕ ਫਾਈਨਲ ਸਵਾਲ ਇਹ ਤੋਂ ਬਾਅਦ ਲਾਉਂਗੇ ਮੇਰੀ ਇਹੀ ਭਵਿੱਖ ਦੇ ਲਈ ਬੇਨਤੀ ਹੈ ਕਿ ਆਪਾਂ ਜੋ ਗੁਰਮਤਿ ਦੀ ਰਵਾਇਤ ਹੈ ਉਹਦੇ ਅਨੁਸਾਰ ਆਪਣੀ ਨਿਜਰੀ ਰਹਿਤ ਤੇ ਆਪਣੀ ਪੰਥਕ ਸਾਂਝੀ ਰਹਿਤ ਉਹ ਬਣਾਉਣ ਦੇ ਲਈ ਵਿਚਾਰ ਦੇ ਪੱਧਰ ਤੋਂ ਲੈ ਕੇ ਉੱਦਮ ਦੇ ਪੱਧਰ ਤੋਂ ਲੈ ਕੇ ਸਟਰਗਲ ਦੇ ਪੱਧਰ ਤੱਕ ਆਪਣੀ ਸਾਰੀ ਜ਼ਿੰਦਗੀ ਉਹਦੇ ਅਨੁਸਾਰ ਬਣਾਉਣ ਦੀ ਕੋਸ਼ਿਸ਼ ਕਰੀਏ ਦੂਸਰੀ ਬੇਨਤੀ ਮੇਰੀ ਇਹ ਆ ਕਿ ਆਪਾਂ ਪੂਰੇ ਜਿਹੜਾ ਇੱਕ ਗੁਰੂ ਨਾਨਕ ਨਾਮ ਦੇਵਾ ਸੰਗਤ ਹੈ ਜਿਹੜੀ ਸਿੱਖ ਸੰਗਤ ਹੈ ਉਹ ਬਹੁਤ ਜ਼ਿਆਦਾ ਵੱਡੀ ਵਿਸ਼ਾਲ ਹੈ ਉਹਦੀਆਂ ਬੜੇ ਉਹਦੇ ਰੰਗ ਨੇ ਬੜੀਆਂ ਉਹਦੀਆਂ ਸੰਪਰਦਾਵਾਂ ਨੇ ਉਹਨਾਂ ਦੀ ਬਜਾਏ ਜਿਹੜਾ ਗੁਰੂ ਖਾਲਸਾ ਪੰਥ ਤੇ ਜਿਹੜਾ ਗੁਰੂ ਖਾਲਸਾ ਪੰਥ ਦਾ ਨੁਮਾਇੰਦਾ ਹੋਣ ਦਾ ਦਾਵਾ ਕਰਦਾ ਮਨੁੱਖ ਜਿਹਨੂੰ ਆਪਾਂ ਸਿੰਘ ਕਹਿੰਦੇ ਹਾਂ ਆਪਾਂ ਉਹਨਾਂ ਤੱਕ ਫੋਕਸ ਹੋਈਏ ਆਪਾਂ ਬਹੁਤੀ ਵਾਰ ਜਿਹੜਾ ਇੱਕ ਆਮ ਸਾਦਾ ਸਿੱਖ ਹੈ ਉਹਦੇ ਤੋਂ ਵੀ ਇੱਕ ਗੁਰੂ ਖਾਲਸਾ ਪੰਥ ਦਾ ਜਿਹੜਾ ਨੁਮਾਇੰਦਾ ਸਿੱਖ ਹੈ ਉਹਦੀ ਰਹਿਤ ਦੀ ਆਸ ਰੱਖਣ ਲੱਗ ਸਿੱਖਾਂ ਦੇ ਵਿੱਚ 18ਵੀਂ ਸਦੀ ਦੇ ਵਿੱਚ ਬਹੁਤ ਸਪਸ਼ਟ ਕੈਟੇਗਰੀ ਸੀਗੀਆਂ ਕਿ ਜਿਹੜੇ ਸਿੱਖ ਸਿੱਧੇ ਸਟਰਗਲ ਸੀਗੇ ਉਹਨਾਂ ਨੂੰ ਰਾਠ ਸਿੱਖ ਕਹਿੰਦੇ ਸੀਗੇ ਜਿਹੜੇ ਵਿੱਚ ਵਿਚਾਲੇ ਵਾਲੇ ਸੀਗੇ ਉਹਨਾਂ ਨੂੰ ਮਿਲਵਰਤਣੀਆਂ ਕਹਿੰਦੇ ਸੀਗੇ ਇੱਕ ਚਕਰੈਲ ਸਿੱਖ ਸੀਗੇ ਹੁਣ ਆਪਣੇ ਪਤਾ ਨਹੀਂ ਕਿਸ ਤਰ੍ਹਾਂ ਹੋ ਗਿਆ ਪਿਛਲੀ ਸਦੀ ਦੇ ਵਿੱਚ ਕਿ ਜਿਹਦੇ ਕੋਲ ਵੀ ਕਲਚਰਲ ਸਾਈਨ ਹੈਗੇ ਸਿੱਖੀ ਦੇ ਉਹਨਾਂ ਸਾਰਿਆਂ ਤੋਂ ਆਪਾਂ ਰਾਠ ਸਿੱਖ ਵਾਲੀ ਜਿਹੜੀ ਰਹਿਤ ਦੀ ਉਹ ਆਸ ਰੱਖ ਜੇ ਆਪਾਂ ਅੱਜ ਇਹ ਗਿਣਨਾ ਹੋਏ ਕਿ ਰਾਠ ਸਿੱਖ ਵਾਲੇ ਆਈਡੀਏ ਤੇ ਕਿੰਨੇ ਸਿੱਖ ਖੜੇ ਆ ਗਿਣਤੀ ਤੇ ਸ਼ਾਇਦ ਅੱਜ ਉਹਨਾਂ ਦੀ ਗਿਣਤੀ ਪਿਛਲੀ ਸਾਰੀ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਹੈ ਇਸ ਵਕਤ ਉਹ ਘੱਟ ਨਹੀਂ ਹੈ ਪਿਛਲੀ ਕਦੇ ਕਦੇ ਨਾਲੋਂ ਵੀ ਸਭ ਤੋਂ ਜ਼ਿਆਦਾ ਆ ਬਟ ਉਹ ਆਪਣੇ ਆਪ ਨੂੰ ਇਨਫਿਓਰਿਟੀ ਕੰਪਲੈਕਸ ਇਸ ਕਰਕੇ ਮੰਨੀ ਜਾਂਦੇ ਆ ਕਿ ਉਹ ਪਤਾ ਨਹੀਂ ਇਹ ਜਿਹੜੀ ਦੁਨਿਆਵੀ ਚਾਲ ਹੈ ਉਹ ਦੁਨਿਆਵੀ ਚਾਲ ਦੇ ਤਹਿਤ ਬਾਕੀਆਂ ਤੋਂ ਇਹ ਆਸ ਰੱਖੀ ਜਾਂਦੀ ਕਿ ਬਾਕੀ ਵੀ ਸਾਡੇ ਵਾਂਗੂ ਚੱਲਣ ਤੇ ਅਸੀਂ ਤਾਂ ਚੱਲਾਂਗੇ ਮਹਾਰਾਜ ਦਾ ਬਹੁਤ ਸਪਸ਼ਟ ਜਿਹੜੇ ਆਪਾਂ ਨੂੰ ਇਸ਼ਾਰੇ ਹੈਗੇ ਆ ਕਿ ਆਪਾਂ ਜਿਹੜਾ ਅਸੀਂ ਇਹ ਆਪਣੇ ਆਪ ਲਈ ਜਿਹੜਾ ਵੀ ਮਨੁੱਖ ਇਹ ਦਾਵਾ ਕਰਦਾ ਕਿ ਉਹ ਖਾਲਸਾ ਪੰਥ ਦਾ ਹਿੱਸਾ ਹੈ ਉਹ ਉਨੇ ਬੰਦਿਆਂ ਨੂੰ ਨਾਲ ਲੈ ਕੇ ਗੁਰਮਤ ਰਹਿਤ ਅਨੁਸਾਰ ਦੋ ਕੰਮ ਸਾਰੀ ਦੁਨੀਆਂ 'ਚ ਕਰੇ ਇੱਕ ਆਪਣੀ ਜਿਹੜੀ ਨਿਆਰੀ ਪਛਾਣ ਹੈ ਉਹਨੂੰ ਤੁਰ ਅੰਦਰ ਤੱਕ ਸਥਾਪਿਤ ਕਰੇ ਆਪਣੇ ਤੋਂ ਲੈ ਕੇ ਆਪਣੇ ਜਥੇ ਤੱਕ ਤੇ ਆਪਣੇ ਕਵਾਇਡਰ ਸਰਕਲ ਤੱਕ ਦੂਜੀ ਜਿੱਥੇ ਵੀ ਉਹ ਹੈਗਾ ਹੈ ਉਹ ਜਿਸ ਸਮਰੱਥਾ ਨਾਲ ਵੀ ਉੱਥੋਂ ਦੀ ਨਿਤਾਣੀ ਧਿਰ ਦਾ ਧਿਰ ਬਣ ਸਕੇ ਉਹ ਕਰੇ
ਤੋ ਇਹਦੇ ਵਿੱਚੋਂ ਹੀ ਸਾਡੇ ਅਗਲੇ ਰਾਹ ਜਿਹੜੇ ਹੈਗੇ ਉਹ ਨਿਕਲਣੇ। ਤੋ ਮੇਰੀ ਤਾਂ ਸਿਰਫ ਇੰਨੀ ਬੇਨਤੀ ਆ ਤੇ ਜਿੱਥੋਂ ਤੱਕ ਬਹੁਤੇ ਬੰਦਿਆਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਇਹ ਗੱਲ ਨਹੀਂ ਹੈਗੀ, ਮੈਂ ਕਹਿਣਾ ਕਿ ਹੁਣ ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਐਕਟੀਵਿਜ਼ਮ ਚ ਪੀੜ੍ਹੀ ਹੁੰਦੀ ਆ, ਯਾਨੀ ਕਿ 50 ਸਾਲ ਤੋਂ ਥੱਲੇ ਵਾਲੇ ਆ, ਉਹਨਾਂ ਦੇ ਵਿੱਚ 3 ਹਿੱਸੇ ਆ। ਇੱਕ ਉਹ ਆ ਕਿ ਜਿਹੜੇ ਇਸ ਮੰਗ ਦੇ ਸਿੱਧੇ ਵਿਰੋਧੀ ਆ, ਇੱਕ ਉਹ ਆ ਜਿਹੜੇ ਹੱਕ ਚ ਆ, ਇੱਕ ਉਹ ਆ ਜਿਹੜੇ ਸਾਇਲੈਂਟ ਆ। ਹੁਣ ਜਿਹੜੇ ਵਿਰੋਧੀ ਆ ਉਹਨਾਂ ਦੀ ਗਿਣਤੀ ਬਹੁਤ ਨਾ ਮਾਤਰ ਹੈ, ਬਹੁਤ ਛੋਟੀ ਹੈ। ਉਹੀ ਨੇ ਜਿਹੜੇ ਆਪਣੇ ਅਹੁਦਿਆਂ ਦੇ ਲਾਲਚ ਕਰਕੇ ਵਿਰੋਧੀ ਨੇ, ਜਾਂ ਮਹਾਰਾਜ ਨੇ ਉਹਨਾਂ ਦੀ ਮਤ ਇੰਨੀ ਜ਼ਿਆਦਾ ਮਨਮਤੀ ਕਰ ਦਿੱਤੀ ਆ ਕਿ ਉਹ ਇੰਨੇ ਪਦਾਰਥਵਾਦ ਦੇ ਵਿੱਚ ਇੰਨੇ ਮਨੋ ਵਿਕਾਰਾਂ ਚ ਫਸੇ ਹੋਏ ਆ, ਉਹਨਾਂ ਨੂੰ ਸੱਚ ਦਿਸ ਨਹੀਂ ਰਿਹਾ ਹੈ, ਉਹ ਬਹੁਤ ਥੋੜੇ ਆ। ਜਿਹੜੇ ਇਸ ਗੁਰੂ ਖਾਲਸਾ ਪੰਥ ਦੀ ਪਾਤਸ਼ਾਹੀ ਦਾਅਵੇ ਨੂੰ ਇਸ ਜਹਾਨ ਚ ਲਾਗੂ ਕਰਨ ਦੇ ਸਮਰਥਕ, ਉਹਨਾਂ ਦੀ ਗਿਣਤੀ ਦਿਨ ਬ ਦਿਨ ਪਹਿਲਾਂ ਤੋਂ ਵੱਧ ਰਹੀ ਹੈ। ਤੇ ਜਿਹੜਾ ਸਾਇਲੈਂਟ ਹਿੱਸਾ, ਉਹ ਪਹਿਲਾਂ ਹੁੰਦਾ ਸੀਗਾ ਇਸ ਮੰਗ ਦੇ ਪ੍ਰਤੀ ਡਰ ਚ, ਦਹਿਸ਼ਤ ਚ, ਹੁਣ ਉਹ ਹਿੱਸਾ ਡਰ ਜਾਂ ਦਹਿਸ਼ਤ ਚ ਨਹੀਂ ਹੈ। ਸਹੀ ਸਮਾਂ ਜਾਂ ਸਹੀ ਲੀਡਰਸ਼ਿਪ ਮੋਹਰੇ ਆਉਂਦੀ ਆ ਤਾਂ ਉਹ ਆਪਣੇ ਜਿਹੜੇ ਸਾਇਲੈਂਟ ਬੰਦੇ ਆ ਉਹ ਇਸ ਮੰਗ ਦੀ ਹੱਕ ਚ ਆਪਣੇ ਲਿਸ਼ਕਾਰੇ ਦਿਖਾਲਦੇ ਆ। ਜਿਸ ਤਰ੍ਹਾਂ ਭਾਈ ਰਾਜੋਆਣ ਦੇ ਸੰਬੰਧ ਚ ਜਿਸ ਤਰ੍ਹਾਂ ਗੱਲ ਕੀਤੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਹੋਣਾਂ ਦੇ ਸੰਬੰਧ ਚ ਕੀਤੀ, ਇਹ ਸਾਰਿਆਂ ਨੂੰ ਪਤਾ ਹੈ ਕਿ ਇਹ ਕੈਦੀ ਕੌਣ ਨੇ ਤੇ ਇਹਨਾਂ ਕੈਦੀਆਂ ਦੇ ਸਮਰਥਨ ਕਰਨ ਦਾ ਮਤਲਬ ਕਿਆ ਹੈ। ਸਾਰਿਆਂ ਨੂੰ ਪਤਾ ਵੀ ਇਹ ਕੈਦੀ ਕੌਣ ਨੇ, ਜਦੋਂ ਉਹ ਇਹਨਾਂ ਦੀ ਮਦਦ ਕਰਦੇ ਆ ਤਾਂ ਉਹ ਆਪਣੀ ਇਸ ਆਪਣੀ ਜਿਹੜੀ ਉਹਨਾਂ ਦੀ ਸਾਇਲੈਂਸ ਹੈ ਉਹਨੂੰ ਇੱਕ ਆਵਾਜ਼ ਦੇ ਰਹੇ ਹੁੰਦੇ। ਤੋ ਇੱਥੇ ਜਿਹੜੇ ਜੇ ਆਪਾਂ ਕੰਪੈਰੀਜ਼ਨ ਹੀ ਕਰਨਾ ਹੋਏ ਤੇ ਕੱਟ ਆਫ ਮੰਨ ਕੇ ਕਿ 2000 ਤੋਂ ਕਰਨਾ ਹੋਏ, ਜੇ 2000 ਸਥਿਤੀ ਸੀਗੀ ਉਹਦੇ ਨਾਲੋਂ ਹੁਣ 2020 ਚ ਫਾਰ ਬੈਟਰ ਸਥਿਤੀ ਆ। ਇਹਨੂੰ ਹੋਰ ਕੰਸੋਲੀਡੇਟ ਕਰਨ ਦੇ ਲਈ ਇਹ ਜਿਹੜੇ ਲੋਕ ਆਮ ਸਾਦੇ ਲੋਕ ਨੇ, ਇਹਨਾਂ ਦੀ ਧਿਰ, ਜਿਸ ਧਿਰ ਨੇ ਬਣਨਾ ਖਾਲਸਾ ਪੰਥ ਨੇ, ਉਹਦੇ ਜਿਹੜੇ ਇੰਟਰਨਲ ਸਟਰਕਚਰ ਨੇ ਉਹ ਆਪਾਂ ਨੂੰ ਪੰਥਕ ਰਵਾਇਤ ਅਨੁਸਾਰ ਮਜ਼ਬੂਤ ਕਰਨ ਦੀ ਲੋੜ ਹੈ। ਤੇ ਮੈਂ ਬੜਾ ਆਸਵੰਦ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਵਾਰ ਤੁਸੀਂ ਦੇਖੋ ਕਿ ਜਿਹੜੇ ਘੱਲੂਘਾਰੇ ਦਾ ਹਫ਼ਤਾ ਮਨਾਇਆ ਗਿਆ, ਸਿੱਖਾਂ ਦੇ ਜਿਹਨਾਂ ਸੈਕਸ਼ਨ ਦੇ ਵਿੱਚ ਇਸ ਵਾਰ 6 ਜੂਨ ਦਾ ਜ਼ਿਕਰ ਹੋਇਆ, ਉਹ ਪਹਿਲਾਂ ਉਹਨਾਂ ਧਿਰਾਂ 'ਚ ਉਨਾ ਜ਼ਿਆਦਾ ਨਹੀਂ ਹੁੰਦਾ ਸੀ। ਤੇ ਜਿਸ ਨਜ਼ਰੀਏ ਤੋਂ ਹੋਇਆ, ਤੁਸੀਂ ਇਹ ਦੇਖੋ ਕਿ ਰਵਾਇਤੀ ਬਾਦਲ ਦਲ ਜਿਸ ਵੇਲੇ ਬਹੁਤ ਜ਼ਿਆਦਾ ਕ੍ਰਾਈਸਿਸ 'ਚ ਹੈ, ਉਹਨਾਂ ਦੇ ਅਹੁਦੇਦਾਰਾਂ ਨੂੰ ਵੀ ਸਪਸ਼ਟ ਇਹ ਨਾਰਾ ਉਹਨਾਂ ਨੇ ਕਿਹਾ, ਇਹ ਕੋਈ ਸਧਾਰਨ ਗੱਲ ਨਹੀਂ ਹੈ, ਇਹ ਕੱਲੀ ਉਹਨਾਂ ਦੀ ਇੱਕ ਮਨ ਦੀ ਇਮੋਸ਼ਨਲ ਗੱਲ ਨਹੀਂ ਹੈ, ਇਸ ਗੱਲ ਦੀ ਸਪੇਸ ਬਣ ਰਹੀ ਹੈ। ਜਦੋਂ ਵੀ ਇੰਡੀਆ ਕਿਤੇ ਮਾੜਾ ਮੋਟਾ, ਇੱਥੇ ਇੰਡੀਆ 'ਚ ਕੋਈ ਇੰਟਰਨਲ ਕਨਫਲਿਕਟ ਖੜਦਾ ਜਾਂ ਬਾਹਰ ਕੋਈ ਤਣਾਅ ਬਣਦਾ, ਉਸ ਵੀ ਵਕਤ ਜਿਹੜੀ ਇਸ ਗੱਲ ਦੇ ਨੂੰ ਖੰਭ ਲੱਗਣ ਲੱਗ ਜਾਂਦੇ ਦੁਬਾਰਾ। ਤੋ ਸੋ ਬਹੁਤ ਜ਼ਿਆਦਾ ਵਾਈਡਰ ਹਿੱਸੇ ਨੂੰ ਆਪਾਂ ਇਹ ਕੋਸ਼ਿਸ਼ ਕਰੀਏ ਕਿ ਉਹ ਸਾਰੀ ਸਟਰਗਲ ਦੇ ਵਿੱਚ ਅਚਾਨਕ ਹੀ ਸਾਡੇ ਨਾਲ ਖੜ ਜਾਣ, ਸਟਰੀਟਸ ਫਲੱਡ ਕਰ ਦੇਣ, ਉਸ ਤਰ੍ਹਾਂ ਦੀ ਇੱਥੇ ਟ੍ਰੈਡੀਸ਼ਨ ਨਹੀਂ ਹੈ ਇੱਥੇ ਸਟਰਗਲ ਦੀ, ਉਹ ਆਪਾਂ ਨੂੰ ਸੋਚਣੀ ਵੀ ਨਹੀਂ ਚਾਹੀਦੀ। ਆਪਾਂ ਜਿਹੜਾ ਆਪਣਾ ਰੋਲ ਪਰਸਨਲ ਤੋਂ ਲੈ ਕੇ ਆਪਣੇ ਜਥਿਆਂ ਦਾ ਨਿਯਤ ਕਰਦੇ ਹਾਂ, ਉਹਨੂੰ ਹੀ ਦੁਬਾਰਾ ਉਹਦੀ ਪੜਚੋਲ ਕਰਨ ਦਾ ਹੀ ਮਸਲਾ ਹੈ, ਤਾਂ ਕਿ ਆਪਾਂ ਉਹਦੇ ਵਿੱਚੋਂ ਸਾਡੇ ਅਗਲੇ ਜਿਹੜੇ ਰਸਤੇ ਹੈਗੇ ਉਹ ਨਿਕਲਣ। ਇੱਕ ਸਵਾਲ ਜਿਹੜਾ ਆ ਮੈਨੂੰ, ਆਈ ਜਸਟ ਗਾਟ ਇਟ ਔਨ ਮਾਈ ਫੋਨ, ਮੈਨੂੰ ਲੱਗਦਾ ਕਿ ਆਈ ਡੋਨਟ ਨੋ, ਉਹ ਆਈ ਥਿੰਕ ਭਾਈ ਮਨਦੀਪ ਸਿੰਘ ਵੀ ਬੋਲ ਸਕਦੇ ਆ, ਆਈਲ ਗਿਵ ਮਾਈ ਲਿਟਲ ਪੀਸ ਔਨ ਇਟ। ਉਹਨਾਂ ਨੇ ਜਿਹੜੇ ਥੋੜੇ ਜਿਹਾ ਟੱਚ ਆਲਰੇਡੀ ਗੱਲ ਹੋਈ ਹੈ ਉਹ ਪ੍ਰਾਪਤੀਆਂ ਤੇ ਸੀਗੀ, ਤੇ ਜਿਹੜਾ ਸਵਾਲ ਸੀਗਾ ਉਹ ਇਹ ਸੀਗਾ ਕਿ ਪਿਛਲੇ 36 ਸਾਲਾਂ ਦੇ ਵਿੱਚ ਕਿਹੜੀ ਕਿਹੜੀ ਪ੍ਰਾਪਤੀ ਹੈ, ਕਿ ਤੁਸੀਂ ਇਹਨੂੰ 36 ਸਾਲਾਂ ਨੂੰ ਕਿੱਦਾਂ ਦੇਖਦੇ ਆ। ਤੇ ਮੈਂ ਆਪਣੇ ਵੱਲੋਂ ਇਹੀ ਕਹਿ ਸਕਦਾ ਕਿ ਜਿਹੜਾ ਇਹ ਪੀਰੀਅਡ ਜਾਂ ਤੁਸੀਂ ਅਸੀਂ ਜੇ ਦੇਖਣੇ ਆ, ਇਹ ਇੱਦਾਂ ਨਹੀਂ ਦੇਖਣੇ ਚਾਹੀਦੇ, ਲਾਈਕ ਐਸ ਇਨ ਕਿ 36 ਸਾਲਾਂ ਦੇ ਵਿੱਚ ਪ੍ਰਾਪਤੀ ਕੀਤੀ ਹੈ, 36 ਸਾਲਾਂ ਬਣਨੇ ਆ, ਕਿ 36 ਸਾਲਾਂ ਦੇ ਵਿੱਚ ਅਸੀਂ ਦੇਖਣਾ ਹੈ ਤੇ ਆਪਣੇ ਆਪ ਨੂੰ ਫਿਰ ਦੱਸਣਾ ਕਿ ਅਸੀਂ ਸਕਸੈਸਫੁਲ ਹਾਂ ਜਾਂ ਨਹੀਂ ਸਕਸੈਸਫੁਲ। ਐਨਾਲਿਸਿਸ ਆਪਣੇ ਆਪ ਦੇਖੀ ਜਾਣਾ ਤੇ ਆਪਣੇ ਆਪ ਨੂੰ ਵਧਾਉਣਾ ਤੇ ਆਪਣੇ ਆਪ ਨੂੰ ਬਿਹਤਰੀਨ ਕਰਨਾ, ਉਹ ਤਾਂ ਸਭ ਕੁਛ ਠੀਕ ਹੈ। ਲਾਈਕ ਰਾਈਟ ਨਾਓ ਮੈਂ ਸੋਚ ਰਿਹਾ ਕਿ ਲਾਈਕ ਜਿਹੜੇ ਆਪਣੇ ਇੱਕ ਹੋਰ ਪੀਰੀਅਡ ਲੈ ਲਈਏ, ਲੈਟਸ ਸੇ ਖਾਲਸਾ ਰਾਜ ਜਿਹੜੀ ਪਹਿਲੇ ਬਾਬਾ ਬੰਦਾ ਸਿੰਘ 1716 ਤੋਂ ਲੈ ਕੇ 36 ਸਾਲ ਲੈ ਲਈਏ, 1700
ਵੰਜਾ ਬਣਦੇ ਆ। ਸੋ ਉਹ ਜਿਹੜੇ 36 ਸਾਲ ਆ ਉਹਦੇ ਵਿੱਚ ਸਾਨੂੰ ਕੀ ਦੱਸਦਾ ਆ, ਲਾਈਕ ਜੇ ਉਹੀ ਲੈ ਲਈਏ ਕਿ ਇੱਕ ਪਾਸੇ ਸਾਡੇ ਕੋਲ ਕੀ ਆ, ਸਾਡੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਆ, ਤੇ ਨਾਲ ਨਾਲ ਖਾਲਸਾ ਰਾਜ ਉਸ ਸਮੇਂ ਜਿਹੜਾ ਸਥਾਪਿਤ ਹੋਇਆ ਸੀਗਾ ਉਹਦੀ ਲੱਸੇ ਕਿ ਡਾਊਨਵਰਡ ਟ੍ਰੈਜੈਕਟਰੀ ਆ। ਇਹਦੇ ਪਾਸੇ ਇਹ 36 ਸਾਲ ਦੇਖਣਾ ਕਿ ਬੈਟਲ ਆਫ ਅੰਮ੍ਰਿਤਸਰ, ਅੰਮ੍ਰਿਤਸਰ ਦੀ ਜੰਗ ਤੋਂ ਲੈ ਲਓ ਤੇ ਉਹਦੇ ਵਿੱਚ ਜਿਹੜੇ ਸਿੱਖ ਆ ਉਹ ਆਪਾਂ ਲੈ ਲਈਏ, ਇੱਕ ਸਿਮਿਲਰ ਪੈਟਰਨ ਆ। ਤੇ ਜੇ ਆਪਾਂ ਪੈਟਰਨ ਦੇਖਣਾ ਆ ਆਪਣੀ ਹਿਸਟਰੀ ਦੇ ਵਿੱਚ, ਇਹ 36 ਸਾਲ ਤੁਸੀਂ ਕਿਵੇਂ ਤੇ ਫੇਸ ਕਰ ਸਕਦੇ ਆ, ਇਟਸ ਵੈਰੀ ਸਿਮਿਲਰ। ਤੇ ਉਹ ਉਸ ਟਾਈਮ ਤੇ ਕਹਿ ਲਓ ਕਿ ਕਿੱਦਾਂ ਦੇ ਸਾਡੇ ਵੈਰੀ ਜਿਹੜੇ ਸੀਗੇ, ਜ਼ਕਰੀਆ ਖਾਨ ਵਰਗੇ, ਲਖਪਤ ਜਸਪਤ ਰਾਏ ਵਰਗੇ, ਮੀਰ ਮੰਨੂ ਵਰਗੇ, ਇਹ ਸਮੇਂ ਦੇ ਵਿੱਚ ਇੰਦਰਾ ਵਰਗੇ, ਰਵੇਰੋ ਵਰਗੇ, ਬਾਦਲ ਵਰਗੇ, ਬੇਅੰਤੇ ਵਰਗੇ, KPS ਗਿੱਲ ਵਰਗੇ, ਦੋਨੇ ਪਾਸੇ ਲੈ ਕੇ ਇੱਕ ਸਿਮਿਲੈਰਿਟੀ ਤੁਸੀਂ ਵੇਖ ਸਕਦੇ। ਉਦੋਂ ਵੀ ਸਿਰਾਂ ਦੇ ਮੁੱਲ ਪਏ ਸੀ, ਹੁਣ ਵੀ ਸਿਰਾਂ ਦੇ ਮੁੱਲ ਪਏ ਸੀਗੇ। ਉਦੋਂ ਵੀ ਲੱਖਾਂ ਦੇ, ਹਜ਼ਾਰਾਂ ਦੇ ਵਿੱਚ ਸ਼ਹੀਦੀਆਂ ਹੋਈਆਂ, ਹੁਣ ਵੀ ਹਜ਼ਾਰਾਂ ਤੇ ਲੱਖਾਂ ਦੇ ਵਿੱਚ ਸ਼ਹੀਦੀਆਂ ਹੋਈਆਂ। ਤੇ ਅਸੀਂ ਜੇ ਇੱਦਾਂ ਹੀ ਤੁਰਦੇ ਹੁੰਦੇ, ਉਹ ਜਿਹੜਾ ਰਿਸਪੋਂਸ ਵੀ ਆ ਉਹ ਸਮਿਆਂ ਦੇ ਵਿੱਚ, ਉਹ ਰਿਸਪੋਂਸ ਵੀ ਬੜਾ ਸਿਮਿਲਰ ਸੀ। ਉਹ ਰਿਸਪੋਂਸ ਦੇ ਵਿੱਚ ਕਈ ਜਿਹੜੀਆਂ ਵੱਡੀਆਂ ਹਸਤੀਆਂ ਸ਼ਹੀਦੀਆਂ ਦੇ ਗਈਆਂ, ਉਹਦੇ ਵਿੱਚ ਤਾਂ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਛੋੜਾ ਕਲਾਕਾਰ ਅਭੀ ਵਾਪਰਿਆ, ਹੁਣ ਦੇ ਸਮੇਂ ਦੇ ਵਿੱਚ ਜਿੰਨੇ ਵੀ ਜਾਰੂ ਜਥੇਬੰਦੀਆਂ ਦੇ ਜਥੇਦਾਰ ਸੀਗੇ ਉਹਨਾਂ ਨੂੰ ਲੈ ਕੇ, ਜਾਂ ਭਾਈ ਜਸਵੰਤ ਸਿੰਘ ਖਾਲੜਾ ਇੱਕ ਹੋਰ ਪਾਸੇ ਲੈ ਕੇ, ਜਾਂ 92 ਤੋਂ 95 ਤੱਕ ਜਿਹੜਾ ਦੌਰ ਚੱਲਿਆ ਉਹਦੇ ਵਿੱਚ ਜਿਹੜੇ ਸਿਰਾਂ ਦੇ ਮੁੱਲ ਪਾ ਕੇ ਮੁੰਡੇ ਘਰ ਘਰ ਤੋਂ ਚੁੱਕ ਕੇ ਜਿਹੜੇ ਸ਼ਹੀਦ ਕੀਤੇ ਗਏ, ਇੱਕ ਸਿਮਿਲਰ ਪੈਟਰਨ ਉੱਥੇ ਵੀ ਦੱਸਦਾ ਵੀ ਜਿਹੜਾ ਰਿਸਪੋਂਸ ਆ, ਜੇ ਭਾਈ ਬੋਤਾ ਸਿੰਘ ਦੇ ਗਰਜਾ ਸਿੰਘ ਸੀਗੇ, ਜੇ ਸੁੱਖਾ ਸਿੰਘ ਦੇ ਮਹਤਾਬ ਸਿੰਘ ਸੀਗੇ, ਜੇ ਭਾਈ ਨਪਾਉ ਸਿੰਘ ਨੇ ਜਸਪਤ ਰਾਏ ਦਾ ਸਿਰ ਵੱਢਿਆ, ਦੂਜੇ ਪਾਸੇ ਉੱਥੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਵੀ ਸੀਗੇ, ਸੁੱਖਾ ਜਿੰਦਾ ਵੀ ਸੀਗੇ, ਉੱਧਰ ਭਾਈ ਦਿਲਾਵਰ ਸਿੰਘ ਵੀ ਸੀਗੇ। ਸੋ ਇਹ ਇੱਕ ਆਈ ਥਿੰਕ ਜਿਹੜੀ ਜੇ ਅਸੀਂ ਦੇਖਣਾ ਹੈ ਕਿ 36 ਸਾਲਾਂ ਦੇ ਵਿੱਚ ਕਿਹੜੀ ਪ੍ਰਾਪਤੀ ਹੋਈ, ਤੇ ਸੰਤਾਂ ਦੀ ਗੱਲ ਹੀ ਆਪਾਂ ਲੈ ਲਈਏ ਕਿ ਇਹ 36 ਸਾਲਾਂ ਦੇ ਵਿੱਚ ਸਿੱਖ ਕੌਮ ਨੇ ਖਾਲਸਾ ਪੰਥ ਦਾ ਉਹ ਜਿਹੜਾ ਹਿੱਸਾ ਆ ਉਹਨਾਂ ਨੇ ਆਪਣਾ ਜ਼ਮੀਰ ਨਹੀਂ ਮੰਨ ਦਿੱਤਾ। ਸਰੀਰਕ ਤੌਰ ਤੇ ਜਿਹੜੀਆਂ ਲਾਸ਼ਾਂ ਆ ਤੇ ਸਾਡੀ ਮੌਤ ਆ, ਸਾਡੀਆਂ ਸ਼ਹੀਦੀਆਂ ਆ, ਉਦੋਂ ਵੀ ਹੋਈਆਂ ਤੇ ਹੁਣ ਵੀ ਹੋਈਆਂ, ਪਰ ਜਿਹੜਾ ਕਲੈਕਟਿਵ ਜ਼ਮੀਰ ਉਹ ਹਿੱਸਾ ਖਾਲਸੇ ਪੰਥ ਦਾ ਆ ਉਹ ਕੌਂਸ਼ੀਅਸ ਅਸੀਂ ਨਹੀਂ ਮੰਨ ਦਿੱਤਾ। ਆਈ ਥਿੰਕ ਇਹ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੈ ਕਿ ਉਹਨੂੰ ਅਸੀਂ ਦੇਖਣਾ ਚਾਹੀਦਾ ਹੈ ਕਿ ਜੇ ਅਸੀਂ ਕਲੈਕਟਿਵਲੀ ਸਾਡਾ ਕੌਂਸ਼ੀਅਸ, ਜਿੱਦਾਂ ਸੰਤ ਜੀ ਕਹਿੰਦੇ ਸੀ ਜਿਹੜਾ ਸਰੀਰ ਦਾ ਮਰ ਜਾਣਾ ਉਹਨੂੰ ਅਸੀਂ ਮੌਤ ਨਹੀਂ ਗਿਣਦੇ, ਤੇ ਜਿਹੜਾ ਜ਼ਮੀਰ ਦਾ ਮਰ ਜਾਣਾ ਉਹ ਯਕੀਨਨ ਮੌਤ ਆ, ਤੇ ਜਿਹੜਾ ਇਹ ਕਲੈਕਟਿਵ ਜ਼ਮੀਰ ਆ ਸਾਡੇ ਸਿੱਖਾਂ ਦਾ, ਖਾਲਸੇ ਪੰਥ ਦਾ, ਇਹਨੂੰ ਨਹੀਂ ਅਸੀਂ ਢਾਹ ਲੱਗਣ ਦਿੱਤੀ। ਆਈ ਥਿੰਕ ਇਹ ਪ੍ਰਾਪਤੀ ਇੱਥੋਂ ਸ਼ੁਰੂ ਹੁੰਦੀ ਆ। ਤੇ ਜਿੱਦਾਂ ਭਾਈ ਮਨਦੀਪ ਸਿੰਘ ਨੇ ਵੀ ਕਈ ਗੱਲਾਂ ਦੱਸੀਆਂ ਕਿ ਜਿਹੜੇ ਦਿਨ ਬਾਏ ਦਿਨ ਉਹ ਜਿਹੜਾ ਹਿੱਸਾ ਖਾਲਸੇ ਪੰਥ ਦਾ, ਜਿਹਨੂੰ ਇਹ ਅੰਡਰਸਟੈਂਡਿੰਗ ਤੇ ਰੀਅਲਾਈਜੇਸ਼ਨ ਖਾਲਿਸਤਾਨ ਦੀ ਨੀਂਹ ਦੀ ਗੱਲ ਹੈ ਜਾਂ ਪਾਤਸ਼ਾਹੀ ਦੀ ਗੱਲ ਹੈ, ਉਹ ਵੱਧ ਰਹੀ ਹੈ। ਆਈ ਥਿੰਕ ਉਹਨੂੰ ਸਾਨੂੰ ਦੇਖਣਾ ਪੈਣਾ ਹੈ ਕਿ ਪ੍ਰਾਪਤੀਆਂ ਜਿਹੜੀਆਂ 36 ਸਾਲਾਂ ਦੇ ਵਿੱਚ ਫਰਕ ਇੰਨਾ ਕੀ ਹੈ ਕਿ 1716 ਤੋਂ ਲੈ ਕੇ 17 ਤੱਕ, 52 ਤੱਕ ਜੋ ਕੁਛ ਹੋਇਆ ਸਿੱਖਾਂ ਨੇ, ਕੋਈ ਵੀ ਸਿੱਖ ਆਲਮੋਸਟ ਆ ਉਹਨੂੰ ਅਪਣਾ ਲਿਆ ਹੈ ਕਿ ਜੋ ਹੋਇਆ ਉੱਥੇ ਉਹ ਸਾਡੇ ਲਈ ਇੱਕ ਬਹੁਤ ਵੱਡੀ ਕੁਰਬਾਨੀ ਸੀਗੀ ਸਿੱਖਾਂ ਦੀ, ਤੇ ਸਿੱਖਾਂ ਨੂੰ ਅਸੀਂ ਉਹ ਜਿਹੜੇ ਬਜ਼ੁਰਗ ਆ ਸਾਡੇ, ਅਸੀਂ ਉਹਨਾਂ ਦੀਆਂ ਤਸਵੀਰਾਂ ਤੋਂ ਲੈ ਕੇ ਕਹਾਣੀਆਂ ਤੱਕ, ਸਾਖੀਆਂ ਤੱਕ ਅਸੀਂ ਬੱਚਿਆਂ ਤੱਕ ਪਹੁੰਚਾਈਆਂ ਹੈ। ਤੇ ਇਹ ਜਿਹੜਾ 36 ਸਾਲ ਹੋਣੇ ਆ, ਜੇ ਅਸੀਂ ਇਹਨੂੰ ਇਸ ਪੀਰੀਅਡ ਦੇ ਵਿੱਚ ਦੇਖਣਾ ਹੈ ਤੇ ਇਹ 'ਚ ਡਰ ਪੈਦਾ ਹੁੰਦਾ ਹੈ, ਜਿੱਦਾਂ ਉਸ ਸਮੇਂ ਦੇ ਵਿੱਚ ਵੀ ਡਰ ਪੈਦਾ ਹੁੰਦਾ ਸੀ ਕਿ ਸੁੱਖਾ ਸਿੰਘ ਤੇ ਮਹਤਾਬ ਸਿੰਘ ਉੱਥੇ ਜਾ ਕੇ ਮਸਲਗੜ੍ਹ ਦਾ ਸਿਰ ਵੱਢ ਦਿੱਤਾ। ਇਹ ਤਾਂ ਹੈ ਨਹੀਂ ਕਿ ਸਾਰੀ ਸਿੱਖ ਕੌਮ ਉਸ ਟਾਈਮ ਦੀ ਇਹ ਕਹਿੰਦੀ ਹੋਣੀ ਹੈ ਕਿ ਬਹੁਤ ਚੰਗਾ ਹੋਇਆ। ਕਈਆਂ ਦੇ ਮਨ 'ਚ ਇਹ ਵੀ ਆ ਕਿ ਹੁਣ ਇਹਦੀ ਕੋਈ ਰਿਟੈਲੀਏਸ਼ਨ ਹੋਊਗਾ ਸਟੇਟ ਦਾ, ਰੈਟਰੀਬਿਊਸ਼ਨ ਸਾਨੂੰ ਪੇ ਕਰਨੀ ਪੈਣੀ ਆ, ਹੋ ਸਕਦਾ ਸਾਡੇ ਘਰਾਂ ਦੇ ਦਾ ਕਾਜਣ, ਜਿੱਦਾਂ ਹੁਣ ਇੱਥੇ ਬੇਅੰਤ ਸਿੰਘ, ਸਤਵੰਤ ਸਿੰਘ ਦੇ ਜੋ ਕੰਮ ਕੀਤਾ ਉਹਦੇ ਵਿੱਚ ਵੀ ਇਹੀ ਗੱਲਾਂ ਆਉਂਦੀਆਂ ਕਿ ਪੀਰੀਅਡ ਦੇ ਵਿੱਚ ਉਹ ਗੱਲਾਂ ਸਮਝਣੀਆਂ ਕਦੀ ਕਦੀ ਔਖੀਆਂ ਹੁੰਦੀਆਂ ਆ। 50 ਸਾਲ ਬਾਅਦ, 100 ਸਾਲ ਬਾਅਦ ਜਦੋਂ ਤੁਸੀਂ ਆਪਣਾ ਜਿਹੜਾ ਇਹ ਕਦਮ ਤੁਸੀਂ ਚੁੱਕ ਰਹੇ ਆ, ਮਾਰਗ ਤੇ ਚੱਲੇ ਜਾਂਦੇ ਆ, ਉਹ ਜੋ ਇਤਿਹਾਸ ਸਿਰਜਿਆ ਗਿਆ ਪਿਛਲੇ ਹੁਣ ਦੇ 36 ਸਾਲਾਂ ਦੇ ਵਿੱਚ, 100 ਸਾਲਾਂ ਦੇ ਸੁੱਖੇ ਜਿੰਦੇ ਨੇ ਸਿੱਖਾ ਸਿੰਘ ਮਹਤਾਬ ਸਿੰਘ ਬਣ ਜਾਣਾ, ਦਿਲਾਵਰ ਸਿੰਘ ਇਹਨੇ ਬਣ ਜਾਣਾ ਹੈ, ਤੇ ਉਹਦੇ ਵਿੱਚ ਸਤਵੰਤ ਸਿੰਘ, ਬੇਅੰਤ ਸਿੰਘ ਨੇ, ਬੋਤਾ ਸਿੰਘ, ਗਰਜਾ ਸਿੰਘ ਬਣ ਜਾਣਾ ਕਿ ਜਦੋਂ ਖਾਲਸਾ ਦੱਸ ਕਰਦੇ ਖਾਲਸਾ ਮੁੱਕ ਗਿਆ ਉਦੋਂ ਇਹ ਇਨਸਾਨ ਜਿਹੜੇ ਉਦੋਂ ਉੱਠੇ ਸੀ। ਪੀਰੀਅਡ ਦੇ ਵਿੱਚ ਬੜਾ ਸਾਨੂੰ ਪੰਬਲ ਭੂਸੇ ਦੇ ਵਿੱਚ ਕੰਫਿਊਜ਼ਨ ਸਮਾਨਤਕ ਜਿੱਤ ਜਿਹੜੀ ਹੈ ਤੇ ਜ਼ਮੀਰ ਨੂੰ ਕਾਇਮ ਰੱਖਣਾ, ਕਲੈਕਟਿਵ ਕੌਂਸ਼ੀਅਸ ਨੂੰ ਕਾਇਮ ਰੱਖਣਾ, ਉਹਦੇ ਵਿੱਚ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ। ਇੱਕ ਇਹਦੇ ਸੰਬੰਧ ਦੇ ਵਿੱਚ ਮੈਂ ਕਰਨੀ ਚਾਹਨਾ ਗੱਲ, ਜਿਹੜੀ ਇਹ ਪ੍ਰਾਪਤੀ ਵਾਲਾ ਮਸਲਾ ਸੀ, ਆਪਾਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕਿ ਜਿੰਨੀ ਸਾਰੀ ਸਟਰਗਲ ਹੈਗੀ ਇਹ ਦੋ ਬਿਰਤੀਆਂ ਦੀ ਸਟਰਗਲ ਹੈ, ਮਨਮੁੱਖ ਬਿਰਤੀ ਦੀ ਤੇ ਗੁਰਮੁਖ ਬਿਰਤੀ ਦੀ। ਇਹ ਜਿਹੜਾ ਸਵਾਲ ਪੁੱਛਿਆ ਜਾਂਦਾ ਇਹਦੇ ਸੰਬੰਧੀ ਗੁਰਬਾਣੀ ਦੇ ਵਿੱਚ ਇੱਕ ਦੋ ਵੱਖਰੀਆਂ ਵੱਖਰੀਆਂ ਵੱਖਰੇ ਵੱਖਰੇ ਵਾਕ ਆਉਂਦੇ ਨੇ। ਜੇ ਤਾਂ ਅਸੀਂ ਦੁਨਿਆਵੀ ਬਿਰਤੀ ਤੋਂ
ये सवाल करिए किसी पर्टिकुलर बंदे की क्या प्राप्ति है या पर्टिकुलर ऑर्गेनाइजेशन की क्या प्राप्ति है। ओनू महाराज कहंदे भी ओ जो तुसी किसी पर्टिकुलर बंदे नू पुछ रहे होंगे वो एक तुसी होमे दे विच पुछ रहे हैं या कोई होमे च कह रहा होंदा कि मैं आ कीता। ओनू महाराज कहंदे भी ओ मनमुख बंदा कहंदा हम किया हम करेंगे तो हम मूर्ख गवार। ओदे उल्ट जिहड़ा गुरमुख है ओ किस तरह किसी जे इवेंट्स दे विचों लंघदा है जे परमात्मा ओदे राही कुछ करवा लैंदा तो गुरमुख किदां कहंदा है। ओ कहंदा कबीर ना हम किया ना करहेंगे ना कर सके शरीर। गुरमुख दे नजरिए तो देखो तो वह सदा ही यह कहना है कि उन्हें कुछ नहीं किया है उसकी कुछ प्राप्ति नहीं है। जो परमात्मा की रजा सी उन्हें अपना कार्य साधन लई उस शरीर जरिया बनाया। तो यह जिहड़ा सवाल है यह गुरमुखताई के नजरिए का सवाल नहीं है प्राप्ति वाला। चलो फिर भी जिहड़ा अजकल का रैशनल माइंड है जो उन्होंने सवाल का उत्तर देना ही होए तो ये दो पक्ष बनते हैं। एक तो है कि परसनल लैवल से यह क्या फायदा हुआ, एक है इंस्टीट्यूशनल लैवल। परसनल लैवल से यह फायदा होया है कि जिन्हें सारे शहीद होए ने जिन्हिया शहादत 82 तो लैके 94 तक हुई ने उन्होंने शहादत तो इंस्पीरेशन लैके अज के जमाने के पता नहीं किन्ने नौजवान ने जिन्हों के जीवन सवरे ने जिन्हों दिया अपनिया जिंदगी दिया अवस्थावां उच्चिया उठिया ने। जिस वक्त शहीदियां हो रही सीगियां उस वक्त पंजाब दे विच बाणी पढ़न आलियां दी सेवा करन आलियां दी गुरमुख रहत रहन आलियां दी गिणती बेथा वध गई सी। उस वक्त जिस वक्त शहीदियां हो रही सीगियां नशे का नाम निशान नहीं इत्थे लभदा सीगा, माड़ियां आदतां दा माड़े सभ्याचार दा नाम निशान नहीं लभदा सीगा। इह प्राप्ति इस गल दी परसनल लैवल ते एक इंस्टीट्यूशनल लैवल से प्राप्ति है सारी मूवमेंट की। उस मूवमेंट तो बाद जी उस वक्त की इंडिया की स्टेबलिशमेंट सी जी पकड़ बहुत ज्यादा मजबूत हो गई सी खाड़कू मूवमेंट और संत जरनैल सिंह उन्होंने मूवमेंट तो बाद इंडिया की जी सारी एक जमात सी जी बहुत ज्यादा जिन्हें सेंट्रलाइज कर ली सी मतलब पूरी अथॉरिटेरियन गवर्नमेंट बना ली सी वह सारी टुट गई। इंस्टीट्यूशन लैवल से इंडिया के बहुत लंबा ऐसा दौर आया कि कलिशन गवर्नमेंट आई जिदे घट गिणती स्टेटा जिस लैवल के उत्ते एक्सपलटेशन कर रहे थे जिस लैवल से लैके जा चलते थे वो सारा कुछ ब्रेक लग गया। उस लैवल की जी सेंट्रलाइजेशन हैगी हूँ इन्ने साल बाद दोबारा उधर गल जा रही अजे उन्नी नहीं हुई जिनी उदो हो गई सी। तो यह जिहड़ा इन्ने साल सिख भी ते सिखां दी स्ट्रगल करके बाकी जिन्ने सारे इंडिया दे विच लताड़े हुए लोग ने इन्हां नूं इन्ने साल प्रैपरेशन लई मिल गए यह एड्डी वड्डी प्राप्ति सिखां दी। जे उदों यह स्ट्रगल इस पिच ते ना लड़ी जांदी तो हुण तक उन्होंने बाकी सारिआं दीआं पछाणां वगैरा तुसीं इंडिया दा अंदाजा नहीं ला सकदे कि जो नहीं हुण तक इंडिया दा कर देना सी। जिहड़ियां संभावनावां दा असीं जिक्र कर रहे हैं कि यह संभावना बन सकदियां इंडिया दे विच इस टाइम दे विच इंडिया दा बड़ा हिस्सा हैगा जिहड़ा सेंट्रल गवर्नमेंट कमजोर होने करके जिहड़ियां सोशल ऑर्गेनाइजेशन या पोलिटिकल ऑर्गेनाइजेशन बन गई कुछ डिवेलप हो गई चाहे वह उन्नियां डिवेलप नहीं हुई जिन्नियां हो जाणियां चाहीदियां सीगियां पर उन्हां नूं इह इन्ना वक्फा 30 साल का मिल गया जिहदे विच उह अपने पैरां ते खड़ सके। जे सिख स्ट्रगल ना लड़े होंगे तो यह इंडिया की हिस्टरी फॉर एवर बदल जानी सी हूँ आप क्यास भी नहीं ला सकते। तो यह एडा वड्डा सिखां दी स्ट्रगल दा इंस्टीट्यूशन लैवल दे उत्ते इस पूरे खिते दे लोकां नूं अपर कास्ट जे 7% नूं छड़ दईए उस तों बिना बाकी सारिआं नूं इहदा फायदा होया कदे सिखां दी गल नहीं है। बाकी पॉलिटिक्स दे विच सदा जिहड़ी स्ट्रगल हैगी फेजेस च हुंदी सदा ही।
कोई एक समुद्री जहाज है वह भी डुबदा डुबदा 50 किलोमीटर 100 किलोमीटर चलिया जाता। इंडिया बहुत बड़ा मुल्क है, दिल्ली का ताकत बड़ा पावरफुल ताकत है, तो वो खिलाफ जिस तरीके की स्ट्रगल दी है वो सिखा इंस्टीट्यूशन लैवल से ये वाला होर क्या प्राप्ति हो सकती। सो भविख वाल बढ़ते हुए जिहड़ा साडा संघर्ष आ उहदा की रूप होगा तुहानू की लगदा? सिखां दी जिहड़ी स्ट्रगल हैगी आ जिदां आपां पहलां गल कीती आ कि उह दो नुक्ते ते आउणी आ, एक आपां आपदा न्यारापण बरकरार रखण लई स्ट्रगल करनी आ जिहड़ी पंजाब स्पैसिफिक होणी आ, दूजी साडी स्ट्रगल दूजियां नेताणियां धिरां दी धिर बणन दी होणी आ जिहदा दायरा पूरी दुनिया आ। एट ए टाइम हो सकता कि असी नॉर्थ इंडिया दे विच ही अफेक्टिव हो सकीए, किसी वक्त जिहड़े पुराने सिख सीगे उन्हां दा ये नारा हुंदा सीगा कि दिल्ली तख्त पर पहेगी आप गुरु की फौज, ये हालात बन सकते कि असी दिल्ली तख्त दे पूरे खिते दे लोकां नूं इंसाफ दवा सकीए, उन्हां दी धिर बन सकीए, ये हालात हो सकते कि पूरे एशिया दे विच कर सकीए, अल्टीमेटली ये हो सकता कि किसी दिन पूरी दुनिया की जिहड़ी गवर्नेंस है वह गुरमत संविधान तो इंस्पायर होकर चलते, चाहे असी सीधे रूल करिए चाहे नहीं करिए। तो आपां इस फोकस लैके चलना चाहिए, अपने लिए फिक्स दायरे नहीं रखने चाहिए, कोई नुकता जो गुरु ने दिता है आपां द्वारा एम्फेसाइज करना चाहिए कि जिथे भी किते जाके असी किसी दूजे की धिर बन सकी, असी उन्हां दी धिर बणीए, उन्होंने आपके नाल लैके उन्होंने भी इंसाफ दवाइए, तो जो गुरु ने साढ़े ते फर्ज दिता होया भी आप सुरखुरू हो। तो ये इंडिया दे विच इस तरह के हालात बनते जा रहे, क्योंकि जो इंडिया का तख्त है वो बिल्कुल स्पष्ट रूप से जी कांग्रेस सी वो परदा पा के राज करती सी, हुण बिल्कुल स्पष्ट रूप के जो पेपर है वह आ गया, तो उहदियां जिहड़ियां सारिया जिहड़ी उहदी पूरी उहदी जिहड़ी आइडिया है वह बिल्कुल स्पष्ट रूप से लागू कर रहा है। तो उहदे आण दे नाल इत्थे इह हैगा कि जिन्नियां अदर धिरां ने सारिया उन्हां नूं तुसीं सूत्रधार करन दे विच उन्हां दे विच कोई कोआर्डीनेशन बणन दे जिहड़े हालात है वह बहुत बैटर हैगे, बट एक कंडीशन हैगी है कि इंडिया दे विच जिहड़ा सारा शड्यूल्ड कास्ट है, शड्यूल्ड ट्राइब है, बैकवर्ड क्लास है, उन्होंने हजारां सालां की गुलामी निभाई है, तो वह हजारां सालां की गुलामी निभाई करके उस लैवल से स्ट्रगल नहीं कर सकते जिस लैवल से सिख करते रहे। तो मैं ये देखिया इंडिया दे विच घूम के कि सिखां दी हिस्ट्री तो इंस्पायर होके सारे नूं ये लगदा है मनदे आ कि सिख सारे इंडिया की स्ट्रगल दे वैनगार्ड हो सकते, सिखां नूं अपनी कपैसिटी का एहसास नहीं है। जिहड़ा दिल्ली दे उत्ते बिप्पर दा जिहड़ा हमला लगातार है उहदे विच यही नुकता पिया, बिप्पर जिहड़ा हैगा उहनूं इह गल दी समझ है कि इस खित्ते दे विच जां गुरमत आधारित स्ट्रक्चर बचने हैं जां इत्थे जिहड़ा बिप्पर संस्कार है वह बचना, दोनों कट्ठे नहीं बचने, क्योंकि दोनों दे विच सिधांतक तौर दे उत्ते बहुत पाड़ा है, एक सर्वाधे भले की गल करता है, एक ऊंच नीच नूं सैंक्शन दिंदा है, तो दो बिप्पर नूं इह पता है कि दोहां चों आपां इक ने बचना, तो इस करके उह सिखां ते लगातार हमला करता है, वो इस करके हमला करता है कि उन्हें पता है कि जे सिख पंजाब च पोलिटिकली इकनोमिकली स्टेबल हो जाते हैं तो पंजाब के लोगों के कोल सिखा दे कोल एक ही कारज है कि वह सारी दुनिया की जारी इंडिया की जिनी लताड़ी हुई धिर है लोग ने उन्हों की यह धिर बन की समर्था रख, क्योंकि इन्हों की हिस्ट्री इस तरह रही, तो इस कपैसिटी तो डरते हुए वो अपने ते हमला ज्यादा करते हैं, उन्होंने साड़ी कपैसिटी की कॉन्शियस की पछाण है, असी अपनी इस कपैसिटी की पछाण नहीं कर रहे, असी पंजाब च रह के लड़ाई लड़िए दे आर वेरी हैप्पी। तो मैं नहीं कहता कि आप पंजाब की दायरे के अपनी स्ट्रगल अबंडन कर देनी चाहिए है, ये नाल दी नाल आपां हर जगह जिथे साड़ी समर्था च है उत्थे एडवोकेसी करनी होए चाहे किसी लैवल से भी होए आपां उत्थे अपने बनते रोल पछानने पैने हैं संवाद ब्लॉग.com होगी जो भी पाई गई, तो जे तुसी कॉन्टैक्ट करना जा कोई सुझाव देना ईमेल एड्रेस है contact@संवाद ब्लॉग.com।
ਸੋ ਫਿਰ ਸਾਰੇ ਬੁਲਾਰਿਆਂ ਦਾ ਤਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਪਫੁਲੀ ਅਸੀਂ ਇਹ ਵਿਚਾਰ ਜੂਨ ਦੇ ਮਹੀਨੇ ਦੇ ਵਿੱਚ ਲਾਗੂ ਰੱਖ ਸਕਦੇ ਹਾਂ ਸੋ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ